अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए। और साथ ही साथ बेल आइकन दिखाई दे रहा है, आप इसको भी क्लिक कीजिए और इनेबल कर दीजिए ताकि हम जब भी नई वीडियो अपलोड करें आपको उसकी नोटिफिकेशन मिल सके। ਜਦੋਂ ਕੋਈ ਪੁੱਛੇ ਨਾ ਉੱਚੀ ਉੱਚੀ ਦੇਣੀ ਹਾਲੇਲੂਇਆ ਕਿਉਂ ਬੋਲਦੇ ਹੋ, ਉਹਨੂੰ ਕਹਿ ਯਰੀਹੋ ਦੀ ਦੀਵਾਰ ਵੱਡੀ ਆ, ਮੈਂ ਉਹ ਤੋੜਨੀ ਆ ਹਾਲੇਲੂਇਆ ਦਾ ਨਾਰਾ, ਕਿਉਂਕਿ ਇਜ਼ਰਾਈਲੀਆਂ ਨੇ ਵੀ ਉੱਚੀ ਦੇਣੀ ਹਾਲੇਲੂਇਆ ਦਾ ਨਾਰਾ ਲਾਇਆ ਸੀ ਔਰ ਯਰੀਹੋ ਦੀ ਦੀਵਾਰ ਨੂੰ ਡਿੱਗਣਾ ਪਿਆ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ। ਹਾਲੇਲੂਇਆ ਬੋਲੋ ਫਿਰ ਉੱਚੀ ਦੇਣੀ ਹਾਲੇਲੂਇਆ। ਆਮੇਨ। ਅਸੀਂ ਵਚਨ ਦੇ ਵਿੱਚੋਂ ਖੁੱਲਾਂਗੇ ਉਤਪਤੀ ਉਹਦਾ 48 ਅਧਿਆਇ 48th ਚੈਪਟਰ ਉਹਦੀ 1 ਆਇਤ ਤੋਂ ਲੈ ਕੇ 7 ਆਇਤ ਤੱਕ ਮੈਂ ਤੁਹਾਡੇ ਲਈ ਪੜੂੰਗਾ। ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ। ਉਹ ਇਸ ਪ੍ਰਕਾਰ ਲਿਖਿਆ, ਇਨ ਬਾਤੋਂ ਕੇ ਪਸ਼ਚਾਤ ਕਿਸੀ ਨੇ ਯੂਸਫ ਸੇ ਕਹਾ, ਸੁਨ ਤੇਰਾ ਪਿਤਾ ਬਿਮਾਰ ਹੈ। ਕਿਹਨੇ ਕਿਹਨੂੰ ਕਿਹਾ? ਕਿਸੀ ਵਿਅਕਤੀ ਨੇ ਕਿਹਨੂੰ ਕਿਹਾ? ਯੂਸਫ ਕਿੱਥੇ ਆ ਚੁੱਕਾ? ਮਿਸਰ ਚ ਵਾਪਸ ਆ ਗਿਆ ਤੇ ਇਹਦਾ ਭਰਾ ਤੇ ਇਹਦੇ ਪਿਓ ਕਿੱਥੇ ਆ? ਗੋਸ਼ੇਨ ਦੇ ਵਿੱਚ। ਕਿੱਥੇ ਆ? ਗੋਸ਼ੇਨ ਕਿਹੜੀ ਜਗ੍ਹਾ ਆ? ਜਿੱਥੇ ਹਰਾ ਭਰਾ, ਜਿਹੜੀ ਨੀਲ ਨਦੀ ਦੇ ਕਿਨਾਰੇ ਤੇ। ਬੋਲੋ ਹਾਲੇਲੂਇਆ। ਜਿੱਥੇ ਕੀ ਆ? ਹਰਿਆ ਭਰਿਆ ਆ। ਬੋਲੋ ਹਾਲੇਲੂਇਆ। ਔਰ ਉਹ ਕਿੱਥੇ ਚਲਾ ਗਿਆ ਵਾਪਸ? ਯੂਸਫ ਕਿੱਥੇ ਵਾਪਸ ਚਲਾ ਗਿਆ? ਮਿਸਰ ਦੇ ਵਿੱਚ ਵਾਪਸ ਚਲਾ ਗਿਆ। ਪਰ ਕਿਸੇ ਨੇ ਉਹਨੂੰ ਦੱਸਿਆ ਤੇਰਾ ਪਿਤਾ ਕੀ ਆ? ਬਿਮਾਰ ਹੈ। ਤਬ ਮੈਂ ਮਨਸ਼ੇ ਔਰ ਇਫਰੇਮ ਨਾਮਕ ਆਪਣੇ ਦੋਨੋਂ ਪੁੱਤਰੋਂ ਕੋ ਸੰਗ ਲੇਕਰ, ਪਹਿਲੇ ਦਾ ਨਾਮ ਕੀ ਆ? ਮਨਸ਼ੇ, ਤੇ ਦੂਜੇ ਦਾ ਨਾਮ ਕੀ ਆ? ਇਫਰੇਮ। ਇੰਗਲਿਸ਼ ਚ ਕਹਿੰਦੇ ਇਹਨੂੰ ਇਫਰਾਇਮ। ਪਹਿਲੇ ਨੰਬਰ ਤੇ ਕੌਣ ਜੰਮਿਆ? ਦੂਜੇ ਨੰਬਰ ਤੇ ਕੌਣ ਜੰਮਿਆ? ਮਨਸ਼ੇ ਵੱਡਾ ਤੇ ਇਫਰੇਮ ਕੀ ਆ? ਔਰ ਬਾਈਬਲ ਦੇ ਅਕੋਰਡਿੰਗਲੀ ਅਸੀਂ ਦੇਖੀਏ, ਹੋ ਸਕਦਾ ਇਹਨਾਂ ਦੀ ਉਮਰ ਇਹਦੀ ਵੱਡੇ ਦੀ 22-24 ਸਾਲ ਹੋਵੇ ਤੇ ਛੋਟੇ ਦੀ 22 ਸਾਲ, ਯਾਨੀ ਛੋਟੇ ਬੱਚੇ ਨਹੀਂ ਰਹੇ ਇਹ, ਕਿਉਂਕਿ ਯਕੂਬ ਨੂੰ ਆਏ ਹੋਏ ਵੀ ਕਾਫੀ ਸਾਲ ਹੋ ਗਏ ਆ। ਔਰ ਉਹੀ ਯਕੂਬ ਜਿਹੜਾ ਪਹਿਲਾਂ ਕਹਿੰਦਾ ਸੀ ਮੇਰੇ ਜੀਣ ਦੀ ਕੋਈ ਵੀ ਆਸ਼ਾ ਨਹੀਂ ਹੈਗੀ, ਜਦੋਂ ਆਪਣੇ ਮੁੰਡੇ ਯੂਸਫ ਨੂੰ ਦੇਖਿਆ ਤੇ ਰਾਜਾ ਫਿਰੌਨ ਨੂੰ ਕਹਿੰਦਾ, ਕਹਿੰਦਾ ਹਾਲੇ ਤਾਂ ਮੈਂ ਉਹਨਾਂ ਜੀਆ ਹੀ ਨਹੀਂ ਹੈਗਾ ਜਿੰਨੇ ਮੇਰੇ ਬਾਪ ਦਾਦਾ ਜੀ ਚੁੱਕੇ ਆ। ਕਹਿੰਦਾ ਹਾਲੇ ਤਾਂ ਮੇਰੀ ਉਮਰ ਸਿਰਫ 130 ਸਾਲ ਹੀ ਹੋਈ ਆ। ਹਾਲੇਲੂਇਆ। ਔਰ ਕਿਸੇ ਨੇ ਕਿਹਾ ਕਿ ਤੇਰਾ ਪਿਤਾ ਬਿਮਾਰ ਆ, ਆਪਣੇ ਦੋਨੋਂ ਮੁੰਡਿਆਂ ਨੂੰ, ਮਨਸ਼ੇ ਨੂੰ ਤੇ ਦੂਜੇ ਦਾ ਨਾਮ ਕੀ ਆ? ਤੇਰੇ ਕੋਲ ਆ ਰਿਹਾ। ਸੋਚੋ ਕਿੰਨਾ ਖੁਸ਼ ਹੋਇਆ ਹੋਣਾ ਯਾਕੂਬ। ਹਾਲੇਲੂਇਆ। ਤਬ ਇਜ਼ਰਾਈਲ ਆਪਣੇ ਕੋ ਸੰਭਾਲ ਕਰ ਘਾਟ ਪਰ ਬੈਠ ਗਿਆ। ਇਜ਼ਰਾਈਲ ਯਾਨੀ ਯਾਕੂਬ, ਹੁਣ ਉਹਨੂੰ ਯਾਕੂਬ ਨਹੀਂ ਕਿਹਾ ਗਿਆ, ਹੁਣ ਕੀ ਕਿਹਾ ਇਹ ਦੱਸੂਗਾ ਬਾਅਦ ਚੋਂ ਭੇਦ ਕਿਉਂ ਇੱਥੇ ਇਜ਼ਰਾਈਲ ਗਿਆ। ਆਪਣੀ ਤਾਕਤ ਕੁਦਰਤ ਇਕੱਠੀ ਕਰਕੇ ਆਪਣੇ ਬੈੱਡ ਦੇ ਉੱਪਰ ਬਹਿ ਗਿਆ। ਔਰ ਯਾਕੂਬ ਨੇ ਯੂਸਫ ਸੇ ਕਹਾ, ਜਿੱਦਾਂ ਯਾਕੂਬ ਦੇ ਸਾਹਮਣੇ ਯੂਸਫ ਆਇਆ ਤੇ ਉਹਨੂੰ ਉਹਨੇ ਕੀ ਕਿਹਾ? ਸਰਵ ਸ਼ਕਤੀਮਾਨ ਈਸ਼ਵਰ। ਕਿਹੜਾ ਈਸ਼ਵਰ? ਸਰਵ ਸ਼ਕਤੀਮਾਨ ਈਸ਼ਵਰ। ਬੋਲੋ ਅਲ ਸ਼ਦਾਈ। ਅਲ ਸ਼ਦਾਈ। ਬੋਲੋ ਅਲ ਸ਼ਦਾਈ। ਅਲ ਸ਼ਦਾਈ। ਮੇਰਾ ਪਰਮੇਸ਼ਵਰ। ਮੇਰਾ ਪਰਮੇਸ਼ਵਰ। ਅਲ ਸ਼ਦਾਈ ਪਰਮੇਸ਼ਵਰ। ਅਲ ਸ਼ਦਾਈ। ਸਰਵ ਸ਼ਕਤੀਮਾਨ ਪਰਮੇਸ਼ਵਰ। ਈਸ਼ਵਰ ਨੇ ਕਨਾਨ ਦੇਸ਼ ਮੇ ਲੂਜ ਨਗਰ ਕੇ ਪਾਸ ਮੁਝੇ ਦਰਸ਼ਨ ਦੇਕਰ ਆਸ਼ੀਸ਼ ਦੀ। ਯਾਕੂਬ ਕੀ ਕਹਿੰਦਾ? ਮੈਨੂੰ ਪਰਮੇਸ਼ਵਰ ਨੇ, ਅਲ ਸ਼ਦਾਈ ਪਰਮੇਸ਼ਵਰ ਨੇ ਲੂਜ ਕੀ ਆ? ਲੂਜ ਨਗਰ ਕੀ ਆ? ਬੇਤੇਲ। ਬੇਤੇਲ ਦੇ ਲਾਗੇ ਮੈਨੂੰ ਕੀ ਦਿੱਤੀ ਸੀ? ਆਸ਼ੀਸ਼ ਦਿੱਤੀ। ਇਹਨੂੰ ਗੱਲ ਯਾਦ ਆ ਗਈ ਕਿ ਪਰਮੇਸ਼ਵਰ ਨੇ ਮੈਨੂੰ ਆਸ਼ੀਸ਼ ਦਿੱਤੀ ਸੀ। ਜਿੱਦਾਂ ਹੀ ਉੱਠ ਕੇ ਬੈਠਾ, ਜਿੱਦਾਂ ਹੀ ਯੂਸਫ ਦੇ ਸਾਹਮਣੇ ਆਇਆ, ਨਾਲੇ ਉਹਨੂੰ ਦੱਸਣ ਲੱਗ ਪਿਆ ਕਿ ਮੈਨੂੰ ਪਰਮੇਸ਼ਵਰ ਨੇ ਕਿੱਥੇ ਆਸ਼ੀਸ਼ ਦਿੱਤੀ ਸੀ? ਬੇਤੇਲ। ਬੇਤੇਲ ਬੋਲੋ ਕੀ ਹੁੰਦਾ? ਕਿੱਥੋਂ ਆਸ਼ੀਸ਼ ਮਿਲੀ ਸੀ? ਔਰ ਕਹਾ, ਸੁਨ ਮੈਂ ਤੁਝੇ ਫਲਵੰਤ ਕਰਕੇ ਬਣਾਊਂਗਾ ਔਰ ਤੁਝੇ ਰਾਜ ਰਾਜੇ ਕੀ ਮੰਡਲੀ ਕਾ ਮੂਲ ਬਣਾਊਂਗਾ ਔਰ ਤੇਰੇ ਪਸ਼ਚਾਤ ਤੇਰੇ ਵੰਸ਼ ਕੋ ਯੇ ਦੇਸ਼ ਦੂੰਗਾ ਜਿਸਸੇ ਕਿ ਵੈ ਸਦਾ ਤੱਕ ਉਨਕੀ ਨਿਜ ਭੂਮੀ ਬਣੀ ਰਹੇ। ਹਾਲੇਲੂਇਆ। ਔਰ ਅਬ ਤੇਰੇ ਦੋਨੋਂ ਪੁੱਤਰੋਂ ਪੁੱਤਰ ਜੋ ਮਿਸਰ ਮੇ ਮੇਰੇ ਆਨੇ ਸੇ ਪਹਿਲੇ ਉਤਪਨ ਹੋਏ ਹੈ ਵੇ ਮੇਰੇ ਹੀ ਠਹਿਰੇਂਗੇ। ਕਹਿੰਦਾ ਜਿਹੜੇ ਤੇਰੇ ਦੋ ਮੁੰਡੇ ਕਿਹੜੇ? ਹਾਲੇ ਯੂਸਫ ਨੇ ਦੱਸਿਆ ਨਹੀਂ, ਯੂਸਫ ਕੁਛ ਨਹੀਂ ਹਾਲੇ ਬੋਲਿਆ ਅੱਗੇ। ਹਾਲੇਲੂਇਆ।
ਤੇ ਕੀ ਕਹਿੰਦਾ ਵਾ ਮਨਸ਼ੇ ਤੇ ਅਪਰਾਮ ਜਿਹੜੇ ਆ ਉਹ ਤੇਰੇ ਪੁੱਤਰ ਨਹੀਂ ਹੋ ਕੌਣ ਕਹਿੰਦਾ ਪਿਆ ਯਾਕੂਬ ਕਹਿੰਦਾ ਤੇਰੇ ਪੁੱਤਰ ਨਹੀਂ ਹੈ ਮੇਰੇ ਹੀ ਪੁੱਤਰ ਠਹਿਰਨਗੇ ਹਾਲੇਲੂਇਆ 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 ਅਰਥਾਤ ਜਿਸ ਰੀਤੀ ਸੇ ਰੂਬੇਨ ਔਰ ਸ਼ਿਮੋਨ ਮੇਰੇ ਹੈ ਉਸੀ ਰੀਤੀ ਸੇ ਅਪਰਾਮ ਔਰ ਮਨਸ਼ੇ ਵੀ ਮੇਰੇ ਠਹਿਰੇਂਗੇ ਕਹਿੰਦਾ ਜਿੱਦਾਂ ਮੇਰੇ ਪੁੱਤਰ ਯਾਕੂਬ ਕਹਿੰਦਾ ਜਿੱਦਾਂ ਸਭ ਤੋਂ ਵੱਡਾ ਰੂਬੇਨ ਆ ਫਿਰ ਸ਼ਿਮੋਨ ਆ ਜਿੱਦਾਂ ਉਹ ਮੇਰੇ ਬੇਟੇ ਆ ਉੱਦਾਂ ਹੀ ਹੁਣ ਤੇਰੇ ਪੁੱਤਰ ਵੀ ਦੋਨੋਂ ਮੇਰੇ ਪੁੱਤਰ ਠਹਿਰਨਗੇ ਬਟ ਇੱਥੇ ਉਹਨੇ ਇੱਕ ਸੀਕੁਐਂਸ ਚੇਂਜ ਕਰ ਦਿੱਤਾ ਪਹਿਲੇ ਨੰਬਰ 'ਤੇ ਕੌਣ ਸੀ ਤਾਂ ਦੂਜੇ ਨੰਬਰ 'ਤੇ ਅਪਰਾਮ ਪਰ ਇਹਨੇ ਕੀ ਕਰਤਾ ਯਾਕੂਬ ਨੂੰ ਕਹਿੰਦੇ ਕਿਹੜੇ ਨੰਬਰ 'ਤੇ ਕਰਤਾ ਅੱਗੇ ਦੱਸੂੰਗਾ ਚਲੋ ਹਾਲੇ ਨਹੀਂ ਔਰ ਉਨਕੇ ਪਸ਼ਚਾਤ ਤੇਰੀ ਜੋ ਸੰਤਾਨ ਉਤਪੰਨ ਹੋ ਵੇ ਮੇਰੇ ਤੋਂ ਵੇ ਤੇਰੇ ਤੋਂ ਠਹਿਰੇਂਗੇ ਪਰੰਤੂ ਬਟਵਾਰੇ ਕੇ ਸਮੇਂ ਮੈਂ ਵੇ ਆਪਣੇ ਭਾਈਓਂ ਹੀ ਕੇ ਵੰਸ਼ ਮੇਂ ਗਿਨੇ ਜਾਏਂਗੇ ਜਬ ਮੈਂ ਪਦਾਨ ਸੇ ਆਤਾ ਥਾ ਪਦਾਨ ਯਾਨੀ ਪਦਮ ਰਾਮ ਤੋਂ ਆਉਂਦਾ ਪਿਆ ਸੀ ਕਿੱਥੋਂ ਆਪਣੇ ਮਾਮੇ ਲਬਾਨ ਤੋਂ ਭੱਜ ਕੇ ਆਉਂਦਾ ਪਿਆ ਸੀ ਤਬ ਇਪਰਾਤਾ ਪਹੁੰਚਦੇ ਪਹੁੰਚਣੇ ਸੇ ਥੋੜ੍ਹੀ ਹੀ ਦੂਰ ਪਹਿਲੇ ਰਾਹੇਲ ਕਨਾਨ ਦੇਸ਼ ਮੇਂ ਮੇਰੀ ਘਰਵਾਲੀ ਕਹਿੰਦਾ ਜਿਹੜੀ ਰਾਹੇਲ ਸੀ ਉਹ ਕਨਾ ਤੇਰੀ ਮਾਂ ਮੰਮੀ ਤੇਰੀ ਯੂਸਫ ਉਹ ਰਾਹ ਦੇ ਵਿੱਚ ਕੀ ਹੋ ਗਿਆ ਉਹਦੀ ਮਾਰਗ ਮੇਂ ਮੇਰੇ ਸਾਹਮਣੇ ਮਰ ਗਈ ਔਰ ਮੈਨੇ ਉਸੇ ਵਹੀ ਅਰਥਾਤ ਇਪਰਾਤਾ ਜੋ ਬੈਤਲਹਮ ਵੀ ਕਹਿਲਾਤਾ ਹੈ ਉਸੀ ਕੇ ਮਾਰਗ ਮੇਂ ਮਿੱਟੀ ਦੀ ਇਹ ਪਰਮੇਸ਼ਰ ਕਲਾਮ ਇਸਕੇ ਪੜ੍ਹੇ ਔਰ ਸੁਣੇ ਜਾਣ ਪਰ ਆਸ਼ੀਸ਼ ਆਪਣੀਆਂ ਅੱਖਾਂ ਨੂੰ ਬੰਦ ਕਰ ਆਪਣੇ ਹੱਥ ਨੂੰ ਉਸਮਾਨ ਵੱਲ ਚੱਕੋ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਯੇਸ਼ੂ ਤੇਰਾ ਧੰਨਵਾਦ ਥੈਂਕ ਯੂ ਲੋਰਡ ਬੋਲੋ ਪ੍ਰਭੂ ਅੱਜ ਦੇ ਵਚਨ ਦੇ ਦੁਆਰਾ ਮੈਂ ਆਸ਼ੀਸ਼ਿਤ ਹੋਵਾਂ ਮੈਂ ਆਸ਼ੀਸ਼ਿਤ ਹੋਵਾਂ ਹਾਲੇਲੂਇਆ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਪੁੱਛੋ ਗੁਆਂਢੀ ਨੂੰ ਤੁਸੀਂ ਕੌਣ ਆ ਕਹਿ ਰੁਕ ਰੁਕ ਪਰਮੇਸ਼ੁਰ ਪੁੱਛਦਾ ਪਿਆ ਤੂੰ ਕੌਣ ਹੋ ਬੋਲੋ ਹਾਲੇਲੂਇਆ ਪਰਮੇਸ਼ੁਰ ਪੁੱਛਦਾ ਪਿਆ ਤੂੰ ਨਾਲ ਹੀ ਪਰਮੇਸ਼ੁਰ ਨਾਲ ਹੀ ਅਗਲੀ ਲਾਈਨ 'ਚ ਕਹਿੰਦਾ ਮੈਂ ਤੁਮੇ ਆਸ਼ੀਸ਼ਿਤ ਕਰਨਾ ਚਾਹਤਾ ਹੂੰ ਉਹ ਸਮੇਂ ਲੱਗੀ ਕਿ ਨਹੀਂ ਅੱਗੇ ਜਾ ਕੇ ਪਤਾ ਲੱਗੂਗਾ ਇਹਦਾ ਮਤਲਬ ਕੀ ਆ ਬੋਲੋ ਤੂੰ ਕੌਣ ਹੋ ਪਰਮੇਸ਼ੁਰ ਤੁਮੇ ਆਸ਼ੀਸ਼ਿਤ ਕਰਨਾ ਚਾਹਤਾ ਹੈ ਜ਼ੋਰ ਦੀ ਬੋਲੋ ਹਾਲੇਲੂਇਆ ਤੁਹਾਨੂੰ 12ਵੇਂ ਮਹੀਨੇ ਦੇ ਵਿੱਚ ਜਿੱਦਾਂ 11 ਮਹੀਨੇ ਲੰਘੇ ਉਦਾਂ ਹੀ ਨਹੀਂ ਐਂਟਰ ਕਰਾਉਣਾ ਚਾਹੁੰਦਾ ਪਰ ਉਹਦੇ ਲਈ ਤੁਹਾਡੀ ਸਹਿਮਤੀ ਹੋਣੀ ਬੜੀ ਜ਼ਰੂਰੀ ਆ ਹਾਲੇਲੂਇਆ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਯਾਕੂਬ ਕੀ ਕਹਿੰਦਾ ਸੀ ਯਾਕੂਬ ਕਹਿੰਦਾ ਯੂਸਫ ਨੂੰ ਇਹ ਤੋਂ ਪਿਛਲੀ ਜਦੋਂ ਚੈਪਟਰ ਅਸੀਂ ਪੜ੍ਹਦੇ ਚੱਲੀ ਗਿਆ ਕਹਿੰਦਾ ਯਾਕੂਬ ਕਹਿੰਦਾ ਯੂਸਫ ਨੂੰ ਕਹਿੰਦਾ ਮੈਨੂੰ ਮਿਸਰ ਦੇਸ਼ ਦੇ ਵਿੱਚ ਜਦੋਂ ਮੈਂ ਮਰ ਜੂੰਗਾ ਉਦੋਂ ਨਾ ਨੱਪੀ ਮੈਨੂੰ ਕਿੱਥੇ ਲਿਜਾ ਕੇ ਨੱਪੀ ਜਿੱਥੇ ਮੇਰੇ ਬਾਪ ਦਾਦਾ ਨੂੰ ਨੱਪਿਆ ਮਰਮੇ ਦੇ ਵਿੱਚ ਉੱਥੇ ਲਿਜਾ ਕੇ ਮੈਨੂੰ ਨੱਪੀ ਕਿਉਂ ਇੱਦਾਂ ਕਿਹਾ ਯਾਕੂਬ ਨੇ ਕੌਣ ਕੌਣ ਜਾਣਨਾ ਚਾਹੁੰਦਾ ਪਰ ਕਿ ਯਾਕੂਬ ਕਹਿੰਦਾ ਮੈਨੂੰ ਲੈ ਕੇ ਤਾਂ ਉੱਥੋਂ ਕਨਾਨ ਦੇ ਵਿੱਚੋਂ ਮੈਨੂੰ ਲੈ ਕੇ ਤਾਂ ਮੇਰੇ 11 ਬੇਟੇ ਆਏ ਆ ਤੇਰੇ ਕੋਲ ਯੂਸਫ ਪਰ ਮੈਂ ਹੁਣ ਇਹ ਨਹੀਂ ਚਾਹੁੰਦਾ ਕਿ ਉਹੀ 11 ਮੈਨੂੰ ਵਾਪਸ ਲੈ ਕੇ ਜਾਣ ਤੂੰ ਇੱਕ ਮੇਰੇ ਨਾਲ ਵਾਅਦਾ ਕਰ ਕਿ ਲੈ ਕੇ ਉਹ ਆਇਆ ਮਿਸਰ ਦੇ ਵਿੱਚ ਪਰ ਮਿਸਰ ਤੋਂ ਵਾਪਸ ਕਨਾਨ ਦੇ ਵਿੱਚ ਮੈਨੂੰ ਇੱਕ ਤੂੰ ਲੈ ਕੇ ਜਾਏ ਔਰ ਇੱਕ ਉਹ ਕੋਈ ਨਹੀਂ ਹੋਰ ਬਲਕਿ ਜਿਹਦਾ ਨਾਮ ਪ੍ਰਭੂ ਯੇਸ਼ੂ ਮਸੀਹ ਆ ਉਹੀ ਆ ਇੱਕ ਜਿਹੜਾ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜ਼ੋਰ ਦੀ ਬੋਲੋ ਹਾਲੇਲੂਇਆ ਜ਼ੋਰ ਦੀ ਬੋਲੋ ਹਾਲੇਲੂਇਆ ਔਰ ਜਿੱਦਾਂ ਹੀ ਉਹਨੂੰ ਪਤਾ ਲੱਗਾ ਜਿੱਦਾਂ ਯੂਸਫ ਨੂੰ ਜਿੱਦਾਂ ਹੀ ਯੂਸਫ ਜਿਹੜਾ ਕੋਲ ਗਿਆ ਕਿਹਦੇ ਕੋਲ ਯਾਕੂਬ ਦੇ ਕੋਲ ਗਿਆ ਔਰ ਯਾਕੂਬ ਕਿੰਨੇ ਸਾਲਾਂ ਦਾ ਰਾਊਂਡ ਅਬਾਊਟ ਇੱਥੇ 147 ਸਾਲਾਂ ਦੇ ਲਾਗੇ ਛਾਗੇ ਦੀ ਉਮਰ ਆ ਕਿੰਨੀ ਪਰ ਨੂਹ ਦੇ ਟਾਈਮ ਤੇ ਪਰਮੇਸ਼ਰ ਨੇ ਕਿੰਨੀ ਉਮਰ ਫਿਕਸ ਕੀਤੀ ਸੀ 147 ਸਾਲਾਂ ਦਾ ਕਿੱਦਾਂ ਹੋ ਗਿਆ ਇਸ ਕਰਕੇ 147 ਸਾਲਾਂ ਦਾ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਇਸ ਲਾਈਨ ਨੂੰ ਪੱਕਾ ਕਰਨਾ ਸੀ ਕਿ ਮੈਂ ਪਰਮੇਸ਼ਵਰ ਅਬਰਾਹਮ ਦਾ ਇਸਹਾਕ ਦਾ ਤੇ ਯਾਕੂਬ ਦਾ ਪਰਮੇਸ਼ਵਰ ਆ ਔਰ ਜਿਹਦਾ ਮੈਂ ਪਰਮੇਸ਼ਵਰ ਆ ਉਹਦੀ ਉਮਰ ਆਪੇ ਉਹਦੇ ਜ਼ਿੰਦਗੀ ਦੇ ਦਿਨ ਆਪੇ ਹੀ ਬਦਲ ਗਏ ਯਿਸੂ ਮਸੀਹ ਦੇ ਨਾਮ ਦੇ ਵਿੱਚ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਔਰ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਯੂਸਫ ਜਿਹੜਾ ਆ ਉਹ ਗੁਸ਼ੇਨ ਦੇ ਵਿੱਚ ਨਹੀਂ ਰਹਿੰਦਾ ਪਿਆ ਗੁਸ਼ੇਨ ਦੇ ਵਿੱਚ ਕਿਉਂ ਨਹੀਂ ਰਹਿੰਦਾ ਉਹਨੂੰ ਤਾਂ ਪਿਓ ਮਿਲ ਗਿਆ 20 ਸਾਲਾਂ ਬਾਅਦ ਆਪਣੇ ਪਿਓ ਦੇ ਕੋਲ ਰਹਿਣਾ ਚਾਹੀਦਾ ਸੀ ਉਹਨੂੰ ਸਾਡੇ ਵਰਗਾ ਹੁੰਦਾ ਤਾਂ ਆਪਣੇ ਪਿਓ ਦੇ ਕੋਲ ਹੀ ਰਹਿੰਦਾ ਬਟ ਉਹਨੂੰ ਪਤਾ ਸੀ ਮੇਰਾ ਇੱਕ ਹੋਰ ਵੱਡਾ ਪਿਓ ਆ ਜਿਹਨੇ ਮੇਰੀ ਡਿਊਟੀ ਲਈ ਆ ਮਿਸਰ ਦੇਸ਼ ਦੇ ਵਿੱਚ
ਸੁਣੋ 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 ਸੁਣੋ, ਜਿਹੜਾ ਮੇਰਾ ਵੱਡਾ ਪਿਓ ਆ ਅਸਮਾਨੀ ਖੁਦਾਵੰਦ, ਜੇ ਉਹ ਮੇਰੇ ਨਾਲ ਨਾ ਹੁੰਦਾ ਤਾਂ ਮੈਂ ਮਿਸਰ ਦਾ ਗਵਰਨਰ ਨਾ ਹੁੰਦਾ। ਇਸ ਕਰਕੇ ਭਾਵੇਂ ਮੇਰਾ ਧਰਤੀ ਦਾ ਪਿਓ ਆ ਗਿਆ, ਪਰ ਮੈਂ ਆਪਣੇ ਅਸਮਾਨੀ ਬਾਪ ਦੇ ਦਿੱਤੇ ਹੋਈ ਪਲੇਸ ਦੇ ਉੱਪਰ ਜਾਣਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੁਸੀਂ ਵੀ ਜਾਓਗੇ ਆਪਣੀ ਆਪਣੀ ਨਿਰਧਾਰਿਤ ਪਲੇਸਿਸ ਤੇ ਇਨ ਦਾ ਨੇਮ ਆਫ ਜੀਸਸ। ਔਰ ਯੂਸਫ ਨੂੰ ਪਤਾ ਸੀ ਮੈਂ ਆਪਣੇ ਨਿਰਧਾਰਿਤ ਪਲੇਸ ਤੋਂ ਹਟਣਾ ਨਹੀਂ ਹੈ। ਬੋਲੋ ਹਾਲੇਲੂਇਆ। ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਨਿਰਧਾਰਿਤ ਪਲੇਸ ਤੋਂ ਹਟ ਜਾਂਦੇ ਆ, ਔਰ ਜਦੋਂ ਆਪਣੇ ਨਿਰਧਾਰਿਤ ਪਲੇਸ ਤੋਂ ਹਟ ਜਾਂਦੇ, ਆਪਣੇ ਨਿਰਧਾਰਿਤ ਸਥਾਨ ਤੋਂ ਹਟ ਜਾਂਦੇ, ਉਹਨਾਂ ਦੀ ਬਰਕਤ ਉਹਨਾਂ ਤੋਂ ਹਟ ਜਾਂਦੀ ਆ। ਮੈਨੂੰ ਬੜਾ ਦੁੱਖ ਲੱਗਾ, ਇੱਕ ਕਿਸੇ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਕਹਿੰਦਾ ਫਿਰ ਦੁਬਾਰਾ ਮੇਰੀ ਟ੍ਰਾਂਸਫਰ ਜਿੱਥੋਂ ਮੇਰੀ ਹੋਈ ਸੀ ਉੱਥੇ ਪਹਿਲਾਂ ਹੋ ਗਈ ਆ। ਉਹਨੇ ਮਨ ਚ ਸੋਚਿਆ, ਮੈਂ ਕਿਹਾ ਕਿੰਨਾ 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 ਲੋਕਾਂ ਨੂੰ ਪਤਾ ਨਹੀਂ ਲੱਗਦਾ, ਲੋਕੀ ਕਿੰਨੇ ਬੇਵਕੂਫ, ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਬੇਥੇਲ ਤੋਂ ਸਾਨੂੰ ਆਸ਼ੀਸ਼ ਮਿਲੀ ਆ, ਤੇ ਬੇਥਲ ਦੇ ਵਿੱਚ ਜਾ ਕੇ ਉਹ ਕਨਫਰਮ ਹੋਣੀ ਆ। ਤੁਹਾਨੂੰ ਪਤਾ ਯਾਕੂਬ ਦਾ ਨਾਮ ਇਜ਼ਰਾਈਲ ਪਰਮੇਸ਼ਵਰ ਨੇ ਦੂਜੀ ਵਾਰੀ ਕਨਫਰਮ ਕੀਤਾ ਸੀ। ਬਾਈਬਲ ਪੜ੍ਹ ਕੇ ਦੇਖ ਲਓ, ਪਰਮੇਸ਼ਵਰ ਨੇ ਦੂਜੀ ਵਾਰੀ ਜਦੋਂ ਬੇਥੇਲ ਦੇ ਵਿੱਚ ਯਾਕੂਬ ਕਿਹਾ, ਪਰਮੇਸ਼ਵਰ ਕਹਿੰਦਾ ਹੁਣ ਤੋਂ ਫੇਰ ਦੁਬਾਰਾ ਤੇਰਾ ਨਾਮ ਕਨਫਰਮ ਹੁੰਦਾ ਕਿ ਤੇਰਾ ਨਾਮ ਯਾਕੂਬ ਨਹੀਂ, ਤੇਰਾ ਨਾਮ ਇਜ਼ਰਾਈਲ ਹੋਵੇਗਾ। ਹਾਲੇਲੂਇਆ, ਜ਼ੋਰ ਸੇ ਬੋਲੀਏ ਤੁਹਾਡਾ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਅੱਜ ਇੱਕ ਸਵਾਲ ਆ ਕਿ ਅਸੀਂ ਯੂਸਫ ਵਰਗੇ ਪਰਮੇਸ਼ਵਰ ਨੇ ਜਿਹੜਾ ਨਿਰਧਾਰਿਤ ਸਥਾਨ ਸਾਡੇ ਲਈ ਰੱਖਿਆ, ਕਿ ਅਸੀਂ ਉੱਥੇ ਹੀ ਆ ਕਿ ਅਸੀਂ ਆਪਣੀ ਦੁਨੀਆ ਦੀ ਰਿਸ਼ਤੇਦਾਰੀ ਨੂੰ ਦੇਖ ਕੇ ਭਟਕ ਤਾਂ ਨਹੀਂ ਜਾਂਦੇ ਉਸ ਸਥਾਨ ਤੋਂ। ਹਾਲੇਲੂਇਆ। ਸੰਡੇ ਨੂੰ ਵੀ ਟਾਈਮ ਆ, ਥਰਸਡੇ ਨੂੰ ਟਾਈਮ ਆ ਮੀਟਿੰਗ ਦਾ, ਲੇਕਿਨ ਮੀਟਿੰਗ ਦੇ ਟਾਈਮ ਤੇ ਕੋਈ ਰਿਸ਼ਤੇਦਾਰ ਨਹੀਂ ਆਉਣਾ। ਉਹਨੇ ਕਹਿਣਾ ਆ ਕੇ ਕਹਿਣਾ ਹਾਂਜੀ ਆ ਗਿਆ ਮੈਂ, ਬਣਾਓ ਜੀ ਰੋਟੀ ਸਬਜ਼ੀ। ਉਹਨੇ ਕਿਹਾ ਭਾਈ ਰੋਟੀ ਸਬਜ਼ੀ ਬਾਅਦ ਚੋਂ, ਪਹਿਲਾਂ ਅਸਮਾਨੀ ਰੋਟੀ ਲੈ ਕੇ ਆਵਾਂ ਮੈਂ ਚਰਚ ਦੇ ਵਿੱਚੋਂ ਜਾ ਕੇ। ਹਾਲੇਲੂਇਆ, ਜ਼ੋਰ ਦੀ ਬੋਲਾਂਗੇ ਹਾਲੇਲੂਇਆ। ਪਰ ਜਿੱਦਾਂ ਹੀ ਯੂਸਫ ਆਪਣੇ ਨਿਰਧਾਰਿਤ ਪਲੇਸ ਤੇ ਸੀਗਾ, ਜਿੱਦਾਂ ਹੀ ਉਹਨੂੰ ਪਤਾ ਲੱਗਾ ਕਿ ਮੇਰਾ ਬਾਪ ਬਿਮਾਰ ਆ, ਉਦੋਂ ਹੀ ਉਹ ਭੱਜਿਆ ਭੱਜਿਆ ਆਪਣੇ ਦੋਨੋਂ ਮੁੰਡਿਆਂ ਨੂੰ ਨਾਲ ਲਿਆ ਔਰ ਆਪਣੇ ਬਾਪ ਦੇ ਕੋਲ ਗਿਆ। ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਔਰ ਬਾਈਬਲ 'ਚ ਲਿਖਿਆ ਕਿ ਉਹਨੇ ਮਨਸ਼ੇ ਤੇ ਅਪਰੈਮ ਨੂੰ ਲਿਆ, ਬਹਿ ਜਾਓ ਆਪਣੀ ਜਗ੍ਹਾ ਤੇ। ਇਹਨੂੰ ਕਿਹਨੂੰ ਲਿਆ? ਮਨਸ਼ੇ ਤੇ। ਜ਼ੋਰ ਸੇ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ, ਜ਼ੋਰ ਦੀ ਬੋਲੋ ਹਾਲੇਲੂਇਆ। ਮਨਸ਼ੇ ਤੇ, ਯਾਨੀ ਕਿ ਪਹਿਲੇ ਨੰਬਰ ਤੇ ਜਨਮਿਆ ਕਿਹੜਾ ਸੀਗਾ? ਮਨਸ਼ੇ। ਦੂਜੇ ਨੰਬਰ ਤੇ ਜਨਮਿਆ ਕਿਹੜਾ ਸੀਗਾ? ਅਪਰੈਮ। ਉਹਨੇ ਤਾਂ ਕਿਆ ਕਹਿੰਦਾ, ਮਨਸ਼ੇ ਨੂੰ ਪਹਿਲਾਂ ਲਿਆ ਫਿਰ ਅਪਰੈਮ ਨੂੰ ਉਹਨੇ ਲਿਆ। ਹਾਲੇਲੂਇਆ। ਯਾਨੀ ਉਹ ਚਾਹੁੰਦਾ ਸੀ ਮਨਸ਼ੇ ਵੱਡਾ ਆ, ਮਨਸ਼ੇ ਨੂੰ ਵੀ ਲੈ ਲਾ, ਔਰ ਅਪਰੈਮ ਛੋਟਾ ਆ, ਛੋਟੇ ਨੂੰ ਵੀ ਲੈ ਲਾ, ਚੱਲ ਪਿਓ ਕੋਲ ਲੈ ਕੇ ਜਾਣਾ, ਦੇਖਦੇ ਹੁੰਦਾ ਕੀ ਉੱਥੇ ਜਾ ਕੇ। ਉਹਨੂੰ ਪਤਾ ਸੀ ਹੋਣਾ ਕੀ ਆ, ਕਿਉਂਕਿ ਉਹ ਜਦੋਂ ਫੈਰੌਨ ਦੇ ਸਾਹਮਣੇ ਲੈ ਕੇ ਗਿਆ ਸੀ ਆਪਣੇ ਪਿਓ ਨੂੰ, ਉਹਨੂੰ ਪਤਾ ਮੇਰਾ ਬਾਪ ਬਲੈਸਿੰਗ ਸਪੈਸ਼ਲਿਸਟ ਆ, ਉਹ ਬਲੈਸਿੰਗ ਸਪੈਸ਼ਲਿਸਟ ਆ, ਮੇਰਾ ਅਸਮਾਨੀ ਬਾਪ ਬਲੈਸਿੰਗ ਸਪੈਸ਼ਲਿਸਟ ਆ, ਉਹ ਜਾਣਦਾ ਕਿੱਦਾਂ ਬਲੈਸਿੰਗ ਕਿਹੜੇ ਟਾਈਮ ਤੇ ਕਿੰਨੇ ਵਜੇ ਤੁਹਾਨੂੰ ਦੇਣੀ ਆ। ਹਾਲੇਲੂਇਆ। ਆਪਣੇ ਬਾਪ ਕੋਲ ਲੈ ਕੇ ਗਿਆ। ਹਾਲੇਲੂਇਆ। ਮਨਸ਼ੇ ਪਹਿਲਾਂ ਲਿਆ ਉਹਨੇ, ਉਸ ਤੋਂ ਬਾਅਦ ਅਪਰੈਮ ਨੂੰ ਲਿਆ। ਹਾਲੇਲੂਇਆ। ਜਿੱਦਾਂ ਹੀ ਉਹਨੂੰ ਪਤਾ ਲੱਗਾ ਇਹਨੂੰ ਯਾਕੂਬ ਨੂੰ ਕਿ ਮੇਰਾ ਬੇਟਾ ਯੂਸਫ ਆ ਰਿਹਾ, ਉਹਨੇ ਆਪਣੀ ਤਾਕਤ ਸਾਰੀ, ਕਹਿੰਦੇ ਵਚਨ 'ਚ ਲਿਖਿਆ, ਇੰਗਲਿਸ਼ ਦੀ ਬਾਈਬਲ ਜਦੋਂ ਪੜ੍ਹਦੇ ਲਿਖਿਆ, ਉਹਨੇ ਸਾਰੀ ਆਪਣੀ ਤਾਕਤ ਨੂੰ ਇਕੱਠਾ ਕੀਤਾ ਔਰ ਬਹਿ ਗਿਆ। ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ, 11 ਭਰਾ ਜਿਹੜੇ ਸੀਗੇ, ਇੱਕ ਬਿਨਿਆਮੀਨ ਨੂੰ ਛੱਡ ਕੇ ਜਿਹੜੇ 10 ਭਰਾ ਸੀ, ਉਹਨਾਂ ਦੀ ਲਾਈਫ ਤੇ ਬਦਲ ਚੁੱਕੀ ਸੀ, ਪਰ ਫਿਰ ਜਦੋਂ ਗੋਸ਼ੇਨ ਦੇ ਵਿੱਚ ਗਏ ਫਿਰ ਆਪਣੇ ਬਾਪ ਨੂੰ ਭੁੱਲ ਚੁੱਕੇ ਸੀਗੇ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਯੂਸਫ ਜਦੋਂ ਯਾਕੂਬ ਨੂੰ ਲੈ ਕੇ ਗਿਆ, ਔਰ ਯਾਕੂਬ ਇਕੱਲਾ ਨਹੀਂ ਗਿਆ ਸੀ, ਕਿਉਂਕਿ ਯਾਕੂਬ ਇੱਕ ਕੁਸ਼ਤੀ ਲੜ ਚੁੱਕਿਆ ਸੀ ਜਿਹਦਾ ਕਰਕੇ ਉਹ ਲੰਗੜਾ ਕੇ ਤੁਰਦਾ ਸੀ, ਜਿਹਦਾ ਕਰਕੇ ਉਹਦੇ ਬੇਟੇ ਯੂਸਫ ਨੇ ਉਹਨੂੰ ਫੜ ਕੇ ਫਿਰੌਨ ਦੇ ਸਾਹਮਣੇ ਪੇਸ਼ ਕੀਤਾ ਸੀ। ਯਾਕੂਬ, ਤੁਹਾਨੂੰ ਪਤਾ ਕਿ ਨਹੀਂ ਪਤਾ, ਯਾਕੂਬ ਇੱਕ ਕੁਸ਼ਤੀ ਲੜਿਆ ਸੀ ਰਾਤ ਪੂਰੀ ਕਿਹਦੇ ਨਾਲ? ਤਾਂ ਹੀ ਉਹਦਾ ਨਾਮ ਇਜ਼ਰਾਈਲ ਹੋਇਆ ਸੀਗਾ। ਅੱਜ ਉਹ ਕੁਸ਼ਤੀ ਤੁਹਾਨੂੰ ਲੜਨੀ ਪੈਣੀ ਆ। ਹਾਲੇਲੂਇਆ। ਔਰ ਦੇਖੋ ਇੱਥੇ ਉਹਨੂੰ ਕੋਈ ਚੱਕਰ ਵਾਲਾ ਨਹੀਂ ਹੈਗਾ, ਪਰ ਉਹ ਯਾਕੂਬ ਨੂੰ ਯਾਦ ਆ ਗਿਆ ਕਿ ਮੈਂ ਇੱਕ ਕੁਸ਼ਤੀ ਲੜੀ ਸੀ, ਮੈਂ ਪਰਮੇਸ਼ਵਰ ਨਾਲ, ਪਰਮੇਸ਼ਵਰ ਨੇ ਮੇਰੇ ਨਾਮ ਨੂੰ ਚੇਂਜ ਕੀਤਾ ਸੀ, ਉਸੇ ਤਾਕਤ ਨੂੰ ਉਹਨੇ ਲਿਆ ਔਰ ਆਪਣੇ ਬਿਸਤਰੇ ਤੋਂ ਆਪੇ ਉੱਠ ਕੇ ਬਹਿ ਗਿਆ। ਅੱਜ ਜੇ ਪਰਮੇਸ਼ਵਰ ਨੇ ਤੁਹਾਨੂੰ ਤਾਕਤ ਦਿੱਤੀ ਹੈ, ਤੁਹਾਨੂੰ 10 ਮੁੰਡਿਆਂ ਦੀ ਲੋੜ ਨਹੀਂ, ਤੁਹਾਨੂੰ ਫੜ ਕੇ ਚੱਕਾ ਖੜਾ ਕਰਨਗੇ। ਕਿਉਂਕਿ ਇਜ਼ਰਾਈਲ ਦਾ ਮਤਲਬ ਕੀ ਆ ਕਿ ਮਨੁੱਸ਼ ਦੇ ਨਾਲ ਵੀ ਲੜਿਆ ਤੇ ਪਰਮੇਸ਼ਵਰ ਦੇ ਨਾਲ ਵੀ ਲੜਿਆ ਤੇ ਪ੍ਰਬਲ ਹੋ ਗਿਆ। ਉਹ ਤੁਸੀਂ ਵੀ ਪ੍ਰਬਲ ਹੋਵੋਗੇ ਸ਼ੈਤਾਨ ਦੇ ਉੱਪਰ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ।
ਓ ਹਾਲੇਲੂਯਾ ਜੋਰ ਦੀ ਉੱਚੀ ਦਨੀ ਬੋਲੋ ਹਾਲੇਲੂਯਾ ਜੋਰ ਦੀ ਬੋਲੋ ਹਾਲੇਲੂਯਾ ਜੋਰ ਦੀ ਬੋਲੋ ਹਾਲੇਲੂਯਾ ਯਾਕੂਬ ਬਿਮਾਰ ਸੀਗਾ ਜਿੱਦਾਂ ਹੀ ਪਤਾ ਲੱਗਾ ਯੂਸਫ ਨੂੰ ਫਟਾਫਟ ਭੱਜਿਆ ਭੱਜਿਆ ਆਇਆ ਆਪਣੇ ਬਾਪ ਦੇ ਕੋਲ ਪਰ ਜਿੱਦਾਂ ਹੀ ਯਾਕੂਬ ਜਿਹੜਾ ਸੀਗਾ ਉਹਨੂੰ ਪਤਾ ਲੱਗਾ ਮੇਰਾ ਜਿਹੜਾ ਇੱਕ ਪਾਰਟ ਟੁੱਟਿਆ ਹੋਇਆ ਜਿਹੜਾ ਮੇਰਾ ਇੱਕ ਭਾਗ ਟੁੱਟਿਆ ਹੋਇਆ ਮਿਸਰ ਦੇ ਵਿੱਚ ਸੀਗਾ ਉਹ ਮਿਸਰ ਦਾ ਭਾਗ ਹੁਣ ਵਾਪਸ ਆ ਰਿਹਾ ਜਿੱਦਾਂ ਹੀ ਉਹਨੂੰ ਪਤਾ ਲੱਗਾ ਉਹਦੀ ਸਟਰੈਂਥ ਉਹਦੀ ਤਾਕਤ ਵਾਪਸ ਆ ਗਈ ਉਹ ਮਿਸਿੰਗ ਭਾਗ ਤੁਹਾਡੇ ਵਾਪਸ ਆਉਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹਨਾਂ ਕਰਕੇ ਤੁਹਾਡੀ ਸਟਰੈਂਥ ਕੰਪਲੀਟ ਨਹੀਂ ਆ ਉਹ ਸਟਰੈਂਥ ਕੰਪਲੀਟ ਹੋਵੇ ਰਾਈਟ ਨਾਓ ਇਨ ਦ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ ਆਫ ਨਾਜ਼ਰਤ ਹਾਲੇਲੂਯਾ ਹਾਲੇਲੂਯਾ ਜੋਰ ਸੇ ਬੋਲੋ ਆਮੀਨ ਆਮੀਨ ਜੋਰ ਸੇ ਬੋਲੋ ਆਮੀਨ ਆਮੀਨ ਜੋਰ ਦੀ ਬੋਲੋ ਆਮੀਨ ਆਮੀਨ ਯਾਕੂਬ ਇੱਥੇ ਵੀਕ ਹੋ ਚੁੱਕਿਆ ਸੀ 147 ਸਾਲਾਂ ਦੇ ਲਗਭਗ ਉਹਦੀ ਉਮਰ ਹੋ ਚੁੱਕੀ ਸੀ ਆਮੀਨ ਆਮੀਨ ਹਾਲੇਲੂਯਾ ਔਰ ਇਸ ਤੋਂ ਬਾਅਦ ਉਹ ਕਹਿੰਦਾ ਨਾਲ ਹੀ ਜਿੱਦਾਂ ਯੂਸਫ ਸਾਹਮਣੇ ਆਉਂਦਾ ਯੂਸਫ ਦੇ ਸਾਹਮਣੇ ਬੋਲਣਾ ਸ਼ੁਰੂ ਕਰਦਾ ਕਹਿੰਦਾ ਸਰਵ ਸ਼ਕਤੀਮਾਨ ਪਰਮੇਸ਼ਵਰ ਉਹਨੇ ਬੇਥੇਲ ਦੇ ਵਿੱਚ ਮੈਨੂੰ ਦਰਸ਼ਨ ਦਿੱਤੇ ਸੀ ਔਰ ਮੈਨੂੰ ਕੀ ਦਿੱਤੀ ਸੀਗੀ ਆਸ਼ੀਸ਼ ਦਿੱਤੀ ਸੀ ਬੋਲੋ ਹਾਲੇਲੂਯਾ ਇਹਦਾ ਮਤਲਬ ਜਦੋਂ ਯੂਸਫ ਉਹਦੇ ਕੋਲ ਆਉਂਦਾ ਹੋਣਾ ਯਾਕੂਬ ਮਨ ਦੇ ਵਿੱਚ ਬੇਤੇਲ ਦੇ ਪਰਮੇਸ਼ਰ ਬਾਰੇ ਸੋਚਦਾ ਹੋਣਾ ਉਹ ਸਮਝ ਨਹੀਂ ਲੱਗਦੀ ਪਿਤਾ ਨੂੰ ਗੱਲ ਦੀ ਜਿੱਦਾਂ ਹੀ ਉਹਨੂੰ ਪਤਾ ਲੱਗਿਆ ਹੋਣਾ ਯਾਕੂਬ ਨੂੰ ਕਿ ਯੂਸਫ ਮੇਰੇ ਕੋਲ ਆ ਗਿਆ ਉਹ ਬੇਤੇਲ ਦੇ ਸੀਨ ਨੂੰ ਸੋਚਦਾ ਹੋਣਾ ਉਹ ਬੇਤੇਲ ਦੇ ਬਾਰੇ ਸੋਚਦਾ ਹੋਣਾ ਬੇਤੇਲ ਦਾ ਮਤਲਬ ਕੀ ਆ ਪਰਮੇਸ਼ਰ ਦਾ ਘਰ ਤੇ ਜਦੋਂ ਕੋਈ ਬੰਦਾ ਬੇਤੇਲ ਦੇ ਬਾਰੇ ਸੋਚਦਾ ਉਹਦੀ ਤਾਕਤ ਕਿੱਦਾਂ ਨਹੀਂ ਮੁੜ ਕੇ ਵਾਪਸ ਆਏਗੀ ਓ ਤੁਹਾਡਾ ਹਾਲੇਲੂਯਾ ਓ ਜੇ ਤੁਸੀਂ ਬੇਤੇਲ ਦੇ ਵਿੱਚ ਆਏ ਆ ਉਹਨੇ ਤਾਂ ਬੇਤੇਲ ਦੇ ਬਾਰੇ ਸੋਚਿਆ ਹੀ ਸੀਗਾ ਤੁਸੀਂ ਤਾਂ ਬੇਤੇਲ ਦੇ ਵਿੱਚ ਪਰਮੇਸ਼ਵਰ ਦੇ ਘਰ ਦੇ ਵਿੱਚ ਆਏ ਗਏ ਤੁਹਾਡੀ ਤਾਕਤ ਕਿੱਦਾਂ ਨਹੀਂ ਮੁੜ ਕੇ ਵਾਪਸ ਆਏਗੀ ਤੁਹਾਡੀ ਸ਼ਕਤੀ ਕਿੱਦਾਂ ਨਹੀਂ ਮੁੜ ਕੇ ਵਾਪਸ ਆਏਗੀ ਤੁਹਾਡੀ ਸਾਮਰਥ ਕਿੱਦਾਂ ਨਹੀਂ ਮੁੜ ਕੇ ਵਾਪਸ ਆਏਗੀ ਯੇਸ਼ੂ ਮਸੀਹ ਦੇ ਸਾਮਰਥੀ 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 ਨਾਮ ਦੇ ਵਿੱਚ ਜਦੋਂ ਆਕਾਸ਼ ਦੇ ਉੱਤੋਂ ਮੰਨਾ ਡਿੱਗਦਾ ਪਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਮੰਨਾ ਮੰਨਾ ਜਿਹੜਾ ਵਰਡ ਆ ਉਹਦਾ ਮਤਲਬ ਕੀ ਆ ਇਹ ਮੰਨਾ ਡਿੱਗਦਾ ਪਿਆ ਸੀ ਅਸਮਾਨ ਤੋਂ ਲੋਕੀ ਕਹਿੰਦੇ ਸੀਗੇ ਮੰਨਾ ਇਹ ਹਾਲੇਲੂਯਾ ਮੰਨਾ ਕਿੱਥੋਂ ਡਿੱਗਦਾ ਪਿਆ ਸੀ ਅਸਮਾਨ ਤੋਂ ਡਿੱਗਦਾ ਪਿਆ ਤਾਂ ਲੋਕੀ ਕੀ ਕਹਿੰਦੇ ਪਏ ਸੀ ਇਹ ਅੱਜ ਵੀ ਡਿੱਗਦਾ ਪਿਆ ਸਮਝ ਨਹੀਂ ਲੱਗਦੀ ਪਈ ਉਹਨਾਂ ਨੂੰ ਸਮਝ ਨਹੀਂ ਲੱਗਦੀ ਜਿਹਨਾਂ ਵਾਸਤੇ ਇਹ ਕਿਆ ਹੈ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਜਿਹਨਾਂ ਵਾਸਤੇ ਕੀ ਆ ਇਹ ਜ਼ੋਰ ਦੀ ਬੋਲੋ ਹਾਲੇਲੂਯਾ ਜ਼ੋਰ ਦੀ ਬੋਲੋ ਹਾਲੇਲੂਯਾ ਜ਼ੋਰ ਦੀ ਬੋਲੋ ਹਾਲੇਲੂਯਾ ਪਰ ਤੁਹਾਨੂੰ ਪਤਾ ਆ ਇਹ ਕਿਆ ਹੈ ਇਹ ਉਹੀ ਸੁਣੋ 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 ਉਸ ਟਾਈਮ ਤੇ ਮੰਨਾ ਡਿੱਗਿਆ ਸੀ ਅਸਮਾਨ ਦੇ ਵਿੱਚੋਂ ਔਰ ਜਿਹੜਾ ਇੱਕ 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 ਦਿਨ ਦੀ ਖੁਰਾਕ ਤੋਂ ਜ਼ਿਆਦਾ ਇਕੱਠਾ ਕਰ ਲੈਂਦਾ ਸੀ ਉਹ ਕਹਿੰਦਾ ਅਗਲੇ ਦਿਨ ਖਰਾਬ ਹੋ ਜਾਂਦਾ ਸੀਗਾ ਹਾਂ ਪਰ ਇੱਕ ਆਇਆ ਜਿਹੜਾ ਕਹਿੰਦਾ ਮੈਂ ਤਾਂ ਜੀਵਨ ਦੀ ਮੈਂ ਮੰਨਾ ਨਾਲੋਂ ਵੱਟ ਕੇ ਹਾਂ ਲੋਕੀ ਕਹਿੰਦੇ ਇਹ ਕਿਆ ਹੈ ਤੇ ਮੈਂ ਦੱਸੂਗਾ ਮੈਂ ਪਰਮੇਸ਼ਵਰ ਦਾ ਪੁੱਤਰ ਆ ਤੁਮ ਕੌਣ ਹੋ ਮੈਂ ਤੁਮੇ ਆਸ਼ੀਸ਼ਿਤ ਕਰਨਾ ਚਾਹਤਾ ਹੂੰ ਪਰਮੇਸ਼ਵਰ ਦੇ ਕਹਿਣ ਦਾ ਮਤਲਬ ਇਹ ਨਹੀਂ ਤੁਹਾਡੀ ਆਈਡੈਂਟੀ ਨੂੰ ਪੁੱਛਣਾ ਚਾਹੁੰਦਾ ਪਰਮੇਸ਼ਵਰ ਦੇ ਕਹਿਣ ਦਾ ਮਤਲਬ ਤੂੰ ਕੋਈ ਵੀ ਹੈਗਾ ਕੋ ਨਹੀਂ ਆ ਕੋਈ ਵੀ ਕਿਸੇ ਵੀ ਧਰਮ ਕਿਸੇ ਵੀ ਜਾਤੀ ਤੋਂ ਬਿਲੋਂਗ ਕਿਉਂ ਨਹੀਂ ਕਰਦਾ ਕਿਉਂਕਿ ਮੈਂ ਧਰਮ ਨੂੰ ਸਥਾਪਿਤ ਕਰਨ ਵਾਸਤੇ ਨਹੀਂ ਦੁਨੀਆਂ 'ਤੇ ਆਇਆ ਮੈਂ ਧਾਰਮਿਕਤਾ ਨੂੰ ਸਥਾਪਿਤ ਕਰਨ ਵਾਸਤੇ ਆਇਆ ਮੈਂ ਪਵਿੱਤਰਤਾਈ ਨੂੰ ਸਥਾਪਿਤ ਕਰਨ ਵਾਸਤੇ ਆਇਆ ਸਿਰਫ ਤੂੰ ਮੇਰੇ ਕੋਲ ਆ ਜਾ ਮੈਂ ਹੀ ਤੈਨੂੰ ਪਵਿੱਤਰ ਕਰ ਸਕਦਾ ਮੈਂ ਹੀ ਤੈਨੂੰ ਧਰਮੀ ਬਣਾ ਸਕਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਉਹ ਤੁਹਾਡਾ ਹਾਲੇਲੂਯਾ ਉੱਚਾ ਹੋਣਾ ਚਾਹੀਦਾ ਮੈਂ ਕਿਹਾ ਜ਼ੋਰ ਦੀ ਬੋਲੋ ਹਾਲੇ ਜਿੱਦਾਂ ਹੀ ਯਾਕੂਬ ਨੂੰ ਪਤਾ ਲੱਗਾ ਜਿੱਦਾਂ ਹੀ ਇਜ਼ਰਾਈਲ ਨੂੰ ਪਤਾ ਲੱਗ ਗਿਆ ਕਿ ਯੂਸਫ ਮੁੜ ਕੇ ਆ ਰਿਹਾ ਪਹਿਲਾਂ ਤਾਂ ਉਹਦੀ ਤਾਕਤ ਵਾਪਸ ਆ ਗਈ ਦੂਜੇ ਨੰਬਰ 'ਤੇ ਉਹਨੇ ਬਲੈਸਿੰਗ ਦਾ ਟਾਈਮ ਯਾਦ ਕੀਤਾ ਪਤਾ ਕਿਉਂ ਬੋਲੋ ਹਾਲੇਲੂਯਾ ਉਹਨੇ ਬਲੈਸਿੰਗ ਦਾ ਟਾਈਮ ਕਿਉਂ ਯਾਦ ਕੀਤਾ ਉਹਨੇ ਬਲੈਸਿੰਗ ਦਾ ਟਾਈਮ ਇਸ ਕਰਕੇ ਯਾਦ ਕੀਤਾ ਕਿਉਂਕਿ ਹੁਣ ਜਿਹੜਾ ਸਾਹਮਣੇ ਉਹਦੇ ਆਇਆ ਸੀ ਯੂਸਫ ਹੁਣ ਉਹਦਾ ਟਾਈਮ ਆ ਗਿਆ ਸੀ ਉਹਨੂੰ ਬਲੈਸ ਕਰਨ ਦਾ ਇਸ ਕਰਕੇ ਉਹਨੇ ਪਹਿਲਾਂ ਆਪਣੀ ਬਲੈਸਿੰਗ ਨੂੰ ਯਾਦ ਕੀਤਾ ਤਾਂ ਕੁਛ ਲੋਕ ਆ ਉਹ ਤੁਹਾਨੂੰ ਦੇਖ ਕੇ ਉਹ ਬਲੈਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਆਪ ਨਹੀਂ ਬਲੈਸ ਹੋਣਾ ਚਾਹੁੰਦੇ ਬਾਈਬਲ 'ਚ ਕੀ ਲਿਖਿਆ ਜਿਹੜਾ ਇਜ਼ਰਾਈਲ ਨੂੰ ਬਲੈਸ ਕਰੇਗਾ ਪਰਮੇਸ਼ਵਰ ਉਹਨੂੰ ਬਲੈਸ ਕਰੇਗਾ ਜਿਹੜਾ ਇਜ਼ਰਾਈਲ ਨੂੰ ਕਰਸ ਕਰੇਗਾ ਪਰਮੇਸ਼ਵਰ ਉਹਨੂੰ ਕਰਸ ਕਰੇਗਾ ਇੱਦਾਂ ਹੀ ਲਿਖਿਆ ਕਿ ਨਹੀਂ ਹਾਲੇਲੂਯਾ ਇੱਦਾਂ ਹੀ ਆ ਕਿ ਨਹੀਂ ਪਰਮੇਸ਼ਵਰ ਯਿਸੂ ਮਸੀਹ ਆਇਆ ਕਹਿੰਦਾ ਜਿੰਨਾ ਮਰਜ਼ੀ ਕਰਸ ਕਰ ਲਓ ਮੈਨੂੰ
जिन्ना मर्जी मैनू मार लो जिन्ना मर्जी कुट लो क्योंकि जब तक मैं कबर च नहीं जाऊंगा तुम मैं करस करते पे आही जरा करस तुम मैनू करते पे इसी करस न लैके मैं कबर च जाऊंगा यही तेरे गुस्से तेरे करस तेरे तेरे मारन कुटन मैं कबर के छड़ के मुड़ के बार प्रभु यीशु मसीह जानता सी करस नू ब्लैसिंग दे विच कितना कन्वर्ट करना इस करके आज कोई करस रह नहीं सकता तुहाडी लाइफ दे विच तुहाडी लाइफ दे विच यीशु मसीह आ जे तुहाडी लाइफ दे विच रियलिटी दे विच प्रभु यीशु मसीह कोई भी करस बोलो रह नहीं सकता ओ जोर दी बोलो हालेलुया जोर दी बोलो हालेलुया ओनू याद आए ओ वचन किनू याकूब नू वचन याद आए जिन्हां वचनां दे नाल याकूब नू परमेश्वर ने की कीता सी ब्लैसिंग वड्डी गल नहीं हैगी शब्द वड्डी गल आ केड़ा वर्ड तुहाडे कोल आ ओ वड्डी गल आ और परमेश्वर अज तुहानू एक वर्ड दे रहा और ओ वर्ड हैगा कि तू कौन आ मैं तेनू ब्लैस करना चाहना कहिंदा मतलब आ तेरी ब्लैसिंग नू रोकण वास्ते कुछ चीजा हैगीआं जिहड़ी इंस्ट्रक्शन तू फॉलो नहीं कीती हालेलुया जोर दी बोलो हालेलुया प्रभु यीशु मसीह जिन्नी वारी भी अपने चेलिआं नाल गल करदा सी उहनू एक इंस्ट्रक्शन दिंदा सी अपने चेलिआं नू दिंदा सी कि नहीं दिंदा सी पर चेले इंस्ट्रक्शन नहीं फॉलो करते थे जे की फॉलो पतरस ने जिनी देर फॉलो की उन्नी देर पानी के उपर तुरता रहा जिदा ही इंस्ट्रक्शन भुली तो लहर दिखी अज तू इंस्ट्रक्शन पानी के उपर भी चला सकती है और सुनो पानी के उपर चलन का मतलब नहीं कि पानी के समुद्र के उपर जाके तुम तुरना शुरू कर दो यीशु मसीह नहीं आई या यीशु मसीह ने तुम कमांड नहीं किया पानी के उपर तुरन वास्ते बेवकूफी होगी बहुत वड्डी हालेलुया पानी के उपर तुरन का मतलब आ कि वह परिस्थितियां जिड़ियां तेनों डुबोंदियां सी हुण तू उन्हां दे विच्चों उत्तों दी इदां ही निकल जाएगा और वह परिस्थितियां तेरे पैरां दे थले होणगियां ओ जीसस तुहाडा हालेलुया चर्च मैं क्या है और उन्हां नूं ब्लैसिंग आई कि परमेश्वर ने मैनूं बैठो अपनी जगह ते जबान च नहीं बहना हालेलुया बोलिए हालेलुया सभी मिलकर बोलेंगे शायद मैं क्या हिंदी च बोलना शायद बोल ही देंगे हालेलुया बोल दो हालेलुया उन्हें ब्लैसिंग याद आई कि परमेश्वर ने उन्हें कहा कि मैं तेरे वंश नू बहुत ज्यादा बढ़ाऊंगा तू मूल पिता होवेगा मैं तेरे 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 जो वंश है इन्हों सदा दे लई आह जगह कनान सदा दे लई बोलो कदों फॉर एवर बोलो फॉर एवर उस प्रोमिस लैंड नू परमेश्वर की कहता हमेशा दे लई तेनू बोलो हालेलुया बोलो हालेलुया बोलो हालेलुया हुण इह की सोच बैठे सीगे इजराइली सोच बैठे कि जिहड़ा प्रोमिस लैंड परमेश्वर ने प्रोमिस किया वह धरती ते आ जिहड़ा प्रोमिस लैंड जिहड़ा परमेश्वर ने वादा किया होया जिहड़ा जमीन दित्ती वह धरती के उपर स्थापित आ वी कनान च जावांगे तां असीं प्रोमिस लैंड दे विच आ धरती ते कोई भी चीज फॉर एवर है नहीं गी रहेगा नाम सदा तिकर मसीह दा कोई चीज नहीं रहेगी और कोई भी चीज फॉर एवर मैं प्रूफ दिना बाइबल चो तुहानू जे यीशु मसीह स्वर्ग चो ना हुंदा ना ते उह धरती ते तुरिया फिरदा हुंदा साडे वांगू किन्नी देर वास्ते थोड़े टाइम वास्ते हालेलुया धरती ते रहिंदा थोड़े टाइम वास्ते मरदा भी ना पर उह आया उह मरिया वह कब्र के बाहर निकलिया फिर दोबारा आसमान चला गया क्योंकि वह धरती बिलोंग नहीं करता सी क्योंकि जिहड़ी चीज धरती बिलोंग करती फॉर एवर नहीं हैगी क्योंकि फॉर एवर जगह तो आया सी उस प्रोमिस वाली जगह तो आया सी और उन्हें उस प्रोमिस वाली जगह से वापस भी जाना सी यीशु मसीह ने जे ताड़ी लाइफ दे विच प्रोमिस हैगा प्रभु यीशु मसीह दा तुसी भी अपनी प्रोमिस वाली जगह ते जाओगे ओ हालेलुया पर कुछ लोग हाले भी भुलेखे दे विच आ कि शायद उस प्रोमिस लैंड दे विच असी एंटर करना वह प्रोमिस लैंड धरती ते हो ही नहीं सकता क्योंकि धरती ते हर एक चीज नाश होने वाली चीज आ और जेड़ा स्वर्ग तो उतरिया ना वह नाश नहीं हो सकता और उहदी एग्जाम्पल यीशु मसीह ने दिती कि मैं स्वर्ग तो ही उतरिया कि मैं धरती का ना समझ लो आमीन जिन्हिया चीजा तुम्हारी लाइफ के जड़िया प्रभु यीशु मसीह वालों उतरिया वह इंटरनल आ यीशु मसीह के नाम से तो इंटरनल लाइफ के एंटर करोगे यीशु मसीह के नाम
ਔਰ ਉਹਨੇ ਕਿਹਾ ਤੁਹਾਨੂੰ ਹਮੇਸ਼ਾ ਦੇ ਲਈ, ਉਹ ਯਾਕੂਬ ਕਹਿੰਦਾ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਤੁਹਾਨੂੰ ਹਮੇਸ਼ਾ ਦੇ ਲਈ ਇਹ ਜਗ੍ਹਾ ਮੈਂ ਦੇ ਦੂੰ, ਉਹ ਇਸਰਾਇਲੀਓ। ਪਰਮੇਸ਼ਰ ਧਰਤੀ ਦੇ ਕਨਾਨ ਦੀ ਗੱਲ ਨਹੀਂ ਕਰਦਾ ਪਿਆ ਸੀ, ਪਰਮੇਸ਼ਰ ਉਸ ਕਨਾਨ ਦੀ ਗੱਲ ਕਰਦਾ ਪਿਆ ਸੀ। ਉਹ ਜਦੋਂ ਅੱਗ ਦਾ ਖੰਭਾ ਬੱਦਲ ਦਾ ਖੰਭਾ ਬਣ ਕੇ ਤੁਹਾਡੇ ਨਾਲ ਚੱਲੇਗਾ, ਉਹੀ ਕਨਾਨ ਆ ਜਦੋਂ ਯੇਸ਼ੂ ਤੁਹਾਡੇ ਨਾਲ ਆ, ਪਰਮੇਸ਼ਰ ਤੁਹਾਡੇ ਨਾਲ ਆ। ਓ ਹਾਲੇਲੂਇਆ। ਕਨਾਨ ਨੂੰ ਸਮਝੀ ਬੈਠੇ ਕਿ ਸ਼ਾਇਦ ਕੋਈ ਰਜਿਸਟਰੀ ਹੋਣੀ ਆ ਕਨਾਨ ਦੇ ਨਾਮ ਤੇ, ਤਾਂ ਸਾਈਨ ਹੋਣੇ ਆ। ਹਾਂ, ਸਾਈਨ ਹੋ ਚੁੱਕੇ ਸੀ ਸਵਰਗ ਦੇ ਵਿੱਚ ਯਿਸੂ ਮਸੀਹ ਦੇ ਲਹੂ, ਜਿਹੜਾ ਧਰਤੀ ਦੀਆਂ ਨੀਆਂ ਰੱਖਣ ਤੋਂ ਪਹਿਲਾਂ ਵੀ ਬਹਾ ਦਿੱਤਾ ਗਿਆ ਸੀ, ਕਿਉਂਕਿ ਧਰਤੀ ਦੀਆਂ ਨੀਆਂ ਉਹਦੇ ਲਹੂ ਦੇ ਨਾਲ ਲੱਗੀਆਂ ਗਈਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਓ ਤੁਹਾਡਾ ਹਾਲੇਲੂਇਆ ਚਰਚ। ਜਾ ਕੇ ਸੰਸਾਰ ਨੂੰ ਦੱਸ ਦਿਓ ਅਸੀਂ ਅਨੰਤ ਜੀਵਨ 'ਚ ਦਾਖਲ ਹੋਣ ਵਾਲੇ ਲੋਕ ਹਾਂ, ਅਸੀਂ ਇਟਰਨਲ ਲੋਕ ਆ, ਇਟਰਨਲ, ਕਿਉਂਕਿ ਜਿਹੜਾ ਸਵਰਗ ਚ ਉਤਰਿਆ ਉਹ ਇਟਰਨਲ ਆ, ਜਿਹੜਾ ਧਰਤੀ ਦਾ ਆ ਉਹ ਇਟਰਨਲ ਨਹੀਂ ਆ, ਉਹ ਹਮੇਸ਼ਾ ਦਾ ਨਹੀਂ ਆ, ਕਿਉਂਕਿ ਧਰਤੀ ਦੇ ਉੱਤੇ ਜਿੰਨੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ ਇੱਕ ਦਿਨ ਖਤਮ ਹੋਣਾ ਆ। ਬੋਲੋ ਹਾਲੇਲੂਇਆ। ਹੋਣਾ ਖਤਮ ਸਾਰੀਆਂ ਚੀਜ਼ਾਂ ਜਿਹੜੀਆਂ ਧਰਤੀ 'ਤੇ, ਬਟ ਇੱਕੋ ਚੀਜ਼ ਰਹੇਗੀ, ਉਹ ਹੈਗਾ ਆ ਜਿਹੜਾ ਅਬਦ ਤੱਕ ਰਹੇਗਾ, ਉਹ ਹੈਗਾ ਪਰਮੇਸ਼ਵਰ ਦਾ ਵਚਨ। ਔਰ ਮੇਰੇ ਪ੍ਰੀਏ ਭਾਈਓ ਤੇ ਭੈਣੋ, ਸੁਣ ਲਓ ਧਿਆਨ ਦੇ ਨਾਲ ਇਹ ਵੀ ਗੱਲ ਸੁਣ ਲਓ, ਜਦ ਤੱਕ ਯਿਸੂ ਮਸੀਹ ਨਹੀਂ ਆਇਆ ਤਦ ਤੱਕ ਅਨੁਗ੍ਰਹਿ ਆ, ਜਦੋਂ ਯਿਸੂ ਮਸੀਹ ਆ ਗਿਆ ਉਹਨਾਂ ਕੇ ਹਿਸਾਬ ਕਿਤਾਬ ਕਰਨਾ, ਅਨੁਗ੍ਰਹਿ ਚੱਕਿਆ ਜਾਣਾ ਆ। ਇਸ ਕਰਕੇ ਹੁਣ ਸਮਾਂ ਹੈਗਾ ਆ। ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਪਰ ਜਿੱਦਾਂ ਹੀ ਜਿਹੜਾ ਯਾਕੂਬ ਆ ਉਹਦੇ ਸਾਹਮਣੇ ਕੌਣ ਆਉਂਦਾ? ਯੂਸਫ ਆਉਂਦਾ। ਉਹ ਕੀ ਕਹਿੰਦਾ? ਆ ਜਿਹੜੇ ਤੇਰੇ ਦੋ ਮੁੰਡੇ ਆ ਇਹ ਮੇਰੇ ਹੋਣਗੇ। ਦੇਖਿਆ ਨਹੀਂ ਉਹਨੇ ਹਾਲੇ, ਕਿਉਂਕਿ ਉਹਦੀਆਂ ਅੱਖਾਂ ਕਮਜ਼ੋਰ ਆ ਔਰ ਬੁੱਢਾ ਹੋ ਚੁੱਕਾ, ਉਹਦੀਆਂ ਅੱਖਾਂ ਹਾਲੇ ਉਹਨੇ ਦੇਖਿਆ ਨਹੀਂ। ਕਹਿੰਦਾ ਜਿਹੜੇ ਤੇਰੇ ਦੋ ਬੇਟੇ ਹੋਏ ਨਾ ਮਿਸਰ ਦੇ ਵਿੱਚ, ਉਹ ਮੇਰੇ ਹੋਣਗੇ, ਜਿੱਦਾਂ ਮੇਰੇ ਬੇਟੇ ਰੂਬੇਨ ਤੇ ਸ਼ਿਮੋਨ ਆ। ਬੋਲੋ ਹਾਲੇਲੂਇਆ। ਪਰ ਉਹਨੇ ਨਾਮ ਦਾ ਸੀਕੁਐਂਸ ਚੇਂਜ ਕਰਤਾ। ਇਹਨੇ ਪਹਿਲਾਂ ਮਨਸ਼ੇ ਨੂੰ ਲਿਆ ਸੀ, ਦੂਜੇ ਨੰਬਰ ਤੇ ਇਫਰਾਇਮ ਨੂੰ ਲਿਆ ਸੀ, ਪਰ ਯਾਕੂਬ ਕਹਿੰਦਾ ਇਫਰਾਇਮ ਤੇ ਮਨਸ਼ੇ ਅੱਜ ਤੋਂ ਮੇਰੇ ਬੇਟੇ ਹੋਣਗੇ, ਕਿਉਂਕਿ ਦੇਖੋ ਸੁਣੋ ਮੇਰੀ ਗੱਲ, ਮੇਰੀ ਧਿਆਨ ਦੇ ਨਾਲ ਗੱਲ ਸੁਣੋ, ਛੋਟੇ ਦਾ ਨਾਮ ਪਹਿਲਾਂ ਲਿਆ, ਵੱਡੇ ਦਾ ਨਾਮ ਉਹ ਜੀ ਰਾ ਰਾ ਬਾ ਸੀ ਖਾ ਲਾ ਰਾ ਨਾ ਬਾ ਨਾ ਬਾ। ਕਿਉਂ? ਕਿਉਂਕਿ ਈਸਾਓ ਵੀ ਵੱਡਾ ਸੀ ਤੇ ਯਾਕੂਬ ਵੀ ਛੋਟਾ ਸੀ, ਇਹ ਆਪ ਛੋਟਾ ਸੀ ਔਰ ਇਹਨੂੰ ਪਤਾ ਸੀ ਛੋਟੇ ਹੋਣ ਦਾ ਕੀ ਹੁੰਦਾ, ਇਸ ਕਰਕੇ ਮੈਂ ਵੀ ਛੋਟੇ ਨੂੰ ਪਹਿਲਾਂ ਰੱਖੂਗਾ, ਛੋਟੇ ਨੂੰ ਬਲੈਸ ਕਰਕੇ। ਸੁਣੋ ਸੁਣੋ ਸੁਣੋ, ਔਰ ਯੂਸਫ ਤੂੰ ਵੀ ਕਿੰਨਵੇਂ ਨੰਬਰ ਵਾਲਾ ਆ? ਤੂੰ ਵੀ ਕਿੰਨਵੇਂ ਨੰਬਰ ਵਾਲਾ? 11 ਨੰਬਰ ਤੇ ਆ, ਤੂੰ ਵੀ ਸਭ ਤੋਂ ਛੋਟਾ, ਦੂਜੇ ਨੰਬਰ ਤੇ, ਸੈਕਿੰਡ ਲਾਸਟ ਸੀਗਾ। ਹਾਲੇਲੂਇਆ। ਤੇ ਅੱਜ ਤੂੰ ਦੇਖ ਤੂੰ ਕਿੰਨਾ ਆਸ਼ੀਸ਼ੀ ਦਾ, ਤੇ ਮੈਂ ਕੀ ਗੱਲ, ਮੈਂ ਨਹੀਂ ਸੀਕੁਐਂਸ ਚੇਂਜ ਕਰ ਸਕਦਾ, ਮੈਂ ਨਹੀਂ ਛੋਟੇ ਨੂੰ ਵੱਡਾ ਬਣਾ ਸਕਦਾ। ਉਹ ਮੇਰਾ ਪਰਮੇਸ਼ਰ ਵੱਡਿਆਂ ਵਾਸਤੇ ਨਹੀਂ ਆਇਆ, ਮੇਰਾ ਪਰਮੇਸ਼ਰ ਉਹਨਾਂ ਵਾਸਤੇ ਆਇਆ ਜਿਹੜੇ ਮਨ ਦੇ ਦੀਨ ਆ। ਹੁਣ ਕਈ ਲੋਕ ਇਸ ਚੀਜ਼ ਨੂੰ ਗਲਤ ਵੀ ਸੋਚ ਲੈਂਦੇ, ਕਹਿੰਦੇ ਲੈ ਜੀ ਅਮੀਰ ਲੋਕ ਨਰਕ 'ਚ ਜਾਣਗੇ ਤਾਂ ਗਰੀਬ ਲੋਕ ਸਵਰਗ 'ਚ ਨਹੀਂ, ਇੱਦਾਂ ਨਹੀਂ ਆ। ਬੋਲੋ ਹਾਲੇਲੂਇਆ, ਬੋਲੋ ਹਾਲੇਲੂਇਆ। ਜਿਹਨੇ ਆਪਣਾ ਧਨ ਸਵਰਗ 'ਚ ਇਕੱਠਾ ਕੀਤਾ ਆ ਉਹ ਸਵਰਗ ਦਾ ਵਾਸੀ ਆ, ਕਿਉਂਕਿ ਉਹਨੂੰ ਪਤਾ ਆਪਣਾ ਧਨ ਕਿੱਥੇ ਕਰਨਾ, ਜਿੱਥੇ ਮੈਂ ਰਹਿਣਾ, ਕਿਉਂਕਿ ਉੱਥੇ ਕੀੜਾ ਵੀ ਨਹੀਂ ਲੱਗਦਾ, ਉੱਥੇ ਤਾਂ ਸੜਕਾਂ ਹੀ ਸੋਨੇ ਦੀਆਂ ਆ। ਤੁਹਾਨੂੰ ਸਮਝ ਲੱਗਦੀ ਵੀ ਕਿ ਨਹੀਂ ਸਮਝ ਲੱਗਦੀ ਪਈ ਆ? ਬੋਲੋ ਹਾਲੇਲੂਇਆ, ਜ਼ੋਰ ਸੇ ਬੋਲੀਏ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਯਾਕੂਬ ਨੂੰ ਪਤਾ ਆ ਕਿ ਕਿਹੜਾ ਸੀਕੁਐਂਸ ਰੱਖਣਾ, ਅਪਰੈਮ ਨੂੰ ਪਹਿਲਾਂ ਰੱਖਣਾ ਕਿ ਮਨਸ਼ੇ ਨੂੰ, ਕਿਉਂਕਿ ਯਾਕੂਬ ਸਾਹਿਬ ਕੀ ਆ? ਬਲੈਸਿੰਗ ਸਪੈਸ਼ਲਿਸਟ। ਕੀ ਆ ਯਾਕੂਬ? ਕਿਉਂਕਿ ਯਾਕੂਬ ਦਾ ਨਾਮ ਹੁਣ ਯਾਕੂਬ ਨਹੀਂ, ਯਾਕੂਬ ਦਾ ਨਾਮ ਚੇਂਜ ਹੋ ਕੇ ਹੁਣ ਇਸਰਾਇਲ ਹੋ ਚੁੱਕਿਆ, ਇਸ ਕਰਕੇ ਉਹ ਬਲੈਸਿੰਗਸ। ਉਹ ਤੁਹਾਡਾ ਹਾਲੇਲੂਇਆ ਚਰਚ ਕਿੱਦਾਂ ਦਾ? ਕਹਿੰਦਾ ਅੱਜ ਤੋਂ ਤੂੰ ਇਹਨਾਂ ਦਾ ਪਿਤਾ ਨਹੀਂ ਹੋਵੇਂਗਾ ਬਲਕਿ। ਬੋਲੋ ਹਾਲੇਲੂਇਆ। ਸਿਮਿਲਰਲੀ ਜਿੱਦਾਂ ਯਾਕੂਬ ਨੇ ਕਿਹਾ ਯੂਸਫ ਤੇਰੇ ਬੇਟੇ ਮੇਰੇ ਹੋਣਗੇ, ਇੱਦਾਂ ਯਿਸੂ ਮਸੀਹ ਆਪਣੇ ਬਾਪ ਨੂੰ ਛੱਡ ਕੇ ਆਇਆ। ਕਹਿੰਦਾ ਜਿੰਨੇ ਧਰਤੀ ਦੇ ਉੱਤੇ ਹੈਗੇ ਸਾਰੇ ਜਿਹੜੇ ਮੇਰੇ ਅਨੁਗ੍ਰਹਿ ਦੇ ਅੰਡਰ ਆ ਜਾਣਗੇ, ਜਿਹੜੇ ਮੇਰੇ ਕਰੂਸ ਦੇ ਅੰਡਰ ਆ ਜਾਣਗੇ, ਇਹ ਮੇਰੇ ਬੇਟੇ ਤੇ ਮੇਰੇ ਬੇਟੀਆਂ ਹੋਣਗੇ, ਕਿਉਂਕਿ ਮੈਂ ਇਹਨਾਂ ਨੂੰ ਆਸ਼ੀਸ਼ਿਤ ਕਰਨਾ ਚਾਹੁੰਦਾ। ਇਨ ਦ ਨੇਮ ਆਫ ਜੀਸਸ। ਹਾਲੇਲੂਇਆ। ਯਾਕੂਬ ਕਹਿੰਦਾ ਯੂਸਫ ਜਿਹੜੇ ਤੇਰੇ ਹੋਰ ਮੁੰਡੇ ਹੋਣਗੇ ਉਹ ਮੇਰੇ ਨਹੀਂ, ਉਹ ਤੇਰੇ ਹੀ ਆ, ਉਹ ਭਰਾਵਾਂ ਦੇ ਨਾਲ ਹੀ ਉਹਨਾਂ ਦੀ ਥਾਂ ਵੰਡੀ ਜਾਏਗੀ, ਬਟ ਜਿਹੜੇ ਆਹ ਦੋ ਆ ਨਾ ਪਹਿਲੇ ਜਿਹੜੇ ਉਦੋਂ ਪੈਦਾ ਹੋਏ ਜਦੋਂ ਤੂੰ ਮੇਰੇ ਤੋਂ ਦੂਰ ਸੀਗਾ। ਕੌਣ ਕੌਣ ਜਾਣਨਾ ਚਾਹੁੰਦਾ ਤੂੰ ਮੇਰੇ ਕੋਲੋਂ ਕੀ ਸੀਗਾ?
ਦੂਰ ਸੀਗਾ, ਯਾਨੀ ਕਿ ਜਿਹੜਾ ਪਿਆਰ ਮੈਂ ਤੈਨੂੰ ਨਹੀਂ ਦੇ ਸਕਿਆ ਜਦੋਂ ਤੂੰ ਮੇਰੇ ਤੋਂ ਦੂਰ ਸੀਗਾ, ਜਦੋਂ ਆ ਦੋ ਬੇਟੇ ਤੇਰੇ ਪੈਦਾ ਹੋਏ, ਹੁਣ ਇਹਨਾਂ ਦੋਵਾਂ ਨੂੰ ਮੈਂ ਉਸ ਸਥਾਨ ਤੇ ਰੱਖੂਗਾ ਜਿਹੜਾ ਤੇਰਾ ਸਥਾਨ। ਔਰ ਸੁਣੋ ਯਾਕੂਬ, ਸੁਣੋ ਸੁਣੋ ਸੁਣੋ, ਯਾਕੂਬ ਦੇ 12 ਗੋਤਰਾਂ ਦੇ ਵਿੱਚ ਕਿਤੇ ਵੀ ਯੂਸਫ ਦਾ ਨਾਮ ਨਹੀਂ ਹੈਗਾ। ਪੜ੍ਹ ਕੇ ਪੜ੍ਹ ਲਓ, ਨਹੀਂ ਤਾਂ ਗਿਣਤੀ ਦੀ ਪੁਸਤਕ ਖੋਲ ਕੇ, ਕਿ ਯੂਸਫ ਮੁੰਡਾ ਨਹੀਂ ਸੀ ਯਾਕੂਬ ਦਾ? ਬੋਲੋ। ਪਰ ਪਰਮੇਸ਼ਵਰ, ਜਦੋਂ ਪਰਮੇਸ਼ਵਰ ਨੇ ਉਹਨੂੰ ਗਾਈਡ ਕੀਤਾ ਯਾਕੂਬ ਨੂੰ, ਯਾਕੂਬ ਨੂੰ ਕਿਹਾ, ਯਾਕੂਬ ਨੂੰ ਕਹਿੰਦਾ ਯੂਸਫ ਆ ਜਿਹੜੇ ਤੇਰੇ ਮੁੰਡੇ ਆ ਦੋ, ਇਹ ਮੇਰੇ ਹੋਣਗੇ, ਤੇਰੀ ਜਗ੍ਹਾ ਤੇ ਇਹਦਾ ਨਾਮ ਹੋਏਗਾ। ਔਰ ਦੂਜਾ ਹੁਣ ਯੂਸਫ ਜਿਹੜਾ ਸੀ ਉਹਦੀ ਜਗ੍ਹਾ ਤੇ ਇਬਰਾਹਿਮ ਆ ਗਿਆ, ਤੇ ਮਨਸ਼ੇ ਕਿੱਥੋਂ ਆ ਗਿਆ? ਫਿਰ ਮਨਸ਼ੇ ਵੀ ਤਾਂ ਹੈਗਾ ਆ 12 ਗੋਤਰਾਂ 'ਚ ਕਿ ਨਹੀਂ? ਜਿਹੜਾ ਲੇਵੀ ਸੀ ਨਾ, ਲੇਵੀ ਉਹਨੂੰ ਯਾਜਕੀ ਲੇਵੀ ਸੇਵਾ ਵਾਸਤੇ ਚੁਣ ਲਿਆ ਗਾ, ਉਹ ਲੇਵੀਆਂ ਦੇ ਵਿੱਚ ਜਾ ਕੇ ਰਲ ਗਿਆ, ਔਰ ਉਹਦੀ ਜਗ੍ਹਾ ਵੀ ਖਾਲੀ ਹੋ ਗਈ। ਔਰ ਯੂਸਫ ਦੀ ਜਗ੍ਹਾ ਤਾਂ ਪਹਿਲਾਂ ਹੀ ਖਾਲੀ ਸੀ, ਯੂਸਫ ਦੀ ਜਗ੍ਹਾ 'ਤੇ ਆ ਗਿਆ ਇਬਰਾਹਿਮ, ਤੇ ਲੇਵੀ ਦੀ ਜਗ੍ਹਾ 'ਤੇ ਆ ਗਿਆ ਮਨਸ਼ੇ। ਤੁਹਾਡਾ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਯਾਕੂਬ ਕਹਿੰਦਾ ਜਿਹੜੀ ਤੇਰੀ ਸਟਰਗਲ ਦੇ ਬੱਚੇ ਦੋ ਪੈਦਾ ਹੋਏ, ਸਟਰਗਲ ਤੋਂ ਪੈਦਾ ਹੋਏ, ਸਟਰਗਲ ਤੋਂ ਬਾਅਦ ਜਿਹੜੇ ਤੇਰੇ ਬੱਚੇ ਪੈਦਾ ਹੋਏ, ਉਹ ਬੱਚੇ ਮੇਰੇ ਹੋਣਗੇ। ਯੇਸ਼ੂ ਮਸੀਹ ਨੇ ਵੀ ਸਟਰਗਲ ਕੀਤੀ ਕਰੂਸ ਦੇ ਉੱਤੇ, ਕਰੂਸ ਤੋਂ ਬਾਅਦ ਜਿਹੜੇ ਨਵਾਂ ਜਨਮ ਪਾਏ ਆ ਉਹਦੇ ਬੱਚੇ ਆ, ਉਹ ਹਾਲੇਲੂਇਆ। ਤੁਹਾਡਾ ਹਾਲੇਲੂਇਆ ਉੱਚਾ ਹੋਣਾ ਚਾਹੀਦਾ, ਮੈਂ ਕਿਹਾ ਤੁਹਾਡਾ ਹਾਲੇਲੂਇਆ ਉੱਚੀ ਆਵਾਜ਼ ਦੇ ਨਾਲ ਹੋਣਾ ਚਾਹੀਦਾ। ਜ਼ੋਰ ਦੀ ਬੋਲੋ ਹਾਲੇਲੂਇਆ। ਕਹਿੰਦਾ ਬਹਿ ਜਾ ਆਪਣੀ ਜਗ੍ਹਾ ਤੇ, ਕਹਿੰਦਾ ਮੈਂ ਪਦਨ ਰਾਮ ਤੋਂ ਵਾਪਸ ਆਉਂਦਾ ਪਿਆ। ਯਾਕੂਬ ਕੀ ਕਹਿੰਦਾ? ਮੈਂ ਪਦਨ ਰਾਮ ਤੋਂ, ਤੇਰਾ ਚ ਰੇਚਲ ਮਰ ਗਈ ਕਨਾਨ ਦੇ ਵਿੱਚ ਆਉਂਦੇ ਹੀ, ਕਨਾਨ ਦੇ ਦੇਸ਼ ਦੇ ਵਿੱਚ ਹੀ ਉਹ ਹੋ ਗਈ, ਕਾਹਤੋਂ ਮਰ ਗਈ, ਬਾਕੀ ਸਾਰੇ ਜਿਉਂਦੇ ਆ, ਇਕੱਲੀ ਰੇਚਲ ਹੀ ਮਰੀ ਆ। ਕਦੀ ਸੋਚਿਆ? ਮੈਂ ਦੱਸਿਆ ਵੀ ਸੀ, ਕਿਉਂਕਿ ਟੈਰਾਫੀਮ ਆਪਣੇ ਨਾਲ ਚੁੱਕੀ ਫਿਰਦੀ ਸੀ ਆਪਣੇ ਪਿਓ ਦੇ। ਹਾਲੇਲੂਇਆ। ਦੂਜੇ ਨੰਬਰ 'ਤੇ ਉਹਨੇ ਮੌਕਾ ਵੀ ਦਿੱਤਾ, ਇਹਨੇ ਮੌਕਾ ਦਿੱਤਾ ਸੀ, ਕੌਣ ਸੀ ਇਹਦਾ ਹਸਬੈਂਡ? ਯਾਕੂਬ ਨੇ ਮੌਕਾ ਦਿੱਤਾ, ਕਹਿੰਦਾ ਜੇ ਕੁਛ ਹੈਗਾ ਤਾਂ ਕੱਢ ਦਿਓ ਬਾਹਰ। ਕਹਿੰਦੀ ਨਹੀਂ ਮੈਂ ਨਹੀਂ ਕਰਨਾ। ਕਹਿੰਦਾ ਚਲੋ, ਫਿਰ ਪਰਮੇਸ਼ੁਰ ਨੇ ਵੀ ਉਹਨੂੰ ਰਹਿਣ ਨਹੀਂ ਦਿੱਤਾ ਫਿਰ ਕਨਾਨ ਦੇ ਵਿੱਚ, ਕਿਉਂਕਿ ਪੰਨਾ ਕਨਾਨ ਦੇ ਵਿੱਚ ਟੈਰਾਫੀਮਸ ਨਹੀਂ ਰਹਿ ਸਕਦੇ, ਕਨਾਨ ਦੇ ਵਿੱਚ ਕੋਈ ਮੁਰਦਾ ਚੀਜ਼ ਨਹੀਂ ਰਹਿ ਸਕਦੀ, ਕਿਉਂਕਿ ਕਨਾਨ ਧਰਤੀ 'ਤੇ ਨਹੀਂ ਆ। ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਇੱਥੇ ਲੱਗਦਾ ਪਿਆ ਕਿ ਹੁਣੀ ਹੁਣੀ ਇਹ ਮੁੰਡਿਆਂ ਦੀ ਗੱਲ ਕਰਦਾ, ਹੁਣੀ ਰਾਹੇਲ ਦੀ ਗੱਲ ਕਰਨ ਲੱਗ ਪਿਆ, ਯਾਕੂਬ ਦਾ ਲੱਗਦਾ ਥੋੜਾ ਦਿਮਾਗ ਖਿਸਕ ਗਿਆ। ਬੋਲੋ ਹਾਲੇਲੂਇਆ। ਦਿਮਾਗ ਨਹੀਂ ਖਿਸਕਿਆ, ਉਹ ਆਪਣੇ ਦਿਲ ਦੇ ਟੁਕੜੇ ਦੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕਰਦਾ ਪਿਆ ਕਿ ਯੂਸਫ ਆ ਗਿਆ। ਉਹ 10 ਨਾ 11 ਨਾ ਮੈਂ ਸ਼ੇਅਰ ਨਹੀਂ ਕਰ ਸਕਦਾ, ਇਹੀ ਇੱਕੋ ਆ, ਤਾਂ ਹੀ ਇਕਲੌਤਾ ਬੇਟਾ ਪਰਮੇਸ਼ੁਰ ਨੇ ਯੇਸ਼ੂ ਮਸੀਹ ਆਪਣਾ ਭੇਜ ਦਿੱਤਾ, ਕਿਉਂਕਿ ਉਹ ਸੀ ਇਕਲੌਤੇ ਦੇ ਨਾਲ ਉਹਨੇ ਆਪਣੇ ਦਿਲ ਦੀ ਗੱਲ ਨੂੰ ਸ਼ੇਅਰ ਕੀਤਾ ਕਿ ਜਾ, ਇਹਨਾਂ ਦੇ ਪਾਪ ਬਹੁਤ ਵੱਧ ਚੁੱਕੇ ਆ, ਜਾ ਇਹਨਾਂ ਦੇ ਲਈ ਜਾਨ ਦੇ, ਔਰ ਇਹਨਾਂ ਦੇ ਜੀਵਨ ਨੂੰ ਬਚਾ ਯੇਸ਼ੂ ਮਸੀਹ ਦੇ ਸਮਰਤੀ ਨਾਮ ਦੇ ਵਿੱਚ। ਹਾਲੇਲੂਇਆ। ਫਿਰ ਇੰਨੀ ਦੇਰ ਹੋ ਗਈ, ਫਿਰ ਯੂਸਫ ਕਹਿੰਦਾ ਆਹ ਕੌਣ ਆ? ਥੋੜ੍ਹੀ ਕਿ ਨਜ਼ਰ ਉਹਦੀ ਦਿਖੀ ਹੋਣੀ, ਉਹਨੂੰ ਖੁੱਲੀ ਹੋਣੀ ਅੱਖ ਥੋੜ੍ਹੀ ਜਿਹੀ ਉਹਦੀ, ਕਿਉਂਕਿ ਉਹਨੂੰ ਦਿਖਦਾ ਨਹੀਂ ਪਿਆ। ਇਹਨੂੰ? ਯਾਕੂਬ ਨੂੰ। ਯਾਕੂਬ ਕਹਿੰਦਾ ਆਹ ਕੌਣ ਆ? ਦੋ ਜਣੇ ਜਿਹੜੇ ਖੜੇ ਆ ਨਾਲ ਤੇਰੇ, ਤੂੰ ਕੌਣ ਹੋ? ਕਹਿੰਦਾ ਇਹ ਕੌਣ ਆ? ਬੋਲੋ ਹਾਲੇਲੂਇਆ। ਹੁਣ ਮੈਨੂੰ ਬੜੀ ਹੈਰਾਨੀ ਹੋਈ, ਔਰ ਇਹ ਬਹੁਤ ਜ਼ਿਆਦਾ ਜ਼ਬਰਦਸਤ ਰੈਵਲੇਸ਼ਨ ਹੈ, ਸ਼ੈਤਾਨ ਦੀਆਂ ਧੱਜੀਆਂ ਆਉਣ ਵਾਲੀ ਰੈਵਲੇਸ਼ਨ ਆ। ਯਾਕੂਬ ਨੂੰ ਇਹ ਪਤਾ ਲੱਗ ਗਿਆ ਕਿ ਯੂਸਫ ਆ ਗਿਆ, ਔਰ ਉਹਨੇ ਡਾਇਰੈਕਟ ਯੂਸਫ ਨੂੰ ਪੁੱਛਿਆ ਵੀ ਨਹੀਂ ਤੂੰ ਯੂਸਫ ਆ, ਜਾਂ ਯੂਸਫ ਨੇ ਇਹ ਨਹੀਂ ਕਿਹਾ ਕਿ ਮੈਂ ਯੂਸਫ ਆ, ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਬਲੈਸਿੰਗ ਦੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਪਰਮੇਸ਼ਵਰ ਵੀ ਇੱਦਾਂ ਦਾ ਪਰਮੇਸ਼ਵਰ ਆ, ਤੁਹਾਨੂੰ ਨਹੀਂ ਪੁੱਛਦਾ ਪਾਪ ਕਿੱਦਾਂ ਦੇ ਸੀ, ਤੇਰੇ ਅਰਗਵਾਨੀ ਰੰਗ ਦੇ ਵੀ ਕਿਉਂ ਨਹੀਂ ਹੈਗੇ, ਮੇਰੇ ਕੋਲ ਆ, ਮੈਂ ਧੋ ਕੇ ਉਹਨਾਂ ਨੂੰ ਸ਼ਵੇਤ ਕਰ ਦੂੰਗਾ। ਤੇਰੇ ਪਾਪਾ ਦਾ ਵਾਦ ਵਿਵਾਦ ਕਰੀਏ ਤਾਂ ਕਿ ਤੇਰੇ ਪਾਪਾ ਨੂੰ ਮੈਂ ਤੇਰੇ ਤੋਂ ਦੂਰ ਕਰਦਾ, ਕਿਉਂਕਿ ਮੈਂ ਆਪਣੇ ਬੇਟੇ ਨੂੰ ਆਪਣੇ ਤੋਂ ਦੂਰ ਭੇਜਿਆ ਤਾਂ ਕਿ ਤੇਰੇ ਪਾਪ ਤੇਰੇ ਤੋਂ ਦੂਰ ਜਾ ਸਕਣ, ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਓ ਤੁਹਾਡਾ ਹਾਲੇਲੂਇਆ ਚਰਚ, ਆਮੇਨ, ਬਲੇਸਿੰਗ ਤੁਹਾਡੀ ਆ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ, ਹਾਲੇਲੂਇਆ। ਔਰ ਯਾਕੂਬ ਡਿਸਾਈਡ ਕਰ ਚੁੱਕਿਆ ਕਿ ਮੈਂ ਬਲੇਸਿੰਗ ਦੇਣੀ ਆ ਇਹਨੂੰ, ਯੂਸਫ ਦੇ
ਦੋ ਮੁੰਡਿਆਂ ਨੂੰ, ਪਰ ਹਾਲੇ ਉਹਨੇ ਉਹਨਾਂ ਨੂੰ ਦੇਖ ਨਹੀਂ ਸਕਦਾ ਪਿਆ ਚੰਗੇ ਤਰੀਕੇ ਦੇ ਨਾਲ, ਕਿਉਂਕਿ ਨਿਗਾਹ ਕੀ ਹੋ ਗਈ ਆ, ਨਿਗਾਹ ਕੀ ਹੋ ਗਈ ਆ, ਕਿਉਂਕਿ ਆਪਣੀ ਅੱਖਾਂ ਦੀ ਰੋਸ਼ਨੀ ਉਹ ਕੀ ਹੋ ਚੁੱਕਾ, ਹੋ ਚੁੱਕਾ, ਹਾਲੇਲੂਇਆ। ਔਰ ਤੁਸੀਂ ਇਹ ਦੇਖੋ ਬਈ ਉਹ ਯੂਸਫ ਨੂੰ ਬਿਨਾਂ ਦੇਖੀ ਪਛਾਣ ਗਿਆ। ਪਲੂਸ ਰਸੂਲ ਕੀ ਕਹਿੰਦਾ, ਕਹਿੰਦਾ ਧੰਨ ਨੇ ਉਹ ਜਿਨ੍ਹਾਂ ਨੇ ਬਿਨਾਂ ਦੇਖੇ। ਔਰ ਤੁਹਾਨੂੰ ਦਿਖਦਾ ਕੀ ਨਹੀਂ ਪਿਆ, ਇਬਰਾਨੀਓ ਦੇ ਵਿੱਚ ਲਿਖਿਆ ਵਿਸ਼ਵਾਸ ਕੀ ਆ, ਅਣਦੇਖੀਆਂ ਚੀਜ਼ਾਂ ਦਾ ਪ੍ਰਮਾਣ। ਅੱਜ ਸਾਨੂੰ ਕੀ ਨਹੀਂ ਦਿਖਦਾ ਪਿਆ, ਕਿਹੜੀ ਚੀਜ਼ ਤੇ ਵਿਸ਼ਵਾਸ ਕਰਨਾ, ਬਲੈਸਿੰਗ ਤੇ, ਮਿਰੇਕਲ ਤੇ, ਡਿਲੀਵਰੈਂਸ ਤੇ? ਨੋ, ਅੱਜ ਤੁਹਾਨੂੰ ਸਵਰਗ ਨਹੀਂ ਦਿਖਦਾ ਪਿਆ, ਸਵਰਗ ਤੇ ਵਿਸ਼ਵਾਸ ਜਿਹੜਾ ਹੈਗਾ ਆ ਉਹ ਆ ਅਸਲੀ ਵਿਸ਼ਵਾਸ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਜੋਰ ਦੀ ਬੋਲਾਂਗੇ ਹਾਲੇਲੂਇਆ। ਤੁਹਾਡਾ ਵੀ ਟਾਈਮ ਆ ਚੁੱਕਾ ਆ ਇਬਰਾਹਿਮ ਤੇ ਮਨਸ਼ੇ ਵਾਂਗੂ ਆਪਣੀ ਆਸ਼ੀਸ਼ ਨੂੰ ਲੈਣ ਦਾ, ਯੇਸ਼ੂ ਮਸੀਹ ਦੇ ਸਮਰਥ ਨਾਮ ਦੇ ਵਿੱਚ ਮੰਗਦੇ ਹਾਂ। ਓ ਯਾਕੂਬ ਕਹਿੰਦਾ ਬਾਕੀ ਗੱਲਾਂ ਬਾਅਦ ਚੋਂ ਕਰਾਂਗੇ, ਸਭ ਤੋਂ ਪਹਿਲਾਂ ਮੈਂ ਜਿਹੜੇ ਕੰਮ ਦੇ ਲਈ ਪਰਮੇਸ਼ਵਰ ਨੇ ਮੈਨੂੰ ਭੇਜਿਆ, ਜਿਹੜੇ ਕੰਮ ਦੇ ਲਈ ਮੇਰਾ ਯਾਕੂਬ ਤੋਂ ਨਾਮ ਚੇਂਜ ਕਰਕੇ ਇਸਰਾਇਲ ਕੀਤਾ। ਕਹਿੰਦਾ ਇਹ ਕੌਣ ਦੋ ਆ, ਮੈਂ ਇਹਨਾਂ ਨੂੰ ਆਸ਼ੀਸ਼ ਬਹਿ ਕੇ ਪਤਾ ਨਹੀਂ ਕਿੱਦਾਂ ਗੱਲ ਤੁਸੀਂ ਸੁਣ ਲਈ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਪਰਮੇਸ਼ਵਰ ਦਾ ਆਤਮਾ ਵੀ ਅੱਜ ਤੁਹਾਨੂੰ ਕਹਿੰਦਾ ਤੁਸੀਂ ਕੌਣ ਆ, ਮੈਂ ਤੁਹਾਨੂੰ ਬਲੈਸ ਕਰਨਾ ਚਾਹੁੰਦਾ ਆ। ਆਮੀਨ, ਜ਼ੋਰ ਦੀ ਬੋਲਾਂਗੇ ਆਮੀਨ, ਜ਼ੋਰ ਦੀ ਬੋਲਾਂਗੇ ਆਮੀਨ। ਯਾਕੂਬ ਦਾ ਨਾਮ ਚੇਂਜ ਹੋ ਕੇ ਇਜ਼ਰਾਈਲ ਹੋਣਾ, ਇਹੀ ਸਭ ਤੋਂ ਵੱਡੀ ਬਲੈਸਿੰਗ ਸੀ। ਔਰ ਜਦ ਤੱਕ ਯਾਕੂਬ ਯਾਕੂਬ ਸੀ ਉਹ ਬਲੈਸਿੰਗ ਦੇ ਨਹੀਂ ਸਕਦਾ ਸੀ, ਔਰ ਉਸ ਬਲੈਸਿੰਗ ਨੂੰ ਦੇਣ ਵਾਸਤੇ ਜਿਹੜਾ ਬਲੈਸਿੰਗਸ ਦੇਣ ਵਾਲਾ ਸੀ ਉਹਨੇ ਪੂਰੀ ਰਾਤ ਉਹਦੇ ਨਾਲ ਸੁਣੋ, ਉਹਨੇ ਲੜਾਈ ਕਰਕੇ ਲਿਆ ਕੀ ਉਹਦੇ ਕੋਲੋਂ, ਉਹਨੇ ਬਲੈਸਿੰਗ ਨਹੀਂ ਲਈ, ਉਹਨੇ ਬਲੈਸਿੰਗ ਅੱਗੇ ਦੇਣ ਦਾ ਅਧਿਕਾਰ ਵੀ ਓ ਬੋਲੋ ਹਾਲੇਲੂਇਆ, ਓ ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਯੂਸਫ ਕਹਿੰਦਾ ਮੇਰੇ ਦੋ ਬੇਟੇ ਆ, ਹਾਲੇ ਵੀ ਕਹਿੰਦਾ ਮੈਂ ਮੇਰੇ ਦੋ ਬੇਟੇ। ਯਾਕੂਬ ਕਹਿੰਦਾ ਯਾਰ ਤੇਰੀ ਥਾਂ ਤੇ ਇਹ ਦੋ ਹੋਣਗੇ, ਕਹਿੰਦਾ ਮੇਰੇ ਦੋ ਬੇਟੇ ਆ। ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਉਹ ਨਹੀਂ 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 ਨਹੀਂ, ਤੁਸੀਂ ਯੂਸਫ ਦੇ ਨਹੀਂ, ਤੁਸੀਂ ਪਰਮੇਸ਼ਵਰ ਦੇ ਬੇਟੇ ਦੇ ਬੇਟੀਆਂ। ਜ਼ੋਰ ਦੀ ਬੋਲੋ ਹਾਲੇਲੂਇਆ। ਮੈਨੂੰ ਇੱਥੇ ਗੱਲ ਯਾਦ ਆਉਂਦੀ, ਯਾਕੂਬ ਦੀ ਅੱਖਾਂ ਕੀ ਹੋਈਆਂ ਪਈਆਂ, ਕਮਜ਼ੋਰ ਪੈ ਜਾਓ ਆਪਣੀ ਜਗ੍ਹਾ ਤੇ। ਯਾਕੂਬ ਦੀਆਂ ਅੱਖਾਂ ਕੀ ਹੋਈਆਂ ਪਈਆਂ, ਮੈਨੂੰ ਉਹ ਟਾਈਮ ਯਾਦ ਆਉਂਦਾ ਜਦੋਂ ਯਾਕੂਬ ਨੇ ਵੀ ਬਲੈਸਿੰਗ ਲਈ ਸੀਗੀ ਆਪਣੇ ਪਿਓ ਤੋਂ, ਉਹਦੀਆਂ ਅੱਖਾਂ ਦੀ ਕੀ ਸੀ, ਧੁੰਦਲਾ ਗਈਆਂ ਸੀ ਕਿ ਨਹੀਂ। ਤੁਸੀਂ ਉਹ ਕੁਛ ਨਹੀਂ ਪਾ ਸਕਦੇ ਜੋ ਤੁਸੀਂ ਬੋਇਆ ਨਹੀਂ, ਜੋ ਤੁਸੀਂ ਬੋਇਆ ਉਹੀ ਤੁਸੀਂ ਕੱਟੋਗੇ। ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਔਰ ਯੂਸਫ ਨੇ ਤੇ ਰਿਸਪੈਕਟ ਕੀਤੀ, ਰਿਸਪੈਕਟ ਦੇ ਵਿੱਚ ਫਟਾਫਟ ਪਿੱਛੇ ਆਇਆ ਔਰ ਡੰਡਵਤ ਕੀਤੀ, ਮੂੰਹ ਦੇ ਭਾਰ ਡੇਗ ਕੇ ਆਪਣੇ ਬਾਪ ਨੂੰ ਰਿਸਪੈਕਟ ਦਿੱਤੀ। ਹਾਲੇਲੂਇਆ, ਯੂਸਫ ਪਹਿਲਾਂ ਨਹੀਂ ਡਿੱਗਿਆ ਕਿ ਜਦੋਂ ਦੇ ਬਾਪ ਨੇ ਬਲੈਸਿੰਗ ਦੀ ਗੱਲ ਕੀਤੀ ਉਸ ਤੋਂ ਬਾਅਦ ਉਹ ਡਿੱਗ ਪਿਆ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਬਲੈਸਿੰਗ ਕਿੱਦਾਂ ਲੈਣੀ ਪਰਮੇਸ਼ਵਰ ਤੋਂ। ਜਦ ਤੱਕ ਚੁੱਕ ਕੇ ਤੁਸੀਂ ਸਜਦਾ ਨਹੀਂ ਕਰਦੇ ਪਰਮੇਸ਼ਵਰ ਨੂੰ, ਤਦ ਤੱਕ ਤੁਸੀਂ ਬਲੈਸਿੰਗ ਨਹੀਂ ਲੈ ਸਕਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਕਿਉਂਕਿ ਪਰਮੇਸ਼ਵਰ ਨੇ ਵੀ ਚੁੱਕ ਕੇ ਆਦਮ ਨੂੰ ਬਣਾਇਆ ਸੀ। ਉਹਨੇ ਜਿਹੜਾ ਪਹਿਲੀ ਚੀਜ਼ ਨੂੰ ਹੱਥ ਲਾਇਆ ਦੁਨੀਆਂ ਦੇ ਵਿੱਚ ਉਹ ਹੋਰ ਕੁਛ ਨਹੀਂ ਬਲਕਿ ਮਿੱਟੀ ਸੀ, ਜਿੱਥੋਂ ਉਹਨੇ ਚੱਕ ਕੇ ਆਦਮ ਨੂੰ ਬਣਾਇਆ। ਪਰਮੇਸ਼ਵਰ ਨੇ ਜਿਹੜੀ ਪਹਿਲੀ ਚੀਜ਼ ਹੱਥ ਲਾਇਆ ਨਾ ਦੁਨੀਆਂ ਤੇ, ਸਭ ਤੋਂ ਪਹਿਲੀ ਚੀਜ਼ ਨੂੰ ਟੱਚ ਕੀਤਾ, ਉਹ ਹੋਰ ਕੋਈ ਨਹੀਂ ਬਲਕਿ ਮਿੱਟੀ ਸੀਗੀ। ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਸੇ ਬੋਲਾਂਗੇ ਹਾਲੇਲੂਇਆ, ਜ਼ੋਰ ਦੀ ਬੋਲਾਂਗੇ ਹਾਲੇਲੂਇਆ। ਯਾਕੂਬ ਕਹਿੰਦਾ ਯਾਰ, ਕਹਿੰਦਾ ਮੈਂ ਤੇ ਮੈਨੂੰ ਤਾਂ ਲੱਗਦਾ ਸੀਗਾ ਵੀ ਨਾ ਤੇ ਮੈਂ ਤੈਨੂੰ ਦੇਖ ਸਕੂੰਗਾ, ਪਰ ਕਹਿੰਦਾ ਦੇਖ ਲਓ ਮੇਰਾ ਪਰਮੇਸ਼ਵਰ ਕਿੰਨਾ ਮਹਾਨ, ਪਰਮੇਸ਼ਵਰ ਨੇ ਤੈਨੂੰ ਵੀ ਦਿਖਾਤਾ, ਤੇਰੇ ਦੋ ਮੁੰਡੇ ਵੀ ਮੈਨੂੰ ਦਿਖਾ ਦਿੱਤੇ ਆ, ਉਹ ਤੁਸੀਂ ਵੀ ਦੇਖੋਗੇ ਅਨਸੀਨ ਅਨ, ਜਿਹੜੀ ਤੁਹਾਨੂੰ ਹੋਪ ਵੀ ਨਹੀਂ ਉਹ ਬਲੈਸਿੰਗ ਨੂੰ ਤੁਸੀਂ ਦੇਖੋਗੇ ਆਪਣੀ ਲਾਈਫ 'ਚ। ਯਾਕੂਬ ਦੀਆਂ ਅੱਖਾਂ
ਅੱਖਾਂ ਤੇ ਕਮਜ਼ੋਰ ਸੀ ਪਰ ਯਾਕੂਬ ਦੀਆਂ ਸਪਿਰਚੁਅਲ ਅੱਖਾਂ ਖੁੱਲ ਚੁੱਕੀਆਂ ਸੀ ਕਿਉਂਕਿ ਇਹ ਉਸ ਦੂਤ ਨੂੰ ਦੇਖ ਕੇ ਉਹਦੇ ਨਾਲ ਲੜ ਚੁੱਕਿਆ ਸੀਗਾ ਔਰ ਇਹਦਾ ਨਾਮ ਚੇਂਜ ਹੋ ਚੁੱਕਾ ਦੂਜੇ ਨੰਬਰ ਤੇ ਇਹ ਬੇਤੇਲ ਤੇ ਜਾ ਕੇ ਖੁੱਲੇ ਹੋਏ ਅਸਮਾਨ ਨੂੰ ਦੇਖ ਚੁੱਕਿਆ ਸੀ ਇਹਦੀਆਂ ਸਪਿਰਚੁਅਲ ਆਈਜ਼ ਓਪਨ ਸੀਗੀਆਂ ਜਿਹਦਾ ਕਰਕੇ ਓ ਹਾਲੇਲੂਇਆ ਇਹਨੂੰ ਪਤਾ ਸੀ ਮਨਸ਼ੇ ਨੂੰ ਪਹਿਲੇ ਨੰਬਰ ਤੇ ਰੱਖਣਾ ਕਿ ਮੈਂ ਪ੍ਰੇਮ ਨੂੰ ਪਹਿਲੇ ਨੰਬਰ ਤੇ ਰੱਖਣਾ ਉਹ ਸੇਮ 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 ਸਪਿਰਚੁਅਲ ਆਈਜ਼ ਤੁਹਾਡੀਆਂ ਵੀ ਓਪਨ ਹੋਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਬੋਲੋ ਦ ਮੇਨ ਪੋਰਸ਼ਨ ਮੇਰੀ ਬਲੈਸਿੰਗ ਆ ਮੇਨ ਪੋਰਸ਼ਨ ਕੀ ਆ ਮੇਰੀ ਬਲੈਸਿੰਗ ਆ ਹਾਲੇਲੂਇਆ 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 ਜ਼ੋਰ ਦੀ ਬੋਲਾਂਗੇ ਤਾੜੀ ਵਜਾ ਕੇ ਹਾਲੇਲੂਇਆ ਜਿੱਦਾਂ ਹੀ ਪਤਾ ਲੱਗਾ ਯੂਸਫ ਨੂੰ ਜੋਸਫ ਨੂੰ ਕਿ ਹੁਣ ਯਾਕੂਬ ਬਲੈਸਿੰਗ ਦੇਣ ਲਈ ਤਿਆਰ ਆ ਇਹਨੇ ਪਤਾ ਕੀ ਕੀਤਾ ਇਹਨੇ ਆਪਣੇ ਸੱਜੇ ਹੱਥ ਕਿਹਨੂੰ ਖੜਾ ਕਰ ਲਿਆ ਆ ਸੱਜਾ ਬਣਿਆ ਨਾ ਉਹਦਾ ਯੂਸਫ ਦਾ ਆਹ ਕੀ ਬਣਿਆ ਖਾਬਾ ਬਣਿਆ ਅਤੇ ਆਹ ਕੀ ਸੀ ਜੇ ਜਿਹੜਾ ਆਹ ਸੱਜਾ ਆ ਯਾਕੂਬ ਦਾ ਕੀ ਹੋਊਗਾ ਲੈਫਟ ਅਤੇ ਇਹਦਾ ਕੀ ਹੋਊਗਾ ਰਾਈਟ ਹਾਲੇਲੂਇਆ ਔਰ ਇਹਨੇ ਕੀ ਕਰਤਾ ਇੱਧਰਲੇ ਪਾਸੇ ਮਨਸ਼ੇ ਨੂੰ ਖੜਾ ਕਰਤਾ ਕਿਉਂਕਿ ਵੱਡਾ ਕੌਣ ਸੀ ਕਿਹਨੇ ਯੂਸਫ ਨੂੰ ਤਾਂ ਇੱਧਰਲੇ ਪਾਸੇ ਕਿਹਨੂੰ ਖੜਾ ਕਰਤਾ ਇਫਰਾਇਮ ਨੂੰ ਖੜਾ ਕਰਤਾ ਕਿ ਆਹ ਜਿਹੜਾ ਮਨਸ਼ੇ ਆ ਇਹ ਯਾਕੂਬ ਦੇ ਸੱਜੇ ਹੱਥ ਦੇ ਸਾਹਮਣੇ ਆਵੇ ਤੇ ਇਫਰਾਇਮ ਜਿਹੜਾ ਇਹ ਕੀ ਆਵੇ ਓ ਜੀਸਸ ਹਾਲੇਲੂਇਆ ਕਿਉਂਕਿ ਪਹਿਲੇ ਨੰਬਰ ਤੇ ਕੌਣ ਜਨਮਿਆ ਸੀ ਕੌਣ ਬਲੈਸ ਹੋਵੇ ਸੱਜੇ ਹੱਥੋਂ ਸੱਜੇ ਹੱਥ ਦਾ ਵੀ ਮਤਲਬ ਦੱਸੂਗਾ ਤੁਹਾਨੂੰ ਹਾਲੇਲੂਇਆ ਹਾਲੇਲੂਇਆ ਪਰ ਉਹ ਯਾਕੂਬ ਆ ਬਲੈਸਿੰਗ ਸਪੈਸ਼ਲਿਸਟ ਤੁਹਾਨੂੰ ਪਤਾ ਕਿਹੜੇ ਹੱਥ ਨਾਲ ਕਿਹਨੂੰ ਬਲੈਸ ਕਰਨਾ ਜਿੱਦਾਂ ਹੀ ਉਹਨੇ ਇੱਦਾਂ ਖੜੇ ਕੀਤੇ ਯਾਕੂਬ ਨੇ ਕੁਛ ਨਹੀਂ ਕੀਤਾ ਯਾਕੂਬ ਨੇ ਜਦੋਂ ਬਲੈਸ ਕਰਨ ਲਈ ਆਪਣੇ ਹੱਥਾਂ ਨੂੰ ਵਧਾਇਆ ਉਹਨੇ ਆਪਣਾ ਖੱਬਾ ਹੱਥ ਇੱਧਰ ਤੇ ਸੱਜਾ ਹੱਥ ਇੱਧਰ ਕਰ ਦਿੱਤਾ ਉਹਨੇ ਖੱਬਾ ਹੱਥ ਇੱਕ ਪਾਸੇ ਸੱਜਾ ਦੂਜੇ ਪਾਸੇ ਕਰਤਾ ਕਿਉਂਕਿ ਯਾਕੂਬ ਨੂੰ ਪਤਾ ਸੀਗਾ ਕਿ ਇਫਰਾਇਮ ਇੱਧਰ ਖੜਾ ਤੇ ਮਨਸ਼ੇ ਇੱਧਰ ਖੜਾ ਇਹ ਛੋਟਾ ਇੱਧਰ ਖੜਾ ਆ ਤੇ ਵੱਡਾ ਇੱਧਰ ਖੜਾ ਆ ਯੂਸਫ ਬਲੈਸ ਕਰਨਾ ਚਾਹੁੰਦਾ ਇਹਨੂੰ ਯੂਸਫ ਬਲੈਸ ਚਾਹੁੰਦਾ ਇਹਨੂੰ ਇਹ ਬਲੈਸ ਹੋਵੇ ਯੂਸਫ ਇਹ ਚਾਹੁੰਦਾ ਪਰ ਯਾਕੂਬ ਕੀ ਚਾਹੁੰਦਾ ਯਾਕੂਬ ਸੁਣੋ ਵੱਡੀ ਗੱਲ ਅੱਗੇ ਹੋਰ ਦੱਸਦਾ ਤੁਹਾਨੂੰ ਯੂਸਫ ਦੇ ਲਈ ਇਫਰਾਇਮ ਨੂੰ ਉਹਨੇ ਆਪਣੇ ਸੱਜੇ ਹੱਥ ਤੇ ਖੜਾ ਕਰ ਦਿੱਤਾ ਸੀਗਾ ਪਵਿੱਤਰ ਆਤਮਾ ਨੇ ਸਾਡੇ ਤੇ ਜ਼ਾਹਿਰ ਕੀਤਾ ਔਰ ਇਹ ਲਾਈਵ ਬ੍ਰੌਡਕਾਸਟ ਵੀ ਆ ਸੁਣੋ ਜ਼ੋਰ ਨਾਲ ਬੋਲੋ ਹਾਲੇਲੂਇਆ ਜ਼ੋਰ ਨਾਲ ਬੋਲਾਂਗੇ ਹਾਲੇਲੂਇਆ ਸੁਣੋ ਇਫਰਾਇਮ ਕਿੱਧਰ ਹੱਥ ਖੜਾ ਸੀਗਾ ਸੱਜੇ ਹੱਥ ਕਿਹਦੇ ਯੂਸਫ ਦੇ ਤਾਂ ਮਨਸ਼ੇ ਕਿੱਧਰ ਖੜਾ ਸੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਯਾਕੂਬ ਨੂੰ ਇਸ ਗੱਲ ਦਾ ਪਤਾ ਸੀਗਾ ਕਿਉਂਕਿ ਯਾਕੂਬ ਦੀਆਂ ਸਪਿਰਚੁਅਲਾਈਜ਼ ਓਪਨ ਸੀ ਹਾਲੇਲੂਇਆ ਔਰ ਜਿੱਦਾਂ ਯਾਕੂਬ ਨੂੰ ਇਸ ਗੱਲ ਦਾ ਪਤਾ ਸੀ ਉਹਨੇ ਆਪਣੇ ਹੱਥਾਂ ਨੂੰ ਕ੍ਰੋਸ ਆਪਣੇ ਹੱਥਾਂ ਨੂੰ ਕਿਉਂਕਿ ਜਦ ਤੱਕ ਕ੍ਰੋਸ ਨਹੀਂ ਹੋਣਾ ਸੀਗਾ ਤਦ ਤੱਕ ਤੁਹਾਡੀ ਆਜ਼ਾਦੀ ਦਾ ਕਾਰਨ ਵੀ ਤਦ ਤੱਕ ਤੁਹਾਡੀ ਆਜ਼ਾਦੀ ਵੀ ਨਹੀਂ ਹੋਣੀ ਸੀਗੀ ਸੁਣੋ ਹੁਣ ਮੇਰੀ ਗੱਲ ਧਿਆਨ ਦੇ ਨਾਲ ਜਿੱਦਾਂ ਹੀ ਉਹਨੇ ਆਪਣੇ ਹੱਥਾਂ ਨੂੰ ਘੁਮਾਇਆ ਉਹ ਕ੍ਰੋਸ ਵਿੱਚ ਆ ਗਿਆ ਯਿਸੂ ਮਸੀਹ ਵਿੱਚ ਆ ਗਿਆ ਪਵਿੱਤਰ ਆਤਮਾ ਵਿੱਚ ਆ ਗਿਆ ਜਿਹਨੇ ਯਾਕੂਬ ਨੂੰ ਦੱਸ ਦਿੱਤਾ ਕਿ ਕਿਹਨੂੰ ਬਲੈਸ ਕਰਨਾ ਪਤਾ ਕਿਉਂ ਕਿਉਂਕਿ ਯੂਸਫ ਸੋਚਦਾ ਸੀ ਮੈਂ ਉਹਨੂੰ ਬਲੈਸ ਕਰਾਵਾਂ ਪਰ ਇਹਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਯੂਸਫ ਨੇ ਇੱਥੇ ਯੂਸਫ ਨੇ ਆਪਣੇ ਸੱਜੇ ਹੱਥ ਤੇ ਜਿਹੜਾ ਸੱਜੇ ਹੱਥ ਖੜਾ ਆ ਜਿਹੜਾ ਬਾਪ ਦੇ ਸੱਜੇ ਹੱਥ ਬੈਠਾ ਆ ਉਹ ਹੋਰ ਕੋਈ ਨਹੀਂ ਬਲਕਿ ਉਹਦਾ ਨਾਮ ਯਿਸੂ ਮਸੀਹ ਆ ਜ਼ੋਰ ਦੀ ਬੋਲਾਂਗੇ ਹਾਲੇਲੂਇਆ ਉਹ ਹੋਰ ਕੋਈ ਨਹੀਂ ਉਹਦਾ ਨਾਮ ਔਰ ਪਵਿੱਤਰ ਆਤਮਾ ਨੇ ਇਹਨੂੰ ਗਾਈਡ ਕੀਤਾ ਸੀਗਾ ਹਾਲੇਲੂਇਆ ਨਾਲ ਹੀ ਹੁਣ ਯੂਸਫ ਨੇ ਜਦੋਂ ਹੱਥ ਕਮਾਏ ਫਟਾਫਟ ਉਹਨੇ ਬਲੈਸਿੰਗ ਦੇਣੀ ਸ਼ੁਰੂ ਕਰ ਦਿੱਤੀ ਉਹਨੇ ਮੌਕਾ ਵੀ ਨਹੀਂ ਦਿੱਤਾ ਯਾਕੂਬ ਨੂੰ ਹੱਥ ਚੱਕੇ ਰੱਖਣ ਦਾ ਯਾਕੂਬ ਜਿਹੜਾ ਸੀ ਉਹਨੇ ਫਟਾਫਟ ਹੱਥ ਰੱਖੇ ਤੇ ਬਲੈਸਿੰਗ ਦੇਣੀ ਸ਼ੁਰੂ ਕੀਤੀ ਯੂਸਫ ਨੂੰ ਮੌਕਾ ਵੀ ਨਹੀਂ ਦਿੱਤਾ ਕਿ ਹੱਥ ਚੱਕ ਕੇ ਚੇਂਜ ਕਰੇ
या वड्डा या छोटा या डैडी डैडी जानदा किनू ब्लेस करना डैडी नू पता कदों ब्लेस करना हालेलुया और याकूब पता कितना ब्लेसिंग देनी शुरू की थी याकूब कहंदा परमेश्वर ही मेरा चरवाहाया केड़ा परमेश्वर सुनो मैं 15 आयत पढ़ना था डेली फिर उसने यूसुफ को आशीर्वाद देकर कहा परमेश्वर जिसके सम्मुख मेरे बाप दादे अब्राहम और इसहाक चले वह परमेश्वर मेरे जन्म से लेकर आज के दिन तक मेरा चरवाहा बना रहा है किया मेरा तो यहोवा मेरा चरवाहा है मुझे कुछ भी घटी ना होगी हालेलुया और सुना इत कहता और वही दूत मुझे सारी बुराई से छुड़ाता आया पहला कहता परमेश्वर होने की कहता भैया जोर दी बोलो हालेलुया कहता वही दूत पहला की कहता भैया बात तो कहता भैया वही बोलिए हालेलुया वही क्या जोर दी बोलो हालेलुया जोर दी बोलो हालेलुया जोर दी बोलो हालेलुया ਕਹਿੰਦਾ ਵਹੀ ਆਪਣੇ ਹੱਥਾਂ ਨੂੰ ਸਮਾਨ ਨਾਲ ਚੁੱਕੋ ਆਪਣੀਆਂ ਅੱਖਾਂ ਨੂੰ ਬੰਦ ਕਰੋ 2 ਮਿੰਟ ਦੇ ਵਾਸਤੇ ਪ੍ਰਾਰਥਨਾ ਦੇ ਵਿੱਚ ਆਓ ਥੈਂਕ ਯੂ ਜੀਸਸ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਚ ਉਹ 12ਵਾਂ ਮਹੀਨਾ ਆਉਣ ਵਾਲਾ ਹਾਲੇਲੂਇਆ ਉਹ ਤੁਹਾਨੂੰ ਲੱਗਦਾ ਕਿਦਾਂ ਮੈਨੂੰ ਤਾਂ ਲੱਗਦਾ ਕਿ ਉਹੀ ਦਿਨ ਆ ਜਿਹੜਾ ਪਹਿਲਾ ਦਿਨ ਸੀ ਉੱਥੇ ਅਸੀਂ ਖੜੇ ਹੋ ਕੇ ਫਸਟ ਡੇ ਜਦੋਂ ਸੰਡੇ ਦੀ ਮੀਟਿੰਗ ਕੀਤੀ ਸੀ ਮੈਨੂੰ ਯਾਦ ਆ ਜਿੱਦਾਂ ਪਰਮੇਸ਼ਰ ਨੇ ਸਾਨੂੰ ਇੱਕ ਸਪੈਸ਼ਲ ਵਰਡ ਦਿੱਤਾ ਇਸ ਸਪਿਰਚੁਅਲ ਵਾਰਫੇਅਰ ਦਾ ਤੇ ਹੈਵਨਸ ਦਾ ਔਰ ਉਹ ਹੈਵਨਸ ਨੂੰ ਤੁਸੀਂ ਅਚੀਵ ਕਰੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਉਸ ਸਪਿਰਚੁਅਲ ਵਾਰਫੇਅਰ ਦੇ ਵਿੱਚ ਦਾਖਲ ਇਨ ਦਾ ਨੇਮ ਆਫ ਜੀਸਸ ਪਹਿਲਾਂ ਕਹਿੰਦਾ ਪਿਆ ਪਰਮੇਸ਼ਵਰ ਮੇਰਾ ਚਰਵਾਹਾ ਸੀਗਾ ਜਿਹਨੇ ਮੈਨੂੰ ਬਚਾਇਆ ਹੁਣ ਕਹਿੰਦਾ ਉਹੀ ਦੂਤ ਨੇ ਮੈਨੂੰ ਛੁਡਾਇਆ ਹੁਣ ਇਹਨੂੰ ਦੂਤ ਕਿੱਥੋਂ ਯਾਦ ਆ ਗਿਆ ਯਾਕੂਬ ਨੂੰ ਦੂਤ ਕਿੱਥੋਂ ਯਾਦ ਆ ਗਿਆ ਬੋਲੋ ਹਾਲੇਲੂਇਆ ਓਏ ਇਹ ਦੂਤ ਹੋਰ ਕੋਈ ਨਹੀਂ ਸੀ ਇਹ ਉਹੀ ਦੂਤ ਸੀ ਜਿਹਦੇ ਨਾਲ ਯਾਕੂਬ ਪੂਰੀ ਰਾਤ ਰੈਸਲਿੰਗ ਕਰਦਾ ਰਿਹਾ ਪੂਰੀ ਰਾਤ ਓ ਜੋਰ ਦੀ ਬੋਲੋ ਹਾਲੇਲੂਇਆ ਕਿਉਂਕਿ ਹੁਣ ਇਹ ਇਹਨੂੰ ਯਾਦ ਆ ਕਿ ਮੈਂ ਕਿਹੜੇ ਕਿਹੜੇ ਬੰਦਿਆਂ ਦੇ ਨਾਮ ਲਊਂਗਾ ਤੇ ਬਲੈਸਿੰਗ ਟ੍ਰਾਂਸਫਰ ਹੋਣੀ ਆ ਇਹਨੂੰ ਪਤਾ ਉਸ ਦੂਤ ਦਾ ਨਾਮ ਲੈਣਾ ਜ਼ਰੂਰੀ ਆ ਕਿਉਂਕਿ ਉਹ ਦੂਤ ਇਨਵੋਲਵ ਸੀ ਮੇਰੀ ਬਲੈਸਿੰਗ ਦੇ ਪ੍ਰੋਸੈਸ ਦੇ ਵਿੱਚ ਉਹਨੂੰ ਪਤਾ ਸੀ ਇਹ ਜਗ੍ਹਾ ਬੈਥਲ ਇਨਵੋਲਵ ਸੀ ਬੈਥਲ ਦਾ ਨਾਮ ਲੈਣਾ ਜ਼ਰੂਰੀ ਆ ਪਰ ਅੱਜ ਦਾ ਵਿਸ਼ਵਾਸੀ ਕੀ ਆ ਉਹ ਕਹਿੰਦਾ ਮੈਨੂੰ ਬਲੈਸਿੰਗ ਚਾਹੀਦੀ ਆ ਮੈਨੂੰ ਪਰਮੇਸ਼ਵਰ ਦੇ ਘਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਚੰਗਿਆਈ ਚਾਹੀਦੀ ਆ ਮੈਨੂੰ ਪਰਮੇਸ਼ਵਰ ਦੇ ਘਰ ਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ ਉਹ ਕਦੋਂ ਸਮਝੂਗੇ ਬੋਲੋ ਹਾਲੇਲੂਇਆ ਜ਼ੋਰ ਦੀ ਬੋਲੋ ਹਾਲੇਲੂਇਆ ਉਹ ਦਾਊਦ ਨਬੀ ਕਹਿੰਦਾ ਮੈਂ ਉਹਦੀਆਂ ਫਾਟਕਾਂ ਦੇ ਵਿੱਚ ਸਤੂਤੀ ਤੇ ਉਹਦੇ ਅੰਗਣਾਂ ਦੇ ਵਿੱਚ ਆਰਾਧਨਾ ਕਰਦਾ ਆ ਇਹਦਾ ਮਤਲਬ ਜੇ ਦਾਊਦ ਨੇ ਕਿਹਾ ਆ ਇਹਦਾ ਮਤਲਬ ਕੋਈ ਨਾ ਕੋਈ ਫਾਟਕ ਦੇ ਵਿੱਚ ਤੁਹਾਨੂੰ ਐਂਟਰ ਕਰਨਾ ਪੈਣਾ ਆ ਔਰ ਉਹ ਫਾਟਕ ਹੋਰ ਕੋਈ ਨਹੀਂ ਬਲਕਿ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਔਰ ਉਹਦਾ ਆਂਗਨ ਕੀ ਆ ਜਿੱਥੇ ਪਰਮੇਸ਼ਵਰ ਦੀ ਉਪਸਥਿਤੀ ਹੈਗੀ ਆ ਉਹ ਤੁਹਾਡਾ ਹਾਲੇਲੂਇਆ ਮੈਂ ਕਿਹਾ ਚਰਚ ਉੱਚੀ ਆਵਾਜ਼ ਨਾਲ ਹੋਣਾ ਚਾਹੀਦਾ ਕਹਿੰਦਾ ਉਹੀ ਦੂਤ ਜਿਹਨੇ ਮੈਨੂੰ ਕੀ ਕੀਤਾ ਕਹਿੰਦਾ ਔਰ ਵਹੀ ਦੂਤ ਮੁਝੇ ਸਾਰੀ ਬੁਰਾਈ ਸੇ ਛੁਡਾਤਾ ਆਇਆ ਹੈ ਵਹੀ ਅਬ ਇਨ ਲੜਕੋ ਕੋ ਆਸ਼ੀਸ਼ ਦੇ ਉਹ ਸਮਝ ਨਹੀਂ ਲੱਗੀ ਤੁਹਾਨੂੰ ਗੱਲ ਦੀ ਕ੍ਰੋਸ ਕਰਤੇ ਆਪਣੇ ਹੱਥ ਔਰ ਉਸੇ ਦੂਤ ਦਾ ਨਾਮ ਕਿਉਂਕਿ ਦੂਤ ਹੋਰ ਕੋਈ ਨਹੀਂ ਬਲਕਿ ਯਿਸੂ ਮਸੀਹ ਸੀਗਾ ਭਰਾਵਾ ਓ ਤੁਹਾਨੂੰ ਸਮਝ ਨਹੀਂ ਲੱਗੀ ਗੱਲ ਦੀ ਹਾਲੇਲੂਇਆ ਔਰ ਉਹ ਸਟਰਗਲ ਇਨਵੋਲਵ ਸੀਗੀ ਜਿੱਥੇ ਵੀ ਸਟਰਗਲ ਇਨਵੋਲਵ ਆ ਨੈਕਸਟ ਚੀਜ਼ ਤੁਹਾਡੀ ਬਲੈਸਿੰਗ ਆ ਯਿਸੂ ਮਸੀਹ ਦੇ ਨਾਮ 'ਚ ਸੁਣੋ ਬਹੁਤ ਸਾਰੇ ਕ੍ਰਿਸਚਨ ਲੋਕ ਇੱਦਾਂ ਦੇ ਬਹੁਤ ਸਾਰੇ ਵਿਸ਼ਵਾਸੀ ਇੱਦਾਂ ਦੇ ਜਿਨ੍ਹਾਂ ਦੀ ਸਟਰਗਲ ਲਾਈਫ ਦੇ ਵਿੱਚ ਥੋੜ੍ਹੀ ਲੰਬੀ ਹੁੰਦੀ ਆ ਕੀ ਹੁੰਦੀ ਆ ਔਰ ਉਹ ਪਤਾ ਕੀ ਸੋਚਦੇ ਹਾਏ ਲੱਗਦਾ ਪਰਮੇਸ਼ਰ ਮੇਰੀ ਬਲੈਸਿੰਗ ਨੂੰ ਤਿਆਰ ਕਰਦਾ ਪਿਆ ਆ ਕੀ ਕਰਦਾ ਪਿਆ ਪਰਮੇਸ਼ਰ ਉਹ ਮੇਰਿਆ ਭਰਾਵਾ ਮੇਰੀਆਂ ਭੈਣੋ ਮੇਰੇ ਭਰਾਵੋ ਮੇਰਾ ਪਰਮੇਸ਼ਰ 6 ਦਿਨਾਂ 'ਚ ਸਾਰਾ ਕੁਛ ਤਿਆਰ ਕਰਤਾ ਉਹ 10 ਇੰਨੇ ਸਾਲਾਂ 'ਤੇ ਉਹਨੇ ਤੇਰੀ ਬਲੈਸਿੰਗ ਨੂੰ ਤਿਆਰ ਕਰਨਾ ਨਹੀਂ ਉਹ ਤੇਰੀ ਬਲੈਸਿੰਗ ਨੂੰ ਨਹੀਂ ਤਿਆਰ ਕਰਦਾ ਪਿਆ ਭਾਈ ਉਹ ਤੈਨੂੰ ਤਿਆਰ ਕਰਦਾ ਪਿਆ ਤਾਂ ਕਿ ਤੂੰ ਬਲੈਸਿੰਗ ਨੂੰ ਲੈ ਸਕੇ ਅੱਜ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਦਾ ਪਿਆ ਕਿ ਪਰਮੇਸ਼ਰ ਉਹ ਪਰਮੇਸ਼ਰ ਪਰਮੇਸ਼ਰ ਦਾ ਭਰਾਵਾ ਯਿਸੂ ਮਸੀਹ ਕੌਣ ਆ ਫਿਰ ਯਿਸੂ ਮਸੀਹ ਕੌਣ ਆ ਉਹ ਇੱਕ ਅੰਨਾ ਕਰੋ ਇੱਕ ਅੰਨਾ ਉਹਦੀ ਅੱਖਾਂ ਨਹੀਂ ਹੈਗੀ ਉਹਦੀ ਅੱਖ ਨਹੀਂ ਹੈਗੀਆਂ
डॉक्टर ने कहना ये पागल हो गया, इन्फेक्शन कर देगा ये, तो इससे तो इन्फेक्शन हो जाएगा। बोलो हालेलुया। ओए मेरा यीशु मसीह ना उम्मीदी चो उम्मीद पैदा करने वाला परमेश्वर है, हालेलुया। पर यूसुफ साहब नु ये गल चंगी नहीं लगी, कहता डैडी ये बात गलत है, डैडी ये बात इनू अपने दिमाग चो गल नहीं आ रही, तू भी तो 11वें नंबर से पैदा होया आ, भी जे हुण तेरा छोटा मुंडा आशीषित हुंदा पिया ज्यादा तो क्यों नहीं उन्हूं होण दे रहा। ओ, एक वचन पढ़ते ना कि अगले पिछले किते जाणगे तां पिछले अगे किते जाणगे, कहण दा मतलब की आ, अगे अगे ते अगले पिछे करन दा ते पिछले अगे करन दा मतलब की आ। बोलो हालेलुया। बोलो सोदे जिहड़े मूहरे बंदे ओह पिछे हो जाणे, जिहड़े पिछे बंदे ओह अगे हो जाणे। बोलो हालेलुया। ओ बोलो हालेलुया। कौन कौन जानना चाहुंदा इस पीत नूं, जिहड़े अगले आ ओह की किते जाणगे तां जिहड़े पिछले आ ओह की किते जाणगे, क्योंकि वह पिछे भला क्यों हुए पता, जेडे पिछे से वह धक्के मार के पिछलियां नूं अगे आ गया, परमेश्वर की मर्जी ना अगे नहीं आए। जेड़ा परमेश्वर की मर्जी दे नाल खड़ा आ, भावे वह पिछे खड़ा होगा, भावे वह दाऊद वांगू भेड़ बकरियां चराउंदा होएगा, शमूएल कहेगा जद तक दाऊद नहीं आता तद तक मैं रोटी नहीं खाऊंगा, तद तक मैं बैठना नहीं, उन्हें बुलाओ उन्हें अभिषेक करूंगा, फिर बह के मैं रोटी खानी आ, फिर मैं बैठूंगा। बोलो हालेलुया। उहदे भरावां ने उन्हें पिछे करन की कोशिश की, यूसुफ नूं भी भरावां ने पिछे करन की कोशिश की, भरा सोचते ही कमान वांगू असीं अपनी जगह पे खड़े हो जाओ। मैं स्पिरिट दे विच कुछ फील करदा, होली स्पिरिट मूव करदा इस वक्त तुहाडे जीवनां दे विच, अन्य भाषा दे विच ब्रदर बनाना वाला रबा सिंदरा खला रबा नाना बा, अन्य भाषा दे विच प्रार्थना करो, सब जन सब जन उच्ची आवाज दे नाल बोलो परमेश्वर मैं तैयार हां, परमेश्वर मैं तैयार हां अपनी ब्लेसिंग नूं लेण वास्ते परमेश्वर। ओ थैंक यू जीसस, थैंक यू जीसस, थैंक यू जीसस। जोर दी जोर दी जोर दी जोर दी जोर दी। आमीन। दूजी गल जी मनशे दे ते इब्राहिम दे नाम दा मतलब भी देखिए, की आ मनशे दे नाम दा मतलब आ कि परमेश्वर ने मेरे दुख नूं याद बुलाता। मनशे दे नाम दा मतलब की आ, याद बुलाता। और तुहानूं इब्राहिम दा मतलब क्यों, इब्राहिम ब्लैस होया पवित्र आत्मा दे द्वारा याकूब दे विच्चों दी, पता क्यों, क्योंकि इब्राहिम दे नाम दा मतलब आ फलवंत। इब्राहिम दे नाम दा मतलब आ फलवंत, कि परमेश्वर ने मैनू फलवंत किया। जिहड़ी गल भुलाण वाली वह तो चलो हैगी हैगी, कोई गल नहीं, परमेश्वर ने भुलातियां गल्लां कोई नहीं, कुछ नहीं हुंदा जी, भुलगियां भुलगियां कोई गल नहीं, परमेश्वर यह नहीं चाहता, परमेश्वर अज तुहानू फलवंत करना चाहता है। इस करके इब्राहिम नूं ब्लैस कर दिता कि तुम जान जाओ कि परमेश्वर की ड्यूटी जी मेन है तुहानू ब्लैस करन दी आ, उहदी ड्यूटी हुण खत्म हो गई क्रूस ते, हुण तुहाडी ड्यूटी आ अपनी ब्लैसिंग नूं लैण दी। ਉਹ ਕਰੂਸ ਦੇ ਉੱਪਰ ਸੀਗਾ, ਇੱਕ ਡਾਕੂ ਨੇ ਕੀ ਕੀਤਾ ਜੀ ਸਵਾਲ, ਦੂਜੇ ਡਾਕੂ ਨੇ ਕੀ ਕੀਤਾ ਵਿਸ਼ਵਾਸ। ਇੱਕ ਡਾਕੂ ਕਹਿੰਦਾ ਜੇ ਤੂੰ ਆਪ ਜੇ ਪਰਮੇਸ਼ਵਰ ਦਾ ਪੁੱਤਰ ਆ, ਆਪ ਵੀ ਥੱਲੇ ਉੱਤਰ ਤੇ ਸਾਨੂੰ ਵੀ ਥੱਲੇ ਲਾ ਭਰਾਵਾ, ਸਾਨੂੰ ਵੀ ਥੱਲੇ, ਜੇ ਤੂੰ ਪਰਮੇਸ਼ਵਰ ਦਾ ਦਾਸ ਆ ਤੂੰ ਪ੍ਰੇਰ ਕੀਤੀ ਕਿਉਂ ਨੀ ਚੰਗਾ ਹੋਇਆ, ਮੈਂ ਮੇਰਾ ਕੈਂਸਰ ਕਿਉਂ ਨੀ ਠੀਕ ਹੋਇਆ। ਦੂਜੇ ਨੇ ਕੀ ਕੀਤਾ, नहीं जी पहले नंबर से उन्हें दूजे डाकू नूं डांटिया, कहिंदा तैनूं पता नहीं है परमेश्वर का पुत्र आ,
ਹੁਣ ਇਹ ਡਾਕੂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਪਰਮੇਸ਼ਰ ਦਾ ਪੁੱਤਰ ਆ? ਕਿਉਂ? ਕਿਉਂਕਿ ਉਹ ਡਾਕੂ ਉੱਥੇ ਸੀ, ਉਹ ਵੀ ਡਾਕੂ ਉੱਥੇ ਸੀ, ਇਹ ਰੋਈ ਪਿੱਟੀ ਜਾਂਦਾ ਹੋਣਾ, ਯਿਸੂ ਮਸੀਹ ਆਰਾਮ ਨਾਲ ਦੁੱਖ ਸਹੀ ਜਾਂਦਾ ਹੋਣਾ, ਹੋ ਸਕਦਾ ਇਹ ਵੀ ਰੋਂਦਾ ਪਿੱਟਦਾ ਹੋਵੇ, ਪਰ ਇਹਨੇ ਇੱਕ ਗੱਲ ਆਬਜ਼ਰਵ ਕੀਤੀ ਕਿ ਉਹ ਜਿਹੜੇ ਥੱਲੇ ਖੜੇ ਆ, ਜਿਨ੍ਹਾਂ ਨੇ ਇਹਨੂੰ ਮਾਰਿਆ ਕੁੱਟਿਆ ਕਰੂਸ ਤੇ ਚੜਾਤਾ, ਇਹ ਕਹਿੰਦਾ ਪਿਆ ਆ ਡਾਕੂ ਸੋਚਦਾ ਹੋਣਾ, ਸੁਣਦਾ ਹੋਣਾ ਧਿਆਨ ਨਾਲ ਯਿਸੂ ਮਸੀਹ ਨੂੰ, ਔਰ ਯਿਸੂ ਮਸੀਹ ਕਹਿੰਦਾ ਪਿਆ ਹੇ ਪਿਤਾ ਇਹਨੇ ਸ਼ਮਾ ਕਰਨਾ ਕਿਉਂਕਿ ਇਹ ਨਹੀਂ ਜਾਣਦੀ ਇਹ ਕਿਆ ਕਰ ਰਹੇ। ਉਹ ਡਾਕੂ ਜਾਣ ਗਿਆ ਕਹਿੰਦਾ ਵਾਕਈ ਭਰਾਵਾ ਇਹ ਬੰਦਾ ਨਹੀਂ ਹੋ ਸਕਦਾ, ਇਹ ਪਰਮੇਸ਼ਰ ਦਾ ਪੁੱਤਰ ਹੀ ਆ। ਹਾਲੇਲੂਯਾ। ਉਹਨੇ ਕੀ ਕੀਤਾ? ਵਿਸ਼ਵਾਸ ਕੀਤਾ। ਕਿਹੜੀ ਗੱਲ ਤੇ? ਕੁਛ ਲੋਕ ਕਹਿੰਦੇ ਉਸਨੇ ਵਿਸ਼ਵਾਸ ਕੀਤਾ ਕਿ ਯਿਸੂ ਮਸੀਹ ਖੁਦਾਵੰਦ ਹੈ। ਨਹੀਂ ਜੀ, ਬਾਈਬਲ ਖੋਲ ਕੇ ਧਿਆਨ ਨਾਲ ਪੜੋ ਪਤਾ ਲੱਗੇਗਾ। ਉਹਨੇ ਕੀ ਕਿਹਾ ਸੀ ਡਾਕੂ ਨੇ? ਪਤਾ ਕੀ ਕਿਹਾ ਸੀ ਉਹਨੇ ਡਾਕੂ ਨੇ? ਉਹਨੇ ਕਿਹਾ ਸੀਗਾ ਕਿ ਹੇ ਪਿਤਾ, ਹੇ ਪਰਮੇਸ਼ਵਰ, ਹੇ ਪ੍ਰਭੂ, ਜਦੋਂ ਤੂੰ ਆਪਣੇ ਰਾਜ ਦੇ ਵਿੱਚ ਆਵੇਂ ਤਾਂ ਮੇਰੀ ਸੁਧੀ ਲਵੀਂ। ਕੀ ਲਵੀਂ? ਮੇਰੀ। ਯਿਸੂ ਮਸੀਹ ਜਿਹੜੇ ਚੇਲੇ ਸੀਗੇ ਨਾਲ ਘੁੰਮਦੇ ਸੀਗੇ, 12 ਚੇਲੇ, ਉਹਨਾਂ ਨੂੰ ਕੀ ਕਹਿੰਦਾ ਸੀਗਾ ਯਿਸੂ ਮਸੀਹ? ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਮਰੂੰਗਾ, ਮੈਂ ਕਬਰ 'ਚ ਜਾਊਂਗਾ, ਤਾਂ ਤੀਜੇ ਦਿਨ ਮੈਂ ਬਾਹਰ ਵੀ ਆ ਜਾਊਂਗਾ, ਕਹਿੰਦਾ ਸੀ ਕਿ ਨਹੀਂ? ਪਰ ਜਿੱਦਾਂ ਹੀ ਮਰਿਆ ਯਿਸੂ ਮਸੀਹ, ਭੱਜ ਗਏ ਕਿ ਨਹੀਂ? ਉਹ ਬੋਲੋ, ਇੰਨੀ ਤਾਂ ਬਾਈਬਲ ਪਤਾ ਤੁਹਾਨੂੰ, ਭੱਜ ਗਏ ਕਿ ਨਹੀਂ? ਭੱਜ ਗਏ ਸੀ ਨਾ। ਪਰ ਉਹਨਾਂ ਨੇ ਉਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਕਿ ਯਿਸੂ ਮਸੀਹ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਨਿਕਲ ਆਊਗਾ। ਪਰ ਇਸ ਡਾਕੂ ਦਾ ਵਿਸ਼ਵਾਸ ਬਹੁਤ ਹੀ ਵੱਡਾ ਸੀ, ਔਰ ਪਹਿਲਾ ਬੰਦਾ ਇਸ ਦੁਨੀਆਂ 'ਤੇ ਵਿਸ਼ਵਾਸ ਕਰਨ ਵਾਲਾ ਜਿਹਨੇ ਇਹ ਵਿਸ਼ਵਾਸ ਕੀਤਾ ਕਿ ਯਿਸੂ ਮਸੀਹ ਮਰੇਗਾ, ਜੀਵਿਤ ਹੋਵੇਗਾ, ਔਰ ਸਮਾਨ 'ਚ ਥੱਲੇ ਵੀ ਆਵੇਗਾ। ਕੀ ਕਹਿੰਦਾ? ਹੇ ਪਿਤਾ, ਜਦੋਂ ਤੂੰ ਆਪਣੇ ਰਾਜ ਦੇ ਵਿੱਚ ਆਵੇਂ ਤਾਂ ਮੇਰੀ ਸੁਧੀ ਲਈ। ਇਹਨੇ ਇਕੱਲਾ ਯਿਸੂ ਮਸੀਹ ਦੇ ਮਰ ਕੇ ਜੀ ਉੱਠਣ 'ਚ ਵਿਸ਼ਵਾਸ ਨਹੀਂ ਕੀਤਾ, ਇਹਨੇ ਜੀ ਉੱਠਣ 'ਚ ਵਿਸ਼ਵਾਸ ਨਹੀਂ ਕੀਤਾ, ਯਿਸੂ ਮਸੀਹ ਦੇ ਸਵਰਗ ਜਾਣ 'ਚ ਵਿਸ਼ਵਾਸ ਕੀਤਾ, ਯਿਸੂ ਮਸੀਹ ਦੇ ਵਾਪਸ ਆਉਣ ਦੇ ਵਿੱਚ ਵਿਸ਼ਵਾਸ ਕੀਤਾ। ਯਿਸੂ ਮਸੀਹ ਕਹਿੰਦੇ ਤੈਨੂੰ ਵੇਟ ਕਰਨ ਦੀ ਲੋੜ ਨਹੀਂ ਆ ਮੇਰੀ ਸੈਕਿੰਡ ਕਮਿੰਗ ਦੀ, ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਦੇ ਵਿੱਚ ਹੋਵੇਗਾ। ਉਹ ਪ੍ਰਭੂ ਯਿਸੂ ਮਸੀਹ ਨੂੰ ਔਨ ਦਾ ਸਪੋਟ ਵਿਸ਼ਵਾਸ ਕਰਨ ਵਾਲੇ ਚਾਹੀਦੇ ਆ, ਸਵਾਲ ਕਰਨ ਵਾਲੇ ਨਹੀਂ ਚਾਹੀਦੇ। ਹਾਲੇਲੂਯਾ। ਇੱਥੇ ਕੀ ਕਰਦਾ ਪਿਆ ਸਵਾਲ? ਯੂਸਫ ਕਹਿੰਦਾ ਡੈਡੀ ਤੁਸੀਂ ਸਹੀ, ਡੈਡੀ ਤੁਸੀਂ ਸਹੀ ਨਹੀਂ ਕੀਤਾ, ਵੱਡਾ ਉਹ ਆ, ਤੂੰ ਉਹਨੂੰ ਬਲੈਸ ਕਰ ਦਿੱਤਾ। ਹਾਲੇਲੂਯਾ। ਉਹਨੇ ਬਾਪ ਦਾ ਹੱਥ ਫੜ ਕੇ ਮੂਵ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲੇਲੂਯਾ। ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਬਾਈਬਲ ਦੇ ਵਿੱਚ ਕੋਈ ਕਰੈਕਟਰ ਕਿੰਨਾ ਉੱਤੇ ਉੱਤੇ ਦੇਖਿਆ ਸੀ ਯੂਸਫ ਨੂੰ? ਬਾਈਬਲ ਦੇ ਵਿੱਚ ਕੋਈ ਵੀ ਕਰੈਕਟਰ ਪਰਫੈਕਟ ਉਦੋਂ ਤੱਕ ਨਹੀਂ ਸੀਗਾ ਜਦ ਤੱਕ ਯਿਸੂ ਮਸੀਹ ਨਹੀਂ ਆਇਆ। ਇਸ ਕਰਕੇ ਹਰ ਇੱਕ ਕਰੈਕਟਰ ਨੂੰ ਪੜ੍ਹਨਾ ਸਮਝਣਾ ਜ਼ਰੂਰੀ ਆ। ਕਿਉਂ? ਕਿਉਂਕਿ ਸਾਨੂੰ ਪਤਾ ਲੱਗਦਾ ਕਿ ਇਸ ਕਰੈਕਟਰ ਦੀ ਗਲਤੀ ਵਾਂਗੂ ਅਸੀਂ ਗਲਤੀ ਨਹੀਂ ਕਰਨੀ। ਜੇ ਪਰਮੇਸ਼ਵਰ ਨੇ ਪੂਰੀ ਦੁਨੀਆ ਨੂੰ ਖਤਮ ਕਰਤਾ, ਨੂੰ ਤੇ ਨੂੰ ਦੇ ਪਰਿਵਾਰ ਨੂੰ ਬਚਾ ਲਿਆ, ਤੇ ਨੂੰ ਵਾਂਗੂ ਜਦੋਂ ਜਹਾਜ਼ ਉੱਤਰ ਆਇਆ ਅਰਾਰਤ ਪਹਾੜੀ ਤੇ ਸੀਗਾ, ਉਹ ਗਾੜ ਦਾ ਪਾਣੀ ਥੱਲੇ ਚਲਾ ਗਿਆ, ਉੱਤਰ ਆਇਆ, ਦਾਖ ਮਧੂ ਗਾ ਕੇ ਨਹੀਂ ਪੀਣਾ ਪੈਣਾ। ਹਾਲੇਲੂਯਾ। ਜ਼ੋਰ ਦੀ ਬੋਲੋ ਹਾਲੇਲੂਯਾ। ਤਾਉ ਤੋਂ ਪਰਮੇਸ਼ਵਰ ਸਾਨੂੰ ਸਿਖਾਉਂਦਾ ਕਿ ਵਿਭਿਚਾਰ ਨਹੀਂ ਕਰਨਾ। ਮੂਸਾ ਤੋਂ ਪਰਮੇਸ਼ਵਰ ਸਾਨੂੰ ਸਿਖਾਉਂਦਾ ਕਿ ਕਤਲ। ਅਬਰਾਹਮ ਤੋਂ ਪਰਮੇਸ਼ਵਰ ਸਾਨੂੰ ਸਿਖਾਉਂਦਾ ਕਿ ਝੂਠ। ਆਦਮ ਤੋਂ ਪਰਮੇਸ਼ਵਰ ਸਾਨੂੰ ਸਿਖਾਉਂਦਾ ਕਿ ਹੁਕਮ ਦੇ ਵਿੱਚ ਰਹਿਣਾ ਆ। ਜ਼ੋਰ ਸੇ ਬੋਲੀਏ ਹਾਲੇਲੂਯਾ। ਜ਼ੋਰ ਦੀ ਬੋਲੋ ਹਾਲੇਲੂਯਾ। ਤੁਹਾਨੂੰ ਪਤਾ ਆਦਮ ਇੰਨਾ ਫਰੀ ਸੀਗਾ ਘੁੰਮਣ ਫਿਰਨ ਦੇ ਲਈ ਕਿ ਪਰਮੇਸ਼ਵਰ ਸਵਰਗਦੂਤਾਂ ਨੂੰ ਸਵਰਗ ਦੇ ਵਿੱਚ ਛੱਡ ਕੇ ਇਕੱਲਾ ਹੀ ਆ ਜਾਂਦਾ ਸੀ। ਬਾਈਬਲ 'ਤੇ ਲਿਖਿਆ ਇਕੱਲਾ ਹੀ ਆਉਂਦਾ ਸੀ ਘੁੰਮਣ ਵਾਸਤੇ ਸ਼ਾਮ ਨੂੰ। ਉਹ ਪ੍ਰਭੂ ਇਕੱਲਾ ਕਿਉਂ ਆਉਂਦਾ ਸੀ ਘੁੰਮਣ ਵਾਸਤੇ ਪਤਾ? ਉਹ ਨਹੀਂ ਚਾਹੁੰਦਾ ਸੀ ਉਹਦੇ 'ਤੇ ਆਦਮ ਦੇ ਵਿੱਚ ਕੋਈ ਹੋਰ ਬੰਦਾ ਡਿਸਟਰਬੈਂਸ ਕਰੇ। ਅੱਜ ਪਰਮੇਸ਼ਰ ਡਾਇਰੈਕਟਲੀ ਤੁਹਾਡੀ ਲਾਈਫ ਦੇ ਵਿੱਚ ਆਉਣਾ ਚਾਹੁੰਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਰ ਜਿੱਦਾਂ ਹੀ ਆਦਮ ਨੇ ਕੀ ਕੀਤਾ? ਪਾਪ ਕੀਤਾ। ਆਦਮ ਨੇ ਜਦੋਂ ਪਾਪ ਕੀਤਾ, ਉਹ ਪਰਮੇਸ਼ਵਰ ਨੇ ਆਦਮ ਨੂੰ ਬਾਹਰ ਕਰ ਦਿੱਤਾ, ਔਰ ਜਦੋਂ ਆਦਮ ਨੂੰ ਬਾਹਰ ਕਰ ਦਿੱਤਾ, ਉਹਨੇ ਉਹ ਸਵਰਦੂਤ ਲਾ ਕੇ ਤਾਂ ਕਿ ਆਦਮ ਦੁਆਰਾ ਐਂਟਰ ਅੰਦਰ ਕਰ ਨਾ ਸਕੇ। ਬੋਲੋ ਹਾਲੇਲੂਯਾ। ਜ਼ੋਰ ਸੇ ਬੋਲੋ ਹਾਲੇਲੂਯਾ। ਕਿਉਂਕਿ ਆਦਮ ਸ਼ੈਤਾਨ ਦੇ ਦੁਆਰਾ ਕੀ ਹੋਇਆ ਸੀ? ਪਰਖਿਆ ਗਿਆ ਸੀ। ਬੋਲੋ ਕੀ ਹੋਇਆ ਸੀ? ਪਰਖ ਆਣੀ ਕੋਈ ਮਾੜੀ ਗੱਲ ਨਹੀਂ ਆ, ਪਰਖ ਦੇ ਵਿੱਚ ਪਾਪ ਦੇ ਵਿੱਚ ਡਿੱਗਣਾ ਮਾੜੀ ਗੱਲ ਆ। ਹਾਲੇਲੂਯਾ। ਉਹੀ ਸ਼ੈਤਾਨ ਗਿਆ ਯਿਸੂ ਮਸੀਹ ਤੋਂ ਪਰਖਣ ਵਾਸਤੇ, ਔਰ ਯਿਸੂ ਮਸੀਹ ਨੂੰ 3 ਵਾਰੀ ਪਰਖਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਮਸੀਹ ਪਰਖ ਦੇ ਵਿੱਚ ਪਾਪ ਦੇ ਵਿੱਚ ਨਹੀਂ ਡਿੱਗਿਆ। ਉਹਨੇ ਵਚਨ ਦਾ ਜਵਾਬ ਆਪ ਦਿੱਤਾ, ਕਿਉਂਕਿ ਆਪ ਵਚਨ ਸੀ। ਔਰ ਜਦੋਂ ਉਹਨੇ ਜਵਾਬ ਦਿੱਤਾ, ਜਿੱਦੋਂ ਹੀ ਉਹਨੇ ਜਵਾਬ ਦਿੱਤਾ, ਜਿੱਦਾਂ ਹੀ ਪਰਖ ਹੋਈ, ਤੁਹਾਨੂੰ ਪਤਾ ਪਰਖ ਤੋਂ ਬਾਅਦ ਸਵਰਗਦੂਤਾਂ ਦਾ ਆਉਣਾ ਲਾਜ਼ਮੀ ਆ, ਜ਼ਰੂਰੀ ਆ। ਕਿਉਂ? ਕਿਉਂਕਿ ਜਦੋਂ ਆਦਮ ਅਤੇ ਹਵਾ ਦੀ ਪਰਖ ਹੋਈ, ਸਵਰਗਦੂਤ ਉੱਤਰ ਕੇ ਆਇਆ, ਔਰ ਉਹਨਾਂ ਨੇ ਬਲੌਕ ਕਰਤਾ ਬਾਗੀ ਆਦਮ ਨੂੰ। ਉੱਤਰੇ ਕਿ ਨਹੀਂ ਪਰਖ ਤੋਂ ਬਾਅਦ? ਇੱਥੇ ਵੀ ਯਿਸੂ ਮਸੀਹ ਦੀ ਪਰਖ ਹੋਈ, ਔਰ ਯਿਸੂ ਮਸੀਹ ਨੂੰ ਸ਼ੈਤਾਨ ਨੇ ਪਰਖਿਆ। ਯਿਸੂ ਮਸੀਹ ਨੇ ਡਾਂਟਿਆ ਸ਼ੈਤਾਨ ਨੂੰ, ਚੱਲ ਦੌੜ ਜਾ, ਹੁਣ ਮੇਰੀ ਨਜ਼ਰ ਦੂਰ ਹੋ ਜਾ। ਜਿੱਦਾਂ ਯਿਸੂ ਮਸੀਹ ਨੇ ਡਾਂਟਿਆ, ਸਵਰਗ ਦੂਤ ਉੱਤਰ ਕੇ ਆਏ ਉਹਦੀ ਸੇਵਾ ਟਹਿਲ ਕਰਨ ਦੇ ਲਈ।
ਤੁਹਾਨੂੰ ਪਤਾ ਇਹ ਸਵਰਦੂਤ ਆਦਮ ਦੇ ਵਾਸਤੇ ਨਹੀਂ ਆਏ ਉਤਰ ਕੇ ਸੇਵਾ ਟਹਿਲ ਕਰਨ। ਆਦਮ ਦੀ ਸੇਵਾ ਟਹਿਲ ਨਹੀਂ ਹੁੰਦੀ ਸੀ ਬਾਗਿਆਤਾਂ ਦੇ ਵਿੱਚ, ਯਿਸੂ ਮਸੀਹ ਵਾਸਤੇ ਆਏ। ਓ ਤੁਹਾਡਾ ਹਾਲੇਲੂਇਆ। ਸੇਮ ਐਂਜਲਸ ਤੁਹਾਡੀ ਲਾਈਫ ਦੇ ਵਿੱਚ ਵਰਕ ਕਰਨ ਦਾ ਨੇਮ ਆ ਜੀਸਸ। ਕਹਿੰਦਾ ਯਾਕੂਬ ਕਹਿੰਦਾ ਨਹੀਂ ਇੱਦਾਂ ਹੀ ਮੈਂ ਕਰਨਾ ਜਿੱਦਾਂ ਮੈਂ ਕਰਦਾ ਮੈਨੂੰ ਕਹਿੰਦਾ ਇੱਦਾਂ ਹੀ ਮੈਂ ਕਰਨਾ ਇੱਦਾਂ ਹੀ ਹੋਣਾ ਆ। ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਕਹਿੰਦਾ ਨਹੀਂ ਨਹੀਂ ਪੁੱਤਰ ਮੈਂ ਭਲੀ ਭਾਂਤੀ ਜਾਣਦਾ ਮੈਂ ਕੀ ਕਰਦਾ ਪਿਆ। ਹਾਲੇਲੂਇਆ। ਪਰ ਕਹਿੰਦਾ ਇਹ ਦੋਨੋਂ ਹੀ ਆਸ਼ੀਸ਼ਿਤ ਹੋਣਗੇ, ਬਟ ਛੋਟਾ ਵੱਡੇ ਨਾਲੋਂ ਜ਼ਿਆਦਾ ਆਸ਼ੀਸ਼ਿਤ ਹੋਵੇਗਾ, ਛੋਟਾ ਮੂਲ ਤਾਂ ਹੋਊਗਾ ਕਿੰਨੀਆਂ ਚੀਜ਼ਾਂ ਦਾ। ਹਾਲੇਲੂਇਆ, ਹਾਲੇਲੂਇਆ। ਬੜੀਆਂ ਸਾਰੀਆਂ ਜਾਤੀਆਂ ਇਹਦੇ ਵਿੱਚੋਂ ਨਿਕਲਣਗੀਆਂ ਔਰ ਇਹ ਮਹਾਨ ਹੋਵੇਗਾ, ਔਰ ਛੋਟਾ ਜ਼ਿਆਦਾ ਮਹਾਨ ਹੋਵੇਗਾ ਵੱਡੇ ਨਾਲੋਂ। ਆਮੇਨ, ਹਾਲੇਲੂਇਆ। ਔਰ ਕਹਿੰਦਾ ਲੋਕ ਇੱਦਾਂ ਕਹਿ ਕੇ ਬਲੈਸਿੰਗ ਦਿਆ ਕਰਨਗੇ, ਇਸਰਾਈਲੀ ਲੋਕ ਤੇਰਾ ਨਾਮ ਲੈ ਕੇ ਐਸਾ ਆਸ਼ੀਰਵਾਦ ਦਿਆ ਕਰਨਗੇ। ਯੂਸਫ ਨੂੰ ਕਹਿੰਦਾ, ਯਾਕੂਬ ਕਹਿੰਦਾ ਇਸਰਾਈਲੀ ਲੋਕ ਤੇਰਾ ਨਾਮ ਲੈ ਕੇ ਇੱਦਾਂ ਆਸ਼ੀਸ਼ਿਤ ਲੋਕਾਂ ਨੂੰ ਕਰਿਆ ਕਰਨ। ਕਿੱਦਾਂ ਪਰਮੇਸ਼ਵਰ ਤੁਝੇ ਅਪ੍ਰੈਮ ਔਰ ਮਨਸ਼ੇ ਕੇ ਸਮਾਨ ਬਣਾ ਦੇ। ਪਹਿਲਾਂ ਅਪ੍ਰੈਮ ਫਿਰ, ਕਿਉਂਕਿ ਪਹਿਲਾਂ ਅਪ੍ਰੈਮ ਦੇ ਨਾਮ ਦਾ ਮਤਲਬ ਕੀ ਆ, ਪਹਿਲਾਂ ਫਲਵੰਤ ਕਰੂਗਾ ਪਰਮੇਸ਼ਵਰ, ਫਿਰ ਤੁਹਾਨੂੰ ਤੁਹਾਡੇ ਦੁੱਖਾਂ ਦੇ ਵਿੱਚੋਂ ਬਾਹਰ ਕੱਢੂਗਾ। ਮਨਸ਼ੇ ਦੇ ਨਾਮ ਦਾ ਮਤਲਬ ਆ ਦੁੱਖਾਂ ਦੇ ਵਿੱਚੋਂ ਬਾਹਰ ਕੱਢਿਆ ਪਰਮੇਸ਼ਵਰ ਨੇ। ਪਰਮੇਸ਼ਵਰ ਪਹਿਲਾਂ ਨਹੀਂ, ਪਰਮੇਸ਼ਵਰ ਪਹਿਲਾਂ ਤੁਹਾਨੂੰ ਫਲ ਦੇਵੇਗਾ, ਆਤਮਾ ਦਾ ਫਲ, ਫਿਰ ਤੁਹਾਨੂੰ ਤੁਹਾਡੇ ਦੁੱਖਾਂ ਚੋਂ ਬਾਹਰ ਕੱਢੂਗਾ, ਕਿਉਂਕਿ ਉਹ ਚਾਹੁੰਦਾ ਆਤਮਾ ਦਾ ਫਲ ਲੈ ਕੇ ਤੁਸੀਂ ਦੁੱਖਾਂ ਚੋਂ ਬਾਹਰ ਨਿਕਲੋ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਔਰ ਇਸਰਾਇਲ ਕਹਿੰਦਾ, ਯਾਕੂਬ ਜਿਹੜਾ ਇਸਰਾਇਲ ਹੋ ਚੁੱਕਾ ਸੀ, ਉਹ ਕਹਿੰਦਾ ਕਹਿੰਦਾ ਯੂਸਫ ਤੈਨੂੰ ਮੈਂ ਸਪੈਸ਼ਲ ਭਾਗ ਦਿੱਤਾ ਆ, ਤੈਨੂੰ ਸ਼ੇਕੇਮ ਦੀ ਜ਼ਮੀਨ ਜਿਹੜੀ ਮੈਂ ਤਲਵਾਰ ਤੇ ਧਨੁਸ਼ ਦੇ ਨਾਲ ਜਿੱਤੀ ਆ, ਉਹ ਜ਼ਮੀਨ ਤੇਰੇ ਭਰਾਵਾਂ ਨਾਲੋਂ ਪਹਿਲਾਂ ਮੈਂ ਤੈਨੂੰ ਤੇਰਾ ਅਧਿਕਾਰ ਦਿੰਦਾ ਆ, ਕਿਉਂਕਿ ਤੂੰ ਮੇਰੇ ਤੋਂ ਦੂਰ ਸੀਗਾ, ਤੈਨੂੰ ਮੈਂ ਜ਼ਿਆਦਾ ਦਿੰਦਾ ਤੇਰੇ ਭਰਾਵਾਂ ਨਾਲੋਂ। ਹਾਲੇਲੂਇਆ, ਜ਼ੋਰ ਦੀ ਬੋਲੋ ਹਾਲੇਲੂਇਆ। ਔਰ ਤੁਹਾਨੂੰ ਪਤਾ ਪੂਰੇ ਇਸ ਉਤਪਤੀ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਜਿਹਨੂੰ ਇਜ਼ਰਾਈਲ ਨੇ ਬਲੈਸ ਕੀਤਾ ਉਹ ਹੋਰ ਕੋਈ ਨਹੀਂ ਬਲਕਿ ਯੂਸਫ ਆ। ਬਾਕੀ ਬੇਟਿਆਂ ਨੂੰ ਬਾਅਦ 'ਚੋਂ ਬਲੈਸ ਕੀਤਾ ਉਹਨੇ। ਔਰ ਤੁਹਾਨੂੰ ਪਤਾ ਯੂਸਫ ਦਾ ਨਾਮ ਗੋਤਰਾਂ ਦੇ ਵਿੱਚ ਨਹੀਂ ਆਉਂਦਾ, ਗੋਤਰਾਂ ਦੇ ਵਿੱਚ ਇਹਦਾ 12 ਗੋਤਰਾਂ ਦੇ ਵਿੱਚ ਇਹਨਾਂ ਦਾ ਦੋਨਾਂ ਦਾ ਨਾਮ ਆਉਂਦਾ। ਯੂਸਫ ਦੀ ਥਾਂ 'ਤੇ ਅਪ੍ਰੈਮ ਦਾ ਨਾਮ ਆਉਂਦਾ ਆ, ਕਿਉਂਕਿ ਯੂਸਫ ਦੇ ਨਾਮ ਦਾ ਮਤਲਬ ਕੀ ਆ, ਪਰਮੇਸ਼ਵਰ ਤੁਝੇ ਔਰ ਵੀ ਆਸ਼ੀਸ਼ਿਤ ਕਰੇਗਾ। ਲੇਕਿਨ ਅਪ੍ਰੈਮ ਦਾ ਮਤਲਬ ਕੀ ਆ, ਪਰਮੇਸ਼ਵਰ ਤੈਨੂੰ ਫਲਵੰਤ ਕਰੇਗਾ। ਆਪਣੇ ਹੱਥਾਂ ਨੂੰ ਸਮਾਨ ਵੱਲ ਚੁੱਕੋ ਸਭ ਜਣ, 2 ਮਿੰਟ ਦੇ ਲਈ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਔਰ ਬੋਲੋ ਪਰਮੇਸ਼ਵਰ ਮੈਂ ਤਿਆਰ ਹਾਂ, ਤੇਰੇ ਵਚਨ ਦੇ ਦੁਆਰਾ ਮੈਂ ਤਿਆਰ ਹਾਂ, ਬਤਾ ਤੇਰਾ ਵਚਨ ਮੇਰੇ ਜੀਵਨ ਦਾ ਆਧਾਰ ਆ, ਕਿਉਂਕਿ ਤੇਰੇ ਵਚਨ ਦੇ ਦੁਆਰਾ ਹੀ ਮੈਂ ਆਸ਼ੀਸ਼ਿਤ ਹਾਂ। ਔਰ ਤੇਰਾ ਵਚਨ ਹੋਰ ਕੋਈ ਨਹੀਂ ਬਲਕਿ ਉਹਦਾ ਨਾਮ ਪ੍ਰਭੂ ਯਿਸੂ ਮਸੀਹ। ਆਪਣੇ ਹੱਥਾਂ ਨੂੰ ਸਮਾਨ ਨੂੰ ਚੱਕੋ ਸਭ ਜਣ, ਔਰ 2 ਮਿੰਟ ਦੇ ਲਈ ਪ੍ਰਾਰਥਨਾ ਕਰੋ। ਮੰਗੋ ਪਰਮੇਸ਼ਵਰ ਦਾ ਆਤਮਾ, ਰਾਈਟ ਨਾਓ ਹੋਲੀ ਗੋਸਟ ਟੱਚ ਫਾਇਰ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ ਆਫ ਨਾਜ਼ਰੇਥ। ਪਵਿੱਤਰ ਆਤਮਾ ਦੀ ਅੱਗ ਕਾਰਜ ਕਰੇ ਇਸੇ ਵਕਤ, ਰਾਈਟ ਨਾਓ ਇਨ ਦਾ ਨੇਮ ਆਫ ਫਾਇਰ ਦ ਹੋਲੀ ਗੋਸਟ ਇਨ ਦਾ ਮਾਈਟੀ ਨੇਮ ਆਫ ਜੀਸਸ। ਰਸੀ ਫਾਇਰ ਰਿਲੀਜ਼ ਕਰੋ ਸ਼ੈਤਾਨ ਦੀ ਹਰ ਇੱਕ ਉਸ ਤਾਕਤ ਦੇ ਉੱਪਰ ਫਾਇਰ ਨੂੰ ਜਿਹੜੀ ਤੁਹਾਨੂੰ ਤੁਹਾਡੀ ਬਲੈਸਿੰਗ ਨੂੰ ਰੋਕੇ ਹੋਇਆ। ਬੋਲੋ ਮੈਂ ਡਾਂਟ ਦੰਦ ਕਰਦੀ ਰੱਖ ਸਕਦੇ ਹੋ, ਬੋਲੋ ਆਊਟ ਇਨ ਦਾ ਨੇਮ ਆਫ ਜੀਸਸ, ਆਊਟ ਆਊਟ, ਡਾਂਟੋ ਡਾਂਟੋ ਡਾਂਟੋ, ਹਰ ਇੱਕ ਜਾਦੂ ਹਟੋਨੇ ਦੀ ਦੁਸ਼ਟ ਆਤਮਾ ਨੂੰ ਡਾਂਟੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਇੱਕ ਅੰਧਕਾਰ ਦੀ ਸ਼ਕਤੀ ਨੂੰ ਡਾਂਟੋ, ਹਰ ਇੱਕ ਬਿਮਾਰੀ ਯਿਸੂ ਦੇ ਨਾਮ ਦੇ ਵਿੱਚ ਜਾਵੇ, ਯਿਸੂ ਦੇ ਨਾਮ ਦੇ ਵਿੱਚ ਜਾਵੇ। ਐਵਰੀ ਸਿਕਨੈਸ ਗੋ ਆਊਟ, ਆਈ ਰਿਬਿਊਕ ਇਨ ਦਾ ਮਾਈਟੀ ਨੇਮ ਆਫ ਜੀਸਸ, ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਤੈਨੂੰ ਡਾਂਟਦਾ, ਛੱਡ 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 ਛੱਡ। ਕੁਛ ਲੋਕ ਕਹਿੰਦੇ ਲੇ ਹੈਂਡ, ਹੱਥ ਨਹੀਂ, ਲੇ ਹੈਂਡ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜੇ ਯਾਕੂਬ
ਇਫਰਾਇਮ ਤੇ ਮਨਸ਼ੇ ਦੇ ਉੱਪਰ ਲੇਹਣ ਨਾ ਕਰਦਾ ਉਹਨਾਂ ਦੇ ਪਾਰਾ ਗੋਤਰਾਂ ਦੇ ਵਿੱਚ ਦਾ ਨਾਮ ਨਹੀਂ ਆਉਣਾ ਸੀਗਾ ਅੱਜ ਪਰਮੇਸ਼ਵਰ ਦੇ ਤੌਰ ਤੇ ਦੇਖੋ ਹੋਲੀ ਸਪਿਰਿਟ ਜਦੋਂ ਤੁਹਾਨੂੰ ਛੂੰਦਾ ਆ ਕੋਈ ਵਿਅਕਤੀ ਨਹੀਂ ਤੁਹਾਨੂੰ ਛੂੰਦਾ ਹੋਲੀ ਸਪਿਰਿਟ ਤੁਹਾਨੂੰ ਛੂੰਦਾ ਆ ਤੁਹਾਡੀ ਲਾਈਫ ਵਿੱਚ ਐਕਸਪੀਰੀਅੰਸ ਹੁੰਦਾ ਔਰ ਇਹ ਐਕਸਪੀਰੀਅੰਸ ਉਹ ਨਹੀਂ ਆ ਕਿ ਤੁਹਾਨੂੰ ਕੁਛ ਝੁੰਝੜੀ ਜੀ ਫੀਲ ਹੋਈ ਨਾ 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 ਉਹ ਗਾਣੇ ਸੁਣ ਕੇ ਵੀ ਤੁਹਾਨੂੰ ਝੁੰਝੜੀ ਜੀ ਫੀਲ ਹੋ ਸਕਦੀ ਆ ਜਦੋਂ ਪਵਿੱਤਰ ਆਤਮਾ ਛੁੰਦਾ ਉਦੋਂ ਅੱਗ ਉੱਤਰਦੀ ਪਵਿੱਤਰ ਆਤਮਾ ਦੀ ਆਪਣੇ ਹੱਥਾਂ ਨੂੰ ਸਮਾਨ ਨੂੰ ਚੱਕ ਕੇ ਸਮਝਾ ਬੋਲੋ ਹੋਲੀ ਗੋਸਟ ਮੈਂ ਤੇਰੀ ਫਾਇਰ ਨਾ ਮੰਗਦਾ ਜੀਰਾ ਬਕਾਵਾਨਾ ਨਾ ਮਕੂੜਾ ਨਾ ਮਕੀਬੋ Every affliction, every pain, every sickness, I rebuke you right now. Out, go out of the name of Jesus Christ of Nazareth. Prabhu Yeshu se de naam de vich main daad da tenu har ek bimari. Yeshu de naam de vich chhad ke ja. Oh yes. ਪਰਮੇਸ਼ਵਰ ਦਾ ਹੀਲ ਕਰਨ ਵਾਲਾ ਅਭਿਸ਼ੇਕ ਤੇ ਮੌਜੂਦ ਹੈ ਸਮਝਣ ਆਪਣੇ ਹੱਥਾਂ ਨੂੰ ਸਮਾਨ ਵਾਲ ਨੂੰ ਚੱਕੋ ਔਰ ਮੰਗਣਾ ਸ਼ੁਰੂ ਕਰੋ ਪਰਮੇਸ਼ਵਰ ਬੋਲੋ ਪਰਮੇਸ਼ਵਰ ਮੈਂ ਤਿਆਰ ਆਪਣੀ ਚੰਗਿਆਈ ਵਾਸਤੇ ਪਰਮੇਸ਼ਵਰ ਮੈਂ ਤਿਆਰ ਆਪਣੀ ਡਿਲੀਵਰੈਂਸ ਵਾਸਤੇ ਪਰਮੇਸ਼ਵਰ ਮੈਂ ਤਿਆਰ ਆ ਬੋਲੋ ਜੀਸਸ ਆਮ ਰੈਡੀ ਬੋਲੋ ਆਮ ਰੈਡੀ ਬੋਲੋ ਪਰਮੇਸ਼ਵਰ ਮੈਂ ਤਿਆਰ ਆ ਕਿਉਂਕਿ ਪਰਮੇਸ਼ਵਰ ਤਿਆਰ ਲੋਕਾਂ ਨਾਲ ਗੱਲ ਕਰਦਾ ਔਰ ਨਿਰਾਸ਼ ਲੋਕਾਂ ਨਾਲ ਗੱਲ ਨਹੀਂ ਕਰਦਾ ਔਰ ਨਿਰਾਸ਼ਾ ਨੂੰ ਕੱਟੋ ਬੋਲ ਆਪਣੀ ਲਾਈਫ ਦੇ ਵਿੱਚੋਂ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਜੈਰਸ ਤੇ ਕਰ ਗਿਆ ਔਰ ਜੈਰਸ ਦੀ ਬੇਟੀ ਜਿਹੜੀ ਮਰ ਚੁੱਕੀ ਸੀ ਸਭ ਤੋਂ ਪਹਿਲਾਂ ਯੇਸ਼ੂ ਮਸੀਹ ਨੇ ਲੋਨ ਪਿੱਟਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਅੱਜ ਉਹ ਹਰ ਇੱਕ ਰੋਡ ਪਿੱਟਣ ਵਾਲੀ ਦੁਸ਼ਟਾਤਮਾ ਤੁਹਾਡੀ ਲਾਈਫ ਦੇ ਵਿੱਚੋਂ ਬਾਹਰ ਜਾਵੇ ਹਾਲੇ ਕੋਈ ਵੀ ਨਾ ਪਾ ਦੁਸ਼ਟਾਤਮਾ ਤੁਹਾਡੀ ਲਾਈਫ ਦੇ ਵਿੱਚੋਂ ਬਾਹਰ ਜਾਵੇ ਆਪਣੇ ਜੀਵਨ ਨੂੰ ਆਪਣੇ ਖੁਸ਼ੀਆਂ ਨੂੰ ਤੇ ਵਿਸ਼ੇ ਦੇ ਨਾਲ ਭਰੇ ਓ ਥੈਂਕ ਯੂ ਜੀਸਸ ਓ ਟੱਚ ਟੱਚ ਹੋਲੀ ਗੋਸਟ ਫਾਇਰ ਇਨ ਦ ਨੇਮ ਆਫ ਜੀਸਸ ਹੋਲੀ ਗੋਸਟ ਫਾਇਰ ਇਨ ਦ ਨੇਮ ਆਫ ਜੀਸਸ Fire in the mighty name of Jesus. Shoot up the television. Oh, Lord. Har ek cheez jehdi shaitan wali Yeshu de naam de vich. Ohnu main cancel karna. Har ek cheez de ne jehde growth nu rokya hoya. Yeshu Masih de naam de vich. Ohnu main cancel karda. Us family de naal, us bhai de naal, ਨਵੇਂ ਸਾਲ ਦੇ ਵਿੱਚ ਦਾਖਲ ਨਹੀਂ ਹੋਣੇ ਚਾਹੀਦੇ ਹਾਲੇਲੂਇਆ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਪਵਿੱਤਰ ਆਤਮਾ ਦੇ ਵਿੱਚ ਪੜ ਕੇ ਪਵਿੱਤਰ ਆਤਮਾ ਦੇ ਵਿੱਚ ਪੜ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਯਿਸੂ ਮਸੀਹ ਦਾ ਨਾਮ ਸਭ ਨਾਮਾਂ ਤੋਂ ਉੱਚਾ ਨਾਮ ਹੈ ਹਾਲੇਲੂਇਆ ਪਵਿੱਤਰ ਆਤਮਾ ਦੀ ਪਾਵਰ ਦੇ ਨਾਲ ਉਹਦੀ ਸਮਰਥ ਦੇ ਨਾਲ ਉਹਦੀ ਸ਼ਕਤੀ ਦੇ ਨਾਲ ਉਹ ਨੈਗੇਟਿਵ ਚੀਜ਼ਾਂ ਜਾਣ ਯਿਸੂ ਦੇ ਨਾਮ ਆਮੇਨ ਆਪਣੇ ਹੱਥਾਂ ਨੂੰ ਸਮਾਨ ਨਾਲ ਚੱਕੋ ਸਮਝਣ ਬੋਲੋ ਪਰਮੇਸ਼ਰ ਮੈਂ ਸੇਮ ਨਹੀਂ ਜਾਣਾ ਵਾਪਸ ਮੈਨੂੰ ਚੇਂਜ ਕਰੋ ਪਰਮੇਸ਼ਰ ਚੇਂਜ ਕਰੋ ਤੁਹਾਡਾ ਸਪਿਰਿਟ ਮੈਨੂੰ ਚੇਂਜ ਕਰ ਸਕਦਾ ਹੈ ਤੁਹਾਡਾ ਸਪਿਰਿਟ ਮੈਨੂੰ ਚੇਂਜ ਕਰ ਸਕਦਾ ਹੈ ਹੋਲੀ ਗੋਸਟ ਹੋਲੀ ਗੋਸਟ ਟੱਚ ਟੱਚ ਫਾਇਰ ਇਨ ਦ ਨੇਮ ਆਫ ਜੀ ਟੱਚ ਹੋਲੀ ਗੋਸਟ ਥੈਂਕ ਯੂ ਜੀਸਸ Every power of affliction, Yeshu ke naam se, Yeshu ke naam se, I command it out. Jesus.
Lord, I command you right now. Go out in the name of Jesus. Fire. Fire the Holy Ghost. Thanks, God, the permission. Thank you, Jesus. Thank you, Jesus. Thank you, Jesus. Thank you, Jesus. Thank permission, I healed them. Thank you, Jesus. Thank you, Lord Jesus. Thank you, Jesus. Thank you, Jesus. Hallelujah. Propagation in the local, the Latham is song, Prabhuji. ਹਰ ਇੱਕ ਜਨ ਜਿਹੜਾ ਇੱਥੇ ਮੌਜੂਦ ਆ ਪਿਤਾ ਮੈਂ ਜਾਣਦਾ ਉਹ ਪਵਿੱਤਰ ਆਤਮਾ ਦੇ ਇਨਫਲੂਐਂਸ ਦੇ ਅੰਡਰ ਆ ਕਿਉਂਕਿ ਇਸ ਜਗ੍ਹਾ ਤੇ ਪਵਿੱਤਰ ਆਤਮਾ ਨੇ ਟੇਕ ਓਵਰ ਕੀਤਾ ਹਾਲੇਲੂਇਆ ਔਰ ਜਿੱਥੇ ਤੇਰਾ ਆਤਮਾ ਉੱਥੇ ਆਜ਼ਾਦੀ ਆ ਪਰਮੇਸ਼ਰ ਹਾਲੇਲੂਇਆ ਮੈਂ ਤੇਰੇ ਲੋਕ ਆਜ਼ਾਦ ਨੇ ਸਮਝ ਕੇ ਸ਼ੁਰੂ ਹਾਲੇਲੂਇਆ ਥੈਂਕ ਯੂ ਕੋਈ ਕਲੇਸ਼ ਕੋਈ ਲੜਾਈ ਕੋਈ ਝਗੜਾ ਇਹਨਾਂ ਦੀ ਲਾਈਫ 'ਚ ਇਹਨਾਂ ਦੀ ਸਪਿਰਿਟ ਨੂੰ ਖਰਾਬ ਨਹੀਂ ਕਰ ਸਕਦਾ ਹਾਲੇਲੂਇਆ ਪਵਿੱਤਰ ਪੀਸ ਤੇਰੀ ਸ਼ਾਂਤੀ ਜਿਹੜੀ ਹਮੇਸ਼ਾ ਦੀ ਹੈ ਤੇ ਲੋਕਾਂ ਦੇ ਉੱਪਰ ਉਤਰੇ ਧੰਨਵਾਦ ਤੇਰੀ ਸਤੁਤੀ ਹੋ ਰਹੀ ਹੈ ਇਸ ਦੁਆ ਕਰੋ ਉਹਨਾਂ ਸਾਰੀਆਂ ਪ੍ਰੇਅਰ ਰਿਕੁਐਸਟ ਦੇ ਲਈ ਜਿਹੜੀਆਂ ਉਸ ਪ੍ਰੇਅਰ ਰਿਕੁਐਸਟ ਬਾਕਸ ਦੇ ਵਿੱਚ ਨੇ ਬੋਲੋ ਪਰਮੇਸ਼ਵਰ ਇਹਨਾਂ ਸਾਰੀਆਂ ਪ੍ਰੇਅਰ ਰਿਕੁਐਸਟ ਨਾ ਤੇਰੇ ਹੱਥਾਂ ਵਿੱਚ ਜਿਸ ਕਿਸੇ ਨੂੰ ਡਿਲੀਵਰੈਂਸ ਦੀ ਜ਼ਰੂਰਤ ਆ ਉਹਦਾ ਪਰਮੇਸ਼ਰ ਜਿਸ ਕਿਸੇ ਨੂੰ ਡਿਲੀਵਰੈਂਸ ਉਹ ਪ੍ਰਭੂ ਇਹਨਾਂ ਪ੍ਰੇਅਰਸ ਨੂੰ ਤੇਰੇ ਹੱਥਾਂ ਵਿੱਚ ਸੌਂਪ ਦੇ ਉਹ ਪਿਤਾ ਪਰਮੇਸ਼ਰ ਇਹਨਾਂ ਪ੍ਰੇਅਰਸ ਨੂੰ ਤੇਰੇ ਹੱਥਾਂ ਵਿੱਚ ਸੌਂਪ ਦੇ ਜਿਨ੍ਹਾਂ ਨੂੰ ਡਿਲੀਵਰੈਂਸ ਦੀ ਜ਼ਰੂਰਤ ਆ ਉਹ ਡਿਲੀਵਰ ਹੋਣ ਜਿਨ੍ਹਾਂ ਨੂੰ ਹੀਲਿੰਗ ਦੀ ਜ਼ਰੂਰਤ ਆ ਉਹ ਹੀਲ ਹੋਣ ਪਿਤਾ ਪ੍ਰਭੂ ਜੀ ਦੀ ਪ੍ਰਮੋਸ਼ਨ ਨੂੰ ਸ਼ੈਤਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਪ੍ਰਮੋਸ਼ਨ ਨੂੰ ਰੋਕੇ ਨਾ ਬਲਕਿ ਉਸ ਸਪੀਡ ਦੇ ਨਾਲ ਉਹਦੇ ਕੋਲ ਪਹੁੰਚੇ ਪ੍ਰਭੂ ਤੇਰਾ ਧੰਨਵਾਦ ਥੈਂਕ ਯੂ ਜੀਸਸ ਪ੍ਰਭੂ ਜੀ ਇਸ ਤਰੀਕੇ ਨਾਲ ਤੇਰੇ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਇਸ ਗੱਲ ਨੂੰ ਦੱਸਿਆ ਗਿਆ ਸੀ ਕਿ 11ਵਾਂ ਮਹੀਨਾ ਟੁਗੈਦਰਨੈਸ ਦਾ ਮਹੀਨਾ ਹੈ ਔਰ ਅੱਜ ਇਸ ਮਹੀਨੇ ਦੀ ਅਖੀਰਲੀ ਸਰਵਿਸ ਹੈ ਪਿਤਾ ਅਸੀਂ ਜਾਣਦੇ ਹਾਂ ਇਹ ਮਹੀਨਾ ਪਿਤਾ ਪਰਮੇਸ਼ਵਰ ਜਿਹੜੀ ਤੇਰੀ ਟੁਗੈਦਰਨੈਸ ਆ ਕਿਉਂਕਿ 11 ਦੇ ਵਿੱਚ ਦੋ ਇੱਕ ਆਉਂਦੇ ਇੱਕ 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 ਪਿਤਾ ਪਰਮੇਸ਼ਵਰ ਮੈਂ ਔਰ ਇੱਕ ਇੱਕ ਤੂੰ ਹਾਂ ਪਰਮੇਸ਼ਵਰ ਹਾਲੇਲੂਇਆ ਵਿਸ਼ਵਾਸ ਰੱਖਦੇ ਇਸ ਗੱਲ ਤੇ ਔਰ 12ਵੇਂ ਮਹੀਨੇ ਜਦੋਂ ਅਸੀਂ ਐਂਟਰ ਕਰੀਏ ਪਿਤਾ ਜਦੋਂ ਉਸ 12ਵੇਂ ਮਹੀਨੇ ਦੀ ਪਹਿਲੀ ਸਰਵਿਸ ਦੇ ਵਿੱਚ ਆਈਏ ਪਿਤਾ ਕੁਛ ਨਵਾਂ ਹੋਵੇ ਸਮਝੀ ਸ਼ਾਲਾ ਵਿੱਚ ਕੁਛ ਟੈਸਟੀਫਾਈ ਕਰਨ ਵਾਸਤੇ ਹੋਵੇ ਸਾਡੇ ਕੋਲ ਕਿਉਂਕਿ ਕੋਈ ਵੀ ਬੇਤੇਲ ਚੁਕਾ ਲਈ ਨਹੀਂ ਜਾਂਦਾ ਤੇਰੀ ਹਜ਼ੂਰੀ ਚੁਕਾ ਲਈ ਜਿਹਨੇ ਵੀ ਜਨਾਏ ਨੂੰ ਸਭ ਨੂੰ ਆਸ਼ੀਸ਼ਿਤ ਕਰ ਦਿੱਤਾ ਤੇਰੇ ਹੱਥਾਂ ਵਿੱਚ ਸੌਂਪਾਂ ਸਮਝੀ ਸ਼ਾਲਾ ਤੇਰਾ ਪਵਿੱਤਰ ਆਤਮਾ ਕਾਰਜ ਕਰੇ ਇਹਨਾਂ ਦੀ ਲਾਈਫ 'ਚ ਤੇਰਾ ਪਵਿੱਤਰ ਆਤਮਾ ਕਾਰਜ ਕਰੇ ਪ੍ਰਭੂ ਜੀ ਰਾਈਟ ਨਾਉ ਟੱਚ ਜੀਸਸ ਆਪਣੇ ਵਿਸ਼ੇ ਨਾਲ ਟੱਚ ਫਾਇਰ ਇਨ ਦੀ ਨਾਮ ਜੀ ਹੋਲੀ ਗੋਸਟ ਫਾਇਰ ਇਨ ਦੀ ਨਾਮ ਜੀ ਸਾਡੇ ਵਿੱਚ ਮਸੀਹੀ ਪਰਿਵਾਰ ਚੈਨਲ ਤੋਂ ਦੋ ਭਾਈ ਆਏ ਨੇ ਔਰ ਪ੍ਰਾਰਥਨਾ ਕਰਾਂਗੇ ਆਪਣਾ ਤੁਹਾਨੂੰ ਸਮਾਨ ਉਹਨਾਂ ਚੱਕ ਕੇ ਇਹਨਾਂ ਦੇ ਚੈਨਲ ਵਾਸਤੇ ਹਰ ਇੱਕ ਬੰਦੇ ਲਈ ਯਿਸੂ ਤੇਰੇ ਨਾਮ ਦੇ ਵਿੱਚ ਮੈਂ ਬੁਰਾਈ ਕਰਦਾ ਯਿਸੂ ਜੋ ਵੀ ਤਾਂ ਪਰਮੇਸ਼ਵਰ ਇਸ ਚੈਨਲ ਨੂੰ ਦੇਖੇ ਉਸ ਦੇ ਪਈਆਂ ਵੀਡੀਓਸ ਨੂੰ ਦੇਖੇ ਪਿਤਾ ਉਹ ਆਸ਼ੀਸ਼ਿਤ ਹੋਵੇ ਪਿਤਾ ਸੇਮ ਮਸਾ ਸੇਮ ਸਪਿਰਿਟ ਜਿਹੜਾ ਇੱਥੇ ਮੌਜੂਦ ਆ ਉਸ ਸੇਮ ਸਪਿਰਿਟ ਉਸ ਬਿਮਾਰ ਨੂੰ ਉਸ ਦੁਸ਼ਟ ਆਤਮਾ ਗ੍ਰਸਤ ਨੂੰ ਛੂਏ ਔਰ ਚੰਗਾ ਹੋ ਜਾਏ ਯਿਸੂ ਦੇ ਨਾਮ ਵਿੱਚ ਔਰ ਉਹ ਦੀਆਂ ਦਵਾਈਆਂ ਇਸ ਮਸੀਹ ਪਰਿਵਾਰ ਚੈਨਲ ਦੇ ਦੁਆਰਾ ਅਸੀਂ ਦੇਖੀਏ ਤੇ ਸੁਣੀਏ ਵੱਡੀਆਂ ਦਵਾਈਆਂ ਸੁਣੀਏ ਯਿਸੂ ਮਸੀਹ ਭਾਈ ਜਤਿਨ ਨੂੰ ਭਾਈ ਵਿਨੋਦ ਨੂੰ
ਉਹਨਾਂ ਦੇ ਪੂਰੀ ਟੀਮ ਦੇ ਹੱਥਾਂ ਵਿੱਚ ਸੌਂਪ ਦੇ ਪਿਤਾ ਤਾਂ ਜਗ੍ਹਾ ਜਗ੍ਹਾ ਤੇ ਜਾ ਕੇ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਤੇਰੀ ਸੇਵਕਾਈ ਦੇ ਵਿੱਚ ਪ੍ਰਭੂ ਜੀ ਜਦੋਂ ਖੜੇ ਹੁੰਦੇ ਪਿਤਾ ਉਹਨਾਂ ਨੂੰ ਸਮਰਥ ਦੇਣਾ ਉਹਨਾਂ ਨੂੰ ਤਾਕਤ ਦੇਣਾ ਪਿਤਾ ਪ੍ਰਭੂ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਕੁਛ ਐਡਾ ਦਾ ਵੱਡਾ ਇਹਨਾਂ ਦੀ ਲਾਈਫ 'ਚ ਹੋਵੇ ਜਿਹੜੀ ਟੈਸਟਿਮਨੀ ਇੱਕ ਸ਼ੋਅ ਕਰ ਸਕਦੀ ਹੈ ਕਿ ਜਿਸ ਪਰਮੇਸ਼ਰ ਦੀ ਸੇਵਾ ਕਰਦੇ ਪਏ ਉਹ ਪਰਮੇਸ਼ਰ ਜੀਵਿਤ ਪਰਮੇਸ਼ਰ ਆ ਔਰ ਅਸੀਂ ਹੱਥਾਂ ਨੂੰ ਅਸਮਾਨ ਵੱਲ ਚੱਕ ਕੇ ਸਭ ਜਣ ਇੱਕ ਮਨ ਹੋ ਕੇ ਇਸ ਪਰਿਵਾਰ ਦੇ ਲਈ ਇਸ ਮਸੀਹ ਪਰਿਵਾਰ ਚੈਨਲ ਦੇ ਲਈ ਦੁਆ ਕਰਦੇ ਹਾਂ ਪ੍ਰਾਰਥਨਾ ਕਰਦੇ ਪ੍ਰਭੂ ਤੇਰਾ ਮੱਸਾ ਉਸ ਵੀ ਸੇਮ ਨਾ ਰਹਿਣ ਦੇਵੇ ਯੇਸ਼ੂ ਮਸੀਹ ਦੇ ਸਮਰਥੀ ਨਾਮ ਸਮਝਦੇ ਹਾਂ ਆਮੇਨ ਹਾਲੇਲੂਇਆ ਹਾਲੇਲੂਇਆ ਯੇਸ਼ੂ ਮਸੀਹ ਦੇ ਲਈ ਜੋ ਵੀ ਤਾਲੀ ਬਣਾਵਾਂਗੇ ਸਾ ਆਮੇਨ 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 ਹਾਲੇਲੂਇਆ ਹਾਲੇਲੂਇਆ 12ਵਾਂ ਮਹੀਨਾ ਕਿਹੜਾ ਮਹੀਨਾ ਜਿਹੜੀਆਂ ਚੀਜ਼ਾਂ ਮਿਸਿੰਗ ਰਹਿ ਗਈਆਂ ਸੀ ਉਹ ਕੰਪਲੀਟ ਹੋ ਗਈਆਂ ਨੇ ਆਪਾਂ ਨਵੇਂ ਸਾਲ ਦੇ ਵਿੱਚ ਕ੍ਰੋਸ ਓਵਰ ਕਰਨ ਜਾ ਰਹੇ ਹਾਂ ਔਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿੱਦਾਂ ਹੀ 12ਵਾਂ ਮਹੀਨਾ ਸ਼ੁਰੂ ਹੋਣਾ ਸਾਡੀ ਨਿਰਗਮਨ ਦੀ ਪੁਸਤਕ ਨਿਰਗਮਨ ਸਾਡਾ ਐਗੋ ਦਾ ਸਾਡੀ ਵੇਟ ਪੜਦਾ ਹੋਣਾ ਔਰ ਵੀ ਰੋਤੀ ਹੋਇਆ ਇੱਕ ਉਸੇ ਪਲਾਨ ਦੀ ਪਵਿੱਤਰ ਆਤਮਾ ਦੇ ਦੁਆਰਾ ਪਲਾਨ ਹੁੰਦਾ ਹੈ ਹਾਲੇਲੂਇਆ 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 ਤੁਹਾਨੂੰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੇਨ ਆਮੇਨ ਸਭ ਨੇ ਇੱਕ ਦੂਜੇ ਨੂੰ ਜੈ ਮਸੀਹ ਕਹਿ ਸਕਦੇ ਹਾਂ ਹਾਲੇਲੂਇਆ